ਕਰਦਾ ਮਹੌਲ ਤੇ ਅਹੀ ਜਿਵੇਂ ਮਰਗ ਹੋ ਜਾਂਦੀ ਕਿਸੇ ਦੇ ਘਰੇ ਹੁਣ ਜੇ ਮੈਂ ਉ ਕੰਬਲ ਲੈ ਕੇ ਬੈਠ ਤੇ ਪਏ ਆ ਨਾ ਮੇਰੀ ਮਾਤਾ ਉਹਦੀ ਆ ਕੇ ਪੁੱਛਣ ਲੱਗ ਜਾਂਦੀ ਕੋਲੇ ਹਸਣ ਵਕਤ ਹੁੰਦੇ ਬਲਤੁੰਦੇ ਜਿਹੜੇ ਆਪਾਂ ਕਹਿੰਦਾ ਨਾ ਵੀ ਆ ਮੈਂ ਸਾਈਨ ਕਰ ਤੇ ਉਹ ਮੈਨੂੰ ਦਿਖਾਇਆ ਜਾਂਦਾ ਸੀ ਵੀ ਆ ਤਰ੍ਹਾਂ ਐਗਰੀਮੈਂਟ ਹੋਇਆ ਵਾ ਤੁਸੀਂ ਪੜਿਆ ਸੀ ਕਿ ਐਗਰੀਮੈਂਟ ਮੈਨੂੰ ਜੀ ਇੰਨੀ ਮੈਨੂੰ ਅਕਲ ਹੁੰਦੀ ਪਰ ਮੈਂ ਧੋਖਾ ਖਾ ਜਾਂਦਾ ਮੈਂ ਤਾਂ ਕਿ ਪਿਆਰ ਪਿਆਰ ਚ ਰਹਿ ਗਿਆ ਕਿਉਂਕਿ ਮਾਨਕ ਸਾਹਿਬ ਨਾਲ ਉਹਨਾਂ ਦੇ ਮਦਰ ਨੇ ਵੀ ਗਾਇਆ ਉਹਨਾਂ ਦੀ ਮਾਸੀ ਨੇ ਵੀ ਗਾਇਆ ਅਸੀਂ ਇੱਕ ਪਰਿਵਾਰ ਵਾਂਗੂੰ ਰਹਿੰਦੇ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਨੂੰ ਪੁੱਤ ਪੁੱਤ ਕਹਿਗੇ ਜਾਂ ਮੈਨੂੰ ਭਰਾ ਭਰਾ ਕਹਿਗੇ ਵੀ ਅੱਜ ਮੈਨੂੰ ਉਹ ਗੇੜੇ ਕਢਾਉਣਗੇ ਵੀ ਜਿਹੜੀ ਚੀਜ਼ ਮੈਂ ਕਦੇ ਸੋਚੀ ਵੀ ਨਹੀਂ ਉਹ ਵੀ ਮੇਰੇ ਨਾਲ ਕੀਤੀ ਹੈ ਜੀ ਮੇਰੇ ਫਾਦਰ ਸਾਹਿਬ ਦੀ ਅੱਖਾਂ ਚੱਖਾ ਪਾ ਕੇ ਕਹਿ ਦਵੇ ਵੀ ਹਾਂ ਯਾਰ ਤੇਰੇ ਨਾਲ ਵੀ ਅਸੀਂ ਠੀਕ ਹੈ ਮੇਰੇ ਫਾਦਰ ਸਾਹਿਬ ਨੂੰ ਫਾਦਰ ਸਾਹਿਬ ਕਹਿੰਦਾ ਸੀ ਠੀਕ ਹੈ ਕਹਿੰਦਾ ਸੀ ਮਸੀਹ ਲਾਰਿਆਂ ਨਾਲ ਮੇਰੀ ਮਦਰ ਨੂੰ ਮਦਰ ਕਹਿੰਦਾ ਸੀ ਠੀਕ ਹੈ ਮੇਰੇ ਮੇਰੀ ਜਿਹੜੀ ਫ਼ਰਾਂਸ ਸੀ ਆ ਉਹਨੂੰ ਭੈਣ ਵੀ ਕਹਿੰਦਾ ਸੀ ਪਰ ਗੱਲ ਆ ਵੀ ਅੱਜ ਉਹ ਮਾਂ ਕਿੱਥੇ ਐ ਅੱਜ ਉਹ ਪਿਓ ਕਿੱਥੇ ਐ ਅੱਜ ਉਹ ਭੈਣ ਕਿੱਥੇ ਐ ਕਦੇ ਭਾਵੇਂ ਮੈਨੂੰ ਇੱਜ਼ਤ ਨਾਲ ਬੁਲਾਇਆ ਹੋਵੇ ਵੀ ਯਾਰ ਠੀਕ ਆ ਤੂੰ ਮੇਰਾ ਭਰਾ ਨਹੀਂ ਤਾਂ ਜਿਵੇਂ ਇੱਕ ਨੌਕਰ ਹੁੰਦਾ ਘਰੇ ਸਭਾਈ ਨੇ ਇਹੀ ਚੀਜ਼ਾਂ ਹਮੇਸ਼ਾ ਮੈਂ ਤੁਹਾਡੇ ਸਟੂਡੀਓ ਵੀ ਆਂਦਰਾ ਉੱਥੇ ਪਹਿਲਾਂ ਮੈਨੂੰ ਦੱਸਿਆ ਜਾਂਦਾ ਸੀ ਵੀ ਆਹੀ ਆਹੀ ਚੀਜ਼ ਵੀ ਉੱਥੇ ਬੋਲਣੀ ਆ ਵੀ ਹੋਰ ਕੋਈ ਆਪਣੇ ਵੱਲ ਹੋਣੇ ਕੁਝ ਗੱਲ ਕਰ ਸਕਦਾ ਵੀ ਜੋ ਤੇਰੇ ਦਿਲ ਦੀ ਭਾਵਨਾ ਘਟਕਲ ਤੂੰ ਆਪਣੀ ਜਿੰਨੀ ਕੋ ਉਹਨੂੰ ਅਕਲ ਉਹਨਾਂ ਇੱਕ ਵਰਤ ਰਿਹਾ ਮੈਂ ਤਾਂ ਪੰਚਾਇਤ ਚ ਵੀ ਨਹੀਂ ਗਿਆ ਵੀ ਮੇਰਾ ਫੈਸਲਾ ਕਰਾ ਦੋ ਕੰਮ ਮੈਂ ਕਰਨਾ ਉਹਨਾਂ ਨਾਲ ਉਹ ਮੇਰੇ ਪਿੰਡ ਦੇ ਆ ਨੇ ਨਹੀਂ ਕੰਮ ਕਰਨਾ ਉਹ ਬੰਦਾ ਮੇਰੇ ਕੋਲੇ ਆਉਂਦਾ ਮੈਨੂੰ ਕਹਿੰਦਾ ਜਲ ਕੋਈ ਨਹੀਂ ਯਾਰ ਜੇ ਮੈਂ ਇਥੋਂ ਬੋਲਿਆ ਗਿਆ ਵੀ ਮੈਂ ਤੇਰਾ ਭਰਾ ਉਹ ਬੰਦਾ ਕਹਿੰਦਾ ਮੈਂ ਤੇਰੀ ਧੌਣ ਚੋਂ ਗਿਲਾ ਕੱਢਣਾ ਕਿ ਐਪਲੀਕੇਸ਼ਨ ਲਾਈ ਆ ਕਿ ਇਹਨੇ ਛੋਟੇ ਭਾਈ ਨੇ ਕਿੰਨੇ ਪ੍ਰੋਗਰਾਮ ਲਾਏ ਨੇ ਤੁਹਾਡੇ ਲਈ ਉਹਦੇ ਤੁਹਾਨੂੰ ਕਿੰਨੇ ਪੈਸੇ ਆਏ ਨੇ ਤੇ ਇਹਨੂੰ ਉਹਦਾ 40% ਦਿੱਤਾ ਤੇ ਤੁਹਾਡੀ ਇਨਕਮ ਟੈਕਸ ਰਿਟਰਨ ਕੀ ਆ ਛੋਟੇ ਜਿਹੜੀ ਕੰਪਨੀ ਦੇ ਪ੍ਰੋਡਿਊਸਰ ਕੌਣ ਨੇ ਥੋੜੇ ਨਾਲ ਪਾਰਟਨਰ ਕੌਣ ਨੇ ਚਾਰ ਸਿੰਗਰ ਇਕੱਠੇ ਕਰਦਾ ਮੇਰੇ 'ਚ ਕੋਈ ਗਲਤੀ ਹੁੰਦੀ ਮੈਨੂੰ ਕੰਨੋਂ ਫੜ ਕੇ ਕਹਿ ਸਕਦੇ ਸੀ ਪਹਿਲਾ ਫਰਜ ਜੇ ਉਹਨੇ ਫੈਸਲਾ ਕਰ ਲਈ ਤਾਂ ਕੋਰਟ 'ਚ ਨਹੀਂ ਆਉਣਾ ਸੀ ਜੇ ਮੈਨੂੰ ਚਾਚਾ ਕਹਿੰਦਾ ਜੇ ਮੇਰੇ ਕੋਲ ਜਾਂਦਾ ਬਹਿ ਕੇ ਫੈਸਲਾ ਵੀ ਹੋ ਸਕਦਾ ਸੀ ਏਡੀ ਕੋਈ ਵਾਰ ਇਨੇ ਬ੍ਰੈਂਡ ਸਰਕਲ ਉਹਦੀ ਖੜਿਆ ਸਾਰੇ ਨਾਲ ਹਿੰਦੀ ਦੇ ਨਾਲ ਦੀ ਮੰਡੇ ਜਿਹੜੇ ਅਜ ਅਸਨ ਨਾਲ ਹੈ ਫਿਰ ਉਹਦੇ ਨਾਲ ਦੀ ਅਸੀਂ ਤੇ ਪਹਿਲੇ ਦਿਨ ਮਿਲਿਆ ਹੁੰਦਾ ਹੈ ਮੈਂ ਕਿਹਾ 10% ਜਿਹੜਾ ਤੂੰ ਮਾਨਕ ਸਾਹਿਬ ਦੇ ਪਰਿਵਾਰ ਨੂੰ ਕਿਹਾ ਹੈ ਉਹਨਾਂ ਨੂੰ ਵੀ ਦੇ ਕਹਿੰਦਾ ਉਹਦਾ ਫੇਰ ਦੇਖਾਂਗੇ ਕਿ ਜਦੋਂ ਐਗਰੀਮੈਂਟ ਹੋਇਆ ਪਹਿਲਾਂ ਮੈਂ ਨਾਲ ਗੱਲ ਜਦੋਂ ਹੋਈ ਹੈ ਮੈਂ ਹਸਨ ਜੀ ਤੈਨੂੰ ਠੀਕ ਲੱਗਦਾ ਦੋਨਾਂ ਨੂੰ ਤੁਹਾਨੂੰ ਠੀਕ ਲੱਗਦਾ ਤਾਂ ਕਰ ਲਓ ਜੇ ਤੁਹਾਨੂੰ ਠੀਕ ਲੱਗਦਾ ਹਨ ਪਰ ਜਦੋਂ ਐਗਰੀਮੈਂਟ ਹੁੰਦਾ ਉਸ ਦਿਨ ਸਾਨੂੰ ਨਾਲ ਨਹੀਂ ਲੱਗੇ ਜਾਂਦਾ ਉਹ ਗਵਾਹ ਵੀ ਉਹਦੇ ਆਪ ਹੀ ਹੈ ਤੁਹਾਨੂੰ ਸਭ ਨਹੀਂ ਕਿਹਾ ਵੀ ਐਗਰੀਮੈਂਟ ਕਰਨ ਲੱਗੇ ਸਤਾ ਪਾਣਦਾ ਤੁਹਾਨੂੰ ਦੱਸਿਓ ਪੜਾਵੇ ਵੀ ਅਸੀਂ ਥੋੜੇ ਮੁੰਡੇ ਨਾਲ ਐਗਰੀਮੈਂਟ ਕਰਨ ਲੱਗੇ ਹਾਂ ਸਾਨੂੰ ਪੜਾਇਆ ਨਹੀਂ ਗਿਆ ਇਹਨੂੰ ਇਕੱਲੇ ਨੂੰ ਪਤਾ ਨਹੀਂ ਰੱਬ ਜਾਣੇ ਉਹਨੂੰ ਡਰੱਗ ਲੱਗਿਆ ਉਹ ਉਹ ਉਹਨੂੰ ਜਾਣ ਪੜਦਾ ਜੇ ਉਹਨੂੰ ਪਤਾ ਹੈ ਗੱਲ ਤਾਂ ਸਿਰਫ 40 ਦੀ ਜਗ੍ਹਾ ਹੁਣ 60% ਦੀ ਆ ਵੀ 60% ਜਿਹੜਾ ਕੰਪਨੀ ਨੂੰ ਆਉਂਦਾ ਜਾਂ ਮੈਨੂੰ ਆਉਂਦਾ ਵੀ ਉਹ ਵੀ ਇਹਨੂੰ ਚਾਹੀਦਾ ਪਰ ਉਹ ਕਿਉਂ ਮੈਂ ਪੈਸੇ ਲਾਇਏ ਨੇ ਤਿੰਨ ਭਰਾ ਮਾਨਕ ਸਾਹਿਬ صدیق रफीक ਲਤੀਫ ਚਾਚਾ ਜੀ ਦਾ ਲਤੀਫ ਸੀ ਉਹਦਾ ਲੱਦਾ ਸੀ ਮਾਨਕ ਸਾਹਿਬ ਉਹਨਾਂ ਦਾ ਨਾਂ ਰੱਖਿਆ ਸੀ ਪ੍ਰਤਾਪ ਸਿੰਘ ਕੈਰੋ ਨੇ ਠੀਕ ਹੈ ਜੀ ਕੁਲਦਾ ਦੀਪ ਬਲਦੀਪ ਮਾਨਕ ਜਿਹੜੇ ਦੋਤੇ ਦੀ ਗੱਲ ਹੈ ਕੋਈ ਨਕਲੀ ਤਾਂ ਹੈ ਨਹੀਂ ਜਿਵੇਂ ਲੋਕ ਕਹਿੰਦੇ ਵੀ ਦੋ ਤਾਲ ਲੱਗਦਾ ਜੀ ਫਲਾਨਾ ਹਾਈ ਦੋ ਤਾਲ ਲੱਗੂ ਗਈ ਮੈਨੂੰ ਕਹਿੰਦਾ ਵੀ 1200 ਰੁਪਿਆ ਰੋਟੀ ਦਾ ਮੈਂ ਕਹਾ ਬਾਈ ਵੀ ਇਹ 1200 ਕਹਿੰਦਾ ਹਾਂ 1200 ਰੁਪਿਆ ਰੋਟੀ ਤੇ ਲੱਗਿਆ ਸਮਰਾਨ ਕਹਿੰਦਾ ਵੀ ਅਸੀਂ ਕੱਲ੍ਹੇ ਨਹੀਂ ਖਾ ਲਈ ਦੋਨਾਂ ਨੇ ਸਾਰਿਆਂ ਨੇ ਖਾਧੀ ਆ ਕਹਿੰਦਾ ਯਾਰ ਤੂੰ ਇਹ ਤਾਂ ਨਾ ਇਹਦੇ ਚੋਂ ਤਾਂ ਨਾ ਕੱਟ ਕਹਿੰਦਾ ਵੀਰੇ ਚਾਹੇ ਚਾਹ ਦਾ ਕੱਪ ਆ ਚਾਹੇ ਬਸਲੇਰੀ ਦੀ ਪਾਣੀ ਦੀ ਬੋਤਲ ਆ ਕਹਿੰਦਾ ਵੀਰੇ ਪੈਸੇ ਤਾਂ ਕੱਟੇ ਹੀ ਜਾਣਗੇ ਇਹਨੂੰ ਕਹਿੰਦਾ ਤੂੰ ਤਾਂ ਬਿੱਤ ਬੋਲਿਆ ਨਾ ਕਰ ਤੂੰ ਆਪ ਤੇ ਕੋਰਸ ਬੋਲਦਾ ਤੂੰ ਆਪ ਤੇ ਪੈਸੇ ਵੜ ਤੂੰ ਘਰ ਆਉਂਦਾ ਰੂਮ ਚ ਲੱਖ ਤਰ੍ਹਾਂ ਦਾ ਬਦਨਾਮ ਹੋਵਾਂ ਮੈਂ ਲੱਖ ਤਰ੍ਹਾਂ ਦਾ ਮਾੜਾ ਪਰ ਮੈਂ ਕਿਸੇ ਦੀ ਧੀ ਨੂੰ ਇਹ ਚੀਜ਼ ਨਹੀਂ ਕਹਾਂਗਾ ਵਿਆਹ ਨੂੰ ਲੈ ਕੇ ਵੀ ਬਹੁਤ ਮਤਭੇਦ ਆਪਸ ਦੇ ਵਿੱਚ ਜਾਂ ਤਾਂ ਉਹ ਕਹਿੰਦੇ ਸੀ ਵੀ ਤੇਰਾ ਬਾਹਰ ਕਿਤੇ ਵਿਆਹ ਕਰਾਂਗੇ ਉਹ ਤੋਂ ਪੈਸੇ ਪੂਸੇ ਲੈ ਲਾਂਗੇ ਵੀ ਉਹ ਤੋਂ ਆਇਆ 60 40 ਪੋਤੋ ਜੋ ਕਰ ਲਾਂਗੇ ਵੀ ਆਪਾਂ ਕੋਈ ਵਧੀਆ ਗੇਮ ਖੇਡਾਂਗੇ ਵੀ ਤੂੰ ਕੀ ਲੈਣਾ ਗਰੀਬ ਘਰੇ ਵਿਆਹ ਕਰਾਇੰਗਾ ਉਹ ਆਪਦੇ ਪੇਕਾਂ ਦਾ ਸੋਚੀ ਜਾਉ ਉਹ ਬੰਦੇ ਦੀ ਸੋਚ ਤੇ ਮੈਂ ਹੈਰਾਨ ਪਰੇਸ਼ਾਨ ਹੈ ਜੀ ਉਹਦੀ ਸੋਚ ਵੱਖਰੀ ਆ ਉਹਨੇ ਇੱਕ ਗੱਲ ਕਹੀ ਕਹਿੰਦਾ ਕਿ ਜਿਹੜੀ ਕੁੜੀ ਤੂੰ ਪਸੰਦ ਕਰਕੇ ਆਇਆ ਜਾਂ ਤੇਰੀ ਮਾਤਾ ਨੇ ਪਸੰਦ ਕੀਤੀ ਆ ਉਹਦਾ ਉਹਦੇ ਭਰਾ ਨਾਲ ਵਿਆਹ ਕਰ ਦੇ ਮੈਨਾਂ ਵੀ ਸਾਡੇ ਰਵਾਜ ਨਹੀਂ ਹੈਗਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਲਾ ਕੇ ਕਿਹਾ ਵੀ ਤੁਸੀਂ ਪੈਸੇ ਦੇ ਦਿਓ 25 ਲੱਖ ਤੇ ਫਿਰ ਤੁਸੀਂ ਵਿਆਹ ਕਰ ਦਿਓ ਵਿਨੇਮ ਕਰੇਣੀ ਰਹਿਣ ਦੇਣਾ ਨੂੰ ਠੀਕ ਹੈ ਨਹੀਂ ਮੇਰਾ ਪਿੰਡ ਗਵਾ ਹੈ ਮੈਂ ਚਾਰਾ ਚਾਰਾ ਮਹੀਨਾ ਬਾਅਦ ਕਿਤੇ ਪਿੰਡ ਜਾਂਦਾ ਸੀ ਤਾਂ ਮੇਰੇ ਨਾਲ ਕਿਸੇ ਨੂੰ ਭੇਜਿਆ ਜਾਂਦਾ ਸੀ ਜਾਂ ਮੇਰਾ ਭਰਾ ਲੈਣ ਆਉਂਦਾ ਸੀ ਮੈਨੂੰ ਕਿਹਾ ਜਾਂਦਾ ਸੀ ਵੀ ਤੂੰ ਸਵੇਰ 9 ਵਜੇ ਤੋਂ ਇੱਥੇ ਚਾਹੀਦਾ ਆਪਾਂ ਮਹਾਲੀ ਜਾਣਾ ਇਹਨੇ ਬੰਦੇ ਨੇ ਕੀਤਾ ਬਾਹ ਹੱਥ ਨਹੀਂ ਥਾਂ ਬਾਹ ਫੜੀ ਦੀ ਵਾਂਖਾ ਜੀ ਹੱਥ ਖਾਈ ਜਾਂਦਾ ਇਹਨਾਂ ਦੀ ਨਿਬਣੀ ਸੀ ਮੈਂ ਅੱਜ ਵੀ ਕਹਿਣਾ ਉਹਨੂੰ ਵੀ ਕਿਹਾ ਸੀ ਹਿੰਦੀ ਨੂੰ ਮੈਂ ਇਦਾਂ ਨਹੀਂ ਹੁੰਦਾ ਪੁੱਤ ਜੇ ਤੁਹਾਡਾ ਰੱਬ ਨੇ ਤੁਹਾਨੂੰ ਇੱਕ ਇੱਕ ਜੋੜੀ ਵਧੀਆ ਮੈਂ ਇੱਕ ਗੱਲ ਕਹੂੰਗਾ ਇਹ ਸਟਾਰ ਹੁੰਦੇ ਮੈਂ ਕੋ ਮੈਂ ਦੁਨੀਆ ਚ ਬਹੁਤ ਨਿਕਲੇ ਚੀਜ਼ਾਂ ਤੇ ਸਟਾਰ ਰੱਬ ਨੇ ਇਤੇ ਵਧੀਆ ਉਹਨੂੰ ਮਿਲਾ ਕੇ ਸਮਝਾਇਆ ਬਹੁਤ ਸੋਨੇ ਤੁਹਾਡੇ ਸਟਾਰ ਮਿਲਾਏ ਥੋੜਾ ਕੰਮ ਸੀ ਵਧੀਆ ਪਿਆਰ ਨਾਲ ਉਹਦਾ ਇਹ ਮਹੀਨੇ ਬਾਅਦ ਇਹ ਕਿਹੜਾ ਕੋਈ ਸੈਲੀਰੀ ਦਾ ਜਿੱਦੇ ਤੇਰਾ ਸ਼ੋਅ ਹੁੰਦਾ ਸੀ ਗੱਡੀ ਚ ਬੈਂਦਾ ਵੀ ਆਸਨ ਤੇਰੇ ਆ ਮੇਰੇ ਵੀ ਆ ਚੰਗਾ ਪਰ ਹਸਨ ਉਹਦਾ ਦੀ ਸਟੇਟਮੈਂਟ ਹਜੇ ਵੀ ਇਹੀ ਹੈ ਕਿ ਅਸੀਂ ਇਹੀ ਸਮਝਦੇ ਆ ਵੀ ਇਹ ਨਿਆਣ ਮਾਤਾ ਤੇ ਬੱਚਾ ਆ ਤੇ ਬੱਚਾ ਸਮਝ ਕੇ ਬੋਲ ਰਿਹਾ ਆ ਤੇ ਸ਼ਾਇਦ ਸ਼ਾਇਦ ਬਹਿਕਾਵੇ ਚ ਆ ਕੇ ਇਹ ਇੰਨਾ ਜ਼ਿਆਦਾ ਇਸ ਚੀਜ਼ ਨੂੰ ਮਤਲਬ ਹਵਾ ਦੇ ਰਿਹਾ ਆ ਜੇ ਉਹਦੇ ਦਿਲ ਚ ਰਹਿਮ ਹੈਗਾ ਮੈਂ ਅੱਜ ਵੀ ਕਹਿੰਦਾ ਜੇ ਉਹਦੇ ਦਿਲ ਚ ਕੋਈ ਰਹਿਮ ਆਂਦੀ ਚੀਜ਼ ਹੈ ਕਿ ਮੈਨੂੰ ਬਖਸ਼ੇ ਮੈਂ ਉਹਦੇ ਨਾਲ ਨਾ ਮੈਂ ਲੜਾਈ ਕਰਨੀ ਚਾਹੁੰਨਾ ਨਾ ਮੈਂ ਉਹਦੇ ਨਾਲ ਝਗੜਾ ਕਰਨਾ ਚਾਹੁੰਨਾ ਮੇਰੀ ਜਾਨ ਬਹੁਤ ਔਖੀ ਹੈ ਜੇ ਮੈਂ ਕੱਲੂ ਮਰ ਗਿਆ ਅੰਦਰ ਪਿਆ ਪਿਆ ਉਹਦਾ ਜ਼ਿੰਮੇਵਾਰ ਇੰਦੀ ਬਲਿੰਗ ਹੋਊਗਾ ਫਿਰ ਇੰਨਾ ਕਿ ਮੇਰੀ ਉਹ ਗੱਲ ਬੰਦਾ ਯਾਦ ਰੱਖੀ ਸਾਸਟ੍ਰੀ ਕਾਲਜ ਦੇ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਜਿਹੜਾ ਮਾਹੌਲ ਹੈ ਇਹ ਕਿੱਥੋਂ ਦਾ ਹੈ ਕੀ ਹੋਣ ਵਾਲਾ ਹੈ ਕਦੇ ਨਾਲ ਗੱਲਬਾਤ ਹੋਣ ਵਾਲੀ ਹੈ ਸੋ ਮੈਂ ਬਹੁਤ ਟਾਈਮ ਨਾ ਲੈਂਦਿਆਂ ਹੋਇਆਂ ਦੱਸਣਾ ਚਾਹਾਂਗੀ ਕਿ ਹਸਨ ਮਾਨਕ ਸਾਡੇ ਨਾਲ ਨੇ ਔਰ ਕੋਟ ਵਿੱਚ ਅੱਜ ਉਹਨਾਂ ਦੀ ਜਿਹੜੀ ਸੀਗੀ ਉਹ ਤਰੀਕ ਸੀਗੀ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਟਾਈਮ ਮੁੱਦਾ ਪੜਕਿਆ ਹੋਇਆ ਬਹੁਤ ਜ਼ਿਆਦਾ ਪਰਿਵਾਰ ਕਹਿ ਲਓ ਵੀ ਟੁੱਟ ਚੁੱਕਿਆ ਹੈ ਰਿਸ਼ਤੇ ਜਿਹੜੇ ਨੇ ਉਹ ਖਿੰਡ ਚੁੱਕੇ ਨੇ ਲੇਕਿਨ ਰੋਸ਼ ਹੈ ਕੀ ਚੱਲ ਰਿਹਾ ਹੈ ਕੀ ਹੋ ਗਿਆ ਹੈ ਔਰ ਕਿਸ ਤਰ੍ਹਾਂ ਹੋਇਆ ਇਹ ਸਾਰੀਆਂ ਗੱਲਾਂ ਬਾਤਾਂ ਸਾਨੂੰ ਉਦੋਂ ਹੀ ਪਤਾ ਲੱਗਣ ਗਿਆ ਜਦੋਂ ਦੋਨੋਂ ਪੱਖਾਂ ਦੀਆਂ ਗੱਲਾਂ ਜੜੀਆਂ ਨੇ ਉਹ ਸੁਣੀਆਂ ਜਾਣ ਗਿਆ ਸੋ ਬਿਲਕੁਲ ਮੈਂ ਪਹਿਲੇ ਸਵਾਗਤ ਕਰਨਾ ਚਾਹਾਂਗੀ ਪਹਿਲੇ ਤਾਂ ਸਸ਼ਟਿਕਾਲਾ ਹਸਨ ਸਸ਼ਟਿਕਾਲ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਰਜਾਨਾ ਸਪੋਕਸਪੀਨ ਦੀ ਸਾਰੀ ਟੀਮ ਦਾ ਜਿਹੜਾ ਤੁਸੀਂ ਇੱਥੇ ਪਹੁੰਚੇ ਹੋ ਮਿਹਰਬਾਨੀ ਜੀ ਸੋ ਹਸਨ ਚੰਗਾ ਭਲਾ ਸਭ ਕੁਝ ਤੌਰ ਰਿਹਾ ਸੀਗਾ ਕੀ ਇੱਕੋ ਦਾ ਮਹਿਜਾ ਹੋ ਗਿਆ ਕਿ ਕੋਰਟ ਕਚੈਰੀਆਂ ਦੇ ਵਿੱਚ ਆ ਕੇ ਧੱਕੇ ਖਾਨ ਤੱਕ ਦੀ ਨੋਬਤ ਆ ਗਈ ਆ ਖੱਜਲ ਹੁੰਦੀ ਨੋਬਤ ਆ ਗਈ ਪਹਿਲਾ ਜੀ ਸਾਰਾ ਕੁਝ ਜਦੋਂ ਤੰਦਰੁਸਤ ਹੁੰਦਾ ਉਦੋਂ ਆਪਾਂ ਨਾ ਐਸੋ ਆਪਾਂ ਕਹਿੰਦੇ ਹੁਣ ਵੀ ਯਾਰ ਡਾਕਟਰ ਦੇ ਤਰਬ ਲੈ ਕੇ ਨਾ ਜਾਵੇ ਜਾਂ ਕਿਤੇ ਹੋਰ ਕਿਤੇ ਰੱਬ ਲੈ ਕੇ ਨਾ ਜਾਵੇ ਜਦੋਂ ਬੰਦਾ ਬਿਮਾਰ ਹੁੰਦਾ ਉਦੋਂ ਫਿਰ ਆਪਾਂ ਨਾ ਪੁੱਛ ਪੜਤਾਲ ਕਰਨ ਲੱਗ ਜਾਈਏ ਵੀ ਚੰਗਾ ਡਾਕਟਰ ਕਿਹੜਾ ਏ ਇਸ ਬਿਮਾਰੀ ਵਾਲਾ ਹਨਾ ਮੈਂ ਤਾਂ ਕੋਈ ਇਹ ਪੁੱਛ ਪੜਤਾਲ ਵੀ ਨਹੀਂ ਕੀਤੀ ਸੋ ਕਹਿੰਦੀ ਮੈਨੂੰ ਕਿਹਾ ਗਿਆ ਵੀ ਭਰਾਵਾ ਉੱਥੇ ਦਾਖਲ ਹੋ ਜਾ ਜਾ ਕੇ ਉਹ ਚੀਜ਼ ਹੋ ਗਈ ਵੀ ਉਹ ਡਾਕਟਰ ਚੰਗਾ ਨਾਲੇ ਮੈਨੂੰ ਕੋਈ ਬਿਮਾਰੀ ਨਹੀਂ ਸੀ ਸੋ ਮੈਨੂੰ ਮੇਰੀ ਮਿਹਨਤ ਦਾ ਜਿਹੜਾ ਸਿਲਾ ਮਿਲਿਆ ਉਹ ਬਾਈ ਜੀ ਦਾ ਬਲੰਗ ਸਾਹ ਦਾ ਬਹੁਤ ਬਹੁਤ ਧੰਨਵਾ ਉਹਨਾਂ ਨੇ ਮੈਨੂੰ ਪੰਚਾਇਤ ਚ ਪਹਿਲਾਂ ਚੰਗੀ ਤਰ੍ਹਾਂ ਜਲੀਲ ਕੀਤਾ ਫਿਰ ਉਹਨਾਂ ਨੇ ਮਾਨਯੋਗ ਅਦਾਲਤ ਦੇ ਵਿੱਚ ਮੈਨੂੰ ਸੱਦਿਆ ਮੈਂ ਉੱਥੇ ਆਇਆ ਕਾਨੂੰਨ ਦੀ ਮਾਹ ਲੰਘਣਾ ਨਹੀਂ ਕਰਨੀ ਚਾਹੁੰਦਾ ਬਾਕੀ ਗੱਲ ਰਹੀ ਰਿਸ਼ਤਿਆਂ ਦੀ ਰਿਸ਼ਤਾ ਬਣਾਉਣ ਲਈ ਇੱਕ ਦੂਜੇ ਦੇ ਅੱਗੇ ਝੁਕਣਾ ਵੀ ਪੈਂਦਾ ਹੈ ਪਿਆਰ ਵੀ ਰੱਖਣਾ ਪੈਂਦਾ ਵੱਡੀ ਗੱਲ ਇੱਜ਼ਤ ਦੀ ਹੁੰਦੀ ਹੈ ਜੇ ਤੁਸੀਂ ਆਪਦਾ ਰਿਸ਼ਤਾ ਰੱਖਣਾ ਤਾਂ ਜੇ ਤੁਸੀਂ ਕਹਿੰਦੇ ਉਹਨੂੰ ਗਾਲਾਂ ਕੱਢੋਗੇ ਜਾਂ ਉਹਨੂੰ ਕੁਝ ਏਦਾਂ ਦੀਆਂ ਮੰਦੀਆਂ ਚੰਗੀਆਂ ਗੱਲਾਂ ਕਹੋਗੇ ਤਾਂ ਫਿਰ ਚਾਹੇ ਜਿੱਡਾ ਮਰਜ਼ੀ ਪਿਆਰ ਦਾ ਰਿਸ਼ਤਾ ਹੋਵੇ ਜੀ ਉਹ ਟੁੱਟ ਹੀ ਜਾਂਦਾ ਹੈ ਕਦੋਂ ਦਿਲ ਦੇ ਵਿੱਚ ਇਹ ਗੱਲ ਮਤਲਬ ਸ਼ੁਰੂ ਹੋ ਚੁੱਕੀ ਸੀ ਆਣੀ ਵੀ ਇੱਥੇ ਇੱਜ਼ਤ ਦਾ ਮਤਲਬ ਜਿਹੜਾ ਹੈ ਉਹ ਘਟਾ ਆ ਜਾਂ ਇੱਥੇ ਮੈਨੂੰ ਮੇਰੀ ਮਿਹਨਤ ਦੇ ਮੁਤਾਬਿਕ ਟਰੀਟ ਨਹੀਂ ਕੀਤਾ ਜਾਂਦਾ ਜਾਂ ਇੱਥੇ ਰਿਸ਼ਤੇ ਕੈਦ ਕਏ ਜਾ ਰਹੇ ਨੇ ਪਰ ਮੈਨੂੰ ਉਸ ਤਰੀਕੇ ਦਾ ਜਿਹੜਾ ਟਰੀਟਮੈਂਟ ਹੈ ਉਹਨਾਂ ਦਾ ਸੁਭਾਗ ਉਹ ਵੇਖਣ ਨੂੰ ਮਿਲ ਨਹੀਂ ਰਿਹਾ ਇਹ ਚੀਜ਼ਾਂ ਕਦੋਂ ਦਿਲ ਦਿਮਾਗ 'ਚ ਆਣੀਆਂ ਸ਼ੁਰੂ ਹੋ ਗਿਆ ਸੀ ਕਿਉਂਕਿ ਥੋੜਾ ਟਾਈਮ ਪਹਿਲਾਂ ਤੱਕ ਜਦੋਂ ਗੀਤ ਰਿਲੀਜ਼ ਹੋਇਆ ਐਸੇ ਦੇਖਿਆ ਵੀ ਦੋਨੋਂ ਪਰਾਂ ਬਾਹ ਬੜ ਕੇ ਬਾਹ ਫੜ ਕੇ ਖੜੇ ਸੀਗੇ ਪਤਾ ਕੀ ਗੱਲ ਹੈ ਜੀ 2021 'ਚ ਮੈਂ ਇਹਨਾਂ ਦੀ ਮਦਰ ਨੂੰ ਫੋਨ ਲਾਇਆ ਬਹੁਤ ਸ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਵੀ ਪਤਾ ਹੀ ਆਪਾਂ ਹਨਾ ਜਦੋਂ ਅਸੀਂ ਅਸੀਂ ਤੇ ਮੈਂ ਬਾਈ ਜੀ ਅਸੀਂ ਦੋਨੇ ਆਉਂਦੇ ਰਹੇ ਹਾਂ ਤੁਹਾਡੇ ਸਟੂਡੀਓ ਤੇ ਮੈਂ ਕਿੰਨਾ ਮਾਣ ਕਰਦਾ ਸੀ ਉਹਨਾਂ ਦਾ ਕਿੰਨਾ ਰਿਗਾਰਡ ਕਰਦਾ ਸੀ ਮੈਂ ਮਾਤਾ ਜੀ ਨੂੰ ਦੱਸਿਆ ਵੀ ਆਹ ਚੀਜ਼ਾਂ ਮੇਰੇ ਨਾਲ ਹੋਈਆਂ ਹਨਾ ਜੀ ਪਰ ਉਹਨਾਂ ਨੇ ਇਹਨੂੰ ਸਮਝਾਇਆ ਵੀ ਤੂੰ ਨਾ ਜਿਹੜੇ ਪੈਸੇ ਆ ਸਹੀ ਵੀ ਉਹ ਦੇ ਦਿਆ ਕਰ ਵੀ ਤੂੰ ਐਦਾਂ ਨਾ ਸੋਚਿਆ ਕਰ ਵੀ ਵੀ ਇਹ ਛੋਟਾ ਹੈ ਤੇਰੇ ਨਾਲੋਂ ਵੀ ਇਹਨੇ ਜਦੋਂ ਤੇਰਾ ਕੰਮ ਕਰਦਾ ਹੈ ਇਹਨੇ ਤਾਂ ਇਤੋਂ ਹੀ ਪੈਸੇ ਮੰਗਣੇ ਆ ਇਹ ਮਾਤਾ ਜੀ ਨੂੰ ਕਹਿੰਦਾ ਵੀ ਮੇਰਾ EMPLOYEE ਆ ਮੈਂ ਇਹਦੇ ਨਾਲ ਜਿਵੇਂ ਐਗਰੀਮੈਂਟ ਕੀਤਾ ਵੀ ਮੇਰੇ ਕੰਮ 'ਚ ਨਾ ਤੁਸੀਂ ਬੋਲੋ ਠੀਕ ਹੈ ਜੀ ਫਿਰ ਮੈਂ ਉਹਦੋਂ ਮਾਤਾ ਜੀ ਨੂੰ ਕਹਾਂ ਮੈਂ ਜੀ ਇਸ ਤਰੀਕੇ ਨਾਲ ਤਾਂ ਨਾ ਤਾਂ ਮੈਂ ਘਰਦਿਆਂ ਜੋਗਾ ਜੀ ਨਾ ਮੈਂ ਬਾਹਰ ਦਾ ਜੋਗਾ ਵੀ ਨਾ ਇਹਨੂੰ ਮੈਨੂੰ ਕਿਸੇ ਨੂੰ ਮਿਲਣੇ ਦਿੰਦਾ ਹੈ ਨਾ ਜੀ ਸੋ ਚੀਜ਼ ਮੈਨੂੰ 2021 ਤੋਂ ਫਿਰ ਮੈਂ ਉਹ ਕਹਿੰਦਾ ਵੀਰੇ ਵੀ ਬਾਈ ਲੋਟ ਨਹੀਂ ਹੈਗਾ ਕੰਮ ਤੂੰ ਯਾਰ ਮਾੜੀ ਮੋਟੀ ਦਾ ਜਿੱਤ ਕਰ ਲਿਆ ਕਰ ਵੀ ਆਪਦੇ ਜਿਹੜੇ ਮੇਰੇ ਨਾਲ ਆਪਣੇ ਭਰਾ ਸਾਜੀ ਜਾਂਦੇ ਆ ਉਹਨਾਂ ਦੇ ਸਾਹਮਣੇ ਯਾਰ ਤੂੰ ਮੈਂ ਯਾਰ ਬਾਈ ਬੋਲਣ ਲੱਗ ਜਾਣਾ ਵੀ ਇਹ ਮੈਨੂੰ ਗਾਉਣਾ ਨਹੀਂ ਆਉਂਦਾ ਜਾਂ ਮੈਨੂੰ ਬੋਲਣ ਦੀ ਨਹੀਂ ਅਕਲ ਫਿਰ ਉਹ ਲੋਕ ਜਿਹੜੇ ਪ੍ਰੋਗਰਾਮ ਬੁੱਕ ਕਰਦੇ ਆ ਫਿਰ ਉਹਨਾਂ ਨੂੰ ਤੂੰ ਕਹਦੇ ਭਰਾ ਉਹ ਪ੍ਰੋਗਰਾਮ ਬੁੱਕ ਨ ਸੋ ਇਜਤ ਜਿਹੜੀ ਆ ਬਾਈ ਨੇ ਕਦੇ ਕਦੇ ਭਾਵੇਂ ਮੈਨੂੰ ਇਜਤ ਨਾਲ ਬੁਲਾਇਆ ਹੋਵੇ ਵੀ ਯਾਰ ਵੀ ਠੀਕ ਆ ਤੂੰ ਮੇਰਾ ਭਰਾ ਨਹੀਂ ਦਾ ਜਿਵੇਂ ਇੱਕ ਨੌਕਰ ਹੁੰਦਾ ਘਰੇ ਸੋ ਬਾਈ ਨੇ ਇਹੀ ਚੀਜ਼ਾਂ ਹਮੇਸ਼ਾ ਮੈਂ ਤੁਹਾਡੇ ਸਟੂਡੀਓ ਵੀ ਹੁੰਦਾਂ ਰ ਉੱਥੇ ਪਹਿਲਾਂ ਮੈਨੂੰ ਦੱਸਿਆ ਜਾਂਦਾ ਸੀ ਵੀ ਆਹੀ ਆਹੀ ਚੀਜ਼ ਵੀ ਉੱਥੇ ਬੋਲਣੀ ਆ ਵੀ ਹੋਰ ਕੋਈ ਆਪਣੇ ਵੱਲੋਂ ਨਹੀਂ ਕੁਝ ਗੱਲ ਕਰ ਸਕਦਾ ਵੀ ਜੋ ਤੇਰੇ ਦਿਲ ਦੀ ਭਾਵਨਾ ਅਸੀਂ ਜਿੰਨਾ ਕ ਹਸਨ ਨੂੰ ਜਾਣਦੇ ਆ ਹਸਨ ਇੱਕ ਬਹੁਤ ਹੀ ਬੇਬਾਕ ਦਿਲ ਵਾਲੇ ਤੇ ਬਹੁਤ ਹੀ ਬਲੰਟਲੀ ਗੱਲ ਕਰਨ ਵਾਲੇ ਨੇ ਜੋ ਹੈ ਸੋ ਹੈ ਅਸੀਂ ਇਹੀ ਸਮਝਿਆ ਇਹੀ ਸੀ ਇਹੀ ਦੇਖਿਆ ਕਿ ਹਸਨ ਤੁਸੀਂ ਕਦੀ ਆਪਣਾ ਆਪਣੀ ਗੱਲ ਅੱਗੇ ਨਹੀਂ ਰੱਖੀ ਵੀ ਮੈਂ ਆ ਗੱਲਾਂ ਬੋਲਣੀਆਂ ਨੇ ਜਾਂ ਨਹੀਂ ਬੋਲਣੀਆਂ ਉਹ ਮੈਂ ਦੇਖੂਗਾ ਤੁਸੀਂ ਪਲੀਜ਼ ਇਸ ਚੀਜ਼ ਨੂੰ ਵਿੱਚ ਨਾ ਲੈ ਕੇ ਆਓ ਇੱਕ ਨਾ ਜੀ ਜਿਹੜਾ ਆਪਾਂ ਸਾਈਨ ਕਰ ਦਿੰਨੇ ਆ ਕਿਸੇ ਕਾਗਜ਼ ਤੇ ਚਾਹੇ ਆਪਾਂ ਪਰ ਨੋਟ ਭਰਦੇ ਆ ਚਾਹੇ ਕੁਝ ਵੀ ਕਰਦੇ ਆ ਉਹ ਆਪਾਂ ਭਰਤਾ ਦਿੰਨੇ ਆ ਪਰ ਉਹ ਆਪਣਾ ਇੱਕ ਬਰਬਾਦੀ ਦਾ ਰਾਹ ਬਣ ਜਾਂਦਾ ਜਿਹੜਾ ਆਪਾਂ ਕਹਿੰਦੇ ਨਾ ਵੀ ਆ ਮੈਂ ਸਾਈਨ ਕਰਤੇ ਉਹ ਮੈਨੂੰ ਦਿਖਾਇਆ ਜਾਂਦਾ ਸੀ ਵੀ ਆ ਤਰ੍ਹਾਂ ਐਗਰੀਮੈਂਟ ਹੋ ਤੁਸੀਂ ਪੜਿਆ ਸੀਗਾ ਐਗਰੀਮੈਂਟ ਮੈਨੂੰ ਜੀ ਇਹ ਨਹੀਂ ਮੈਨੂੰ ਅਕਲ ਹੁੰਦੀ ਪਰ ਮੈਂ ਧੋਖਾ ਖਾ ਜਾਂਦਾ ਮੈਂ ਤਾਂ ਕਿ ਪਿਆਰ ਪਿਆਰ ਚ ਰਹਿ ਗਿਆ ਕਿਉਂਕਿ ਮਾਨਕ ਸਿੰਘ ਸਾਹਿਬ ਨਾਲ ਉਹਨਾਂ ਦੇ ਮਦਰ ਨੇ ਵੀ ਗਾਇਆ ਉਹਨਾਂ ਦੀ ਮਾਸੀ ਨੇ ਵੀ ਗਾਇਆ ਅਸੀਂ ਇੱਕ ਪਰਿਵਾਰ ਵਾਂਗ ਰਹਿੰਦੇ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਨੂੰ ਪੁੱਤ ਪੁੱਤ ਕਹਿਗੇ ਜਾਂ ਮੈਨੂੰ ਭਰਾ ਭਰਾ ਕਹਿਗੇ ਵੀ ਅੱਜ ਮੈਨੂੰ ਉਹ ਗੀੜੇ ਕਢਾਉਣਗੇ ਵੀ ਜਿਹੜੀ ਚੀਜ਼ ਮੈਂ ਕਦੇ ਸੋਚੀ ਵੀ ਨਹੀਂ ਉਹ ਵੀ ਮੇਰੇ ਨਾਲ ਕੀਤੀ ਹੈ ਜੀ ਜੀ ਉਹ ਕਹਿੰਦੇ ਵੀ ਤੁਸੀਂ ਪਰਿਵਾਰ ਦੇ ਵਿੱਚ ਪਰਿਵਾਰ ਵਾਂਗੂ ਰਹਿੰਦੇ ਰਹੇ ਹੋ ਖਾਂਦੇ ਰਹੇ ਹੋ ਬਹਿੰਦੇ ਰਹੇ ਹੋ ਆਂਦੇ ਰਹੇ ਹੋ ਜਾਂਦੇ ਰਹੇ ਹੋ ਵੱਡਿਆਂ ਨਾਲ ਵੀ ਹੈਨਾ ਤੇ ਹਸਨ ਕੋਸ਼ਿਸ਼ ਨਹੀਂ ਕੀਤੀ ਇੱਕ ਵਾਰ ਬੈ ਕੇ ਗੱਲ ਹੋ ਜੇ ਆਰਾਮ ਦਾ ਨਾਲ ਸਾਰਿਆਂ ਦੇ ਵਿੱਚ ਵੱਡਿਆਂ ਦੇ ਨਾਲ ਤੇ ਰਿਸ਼ਤੇ ਬੱਜ ਜਾਣੀਆਂ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕਿਉਂਕਿ ਕੰਮ ਦਾ ਵੀ ਨੁਕਸਾਨ ਹੋ ਰਿਹਾ ਹੈ ਪੈਸਿਆਂ ਦਾ ਵੀ ਨੁਕਸਾਨ ਕਰ ਰਿਹਾ ਕੁਝ ਵੀ ਮੈਂ ਤਾਂ ਜੀ ਮੇਰਾ ਚਿੱਤ ਨਹੀਂ ਸੀ ਠੀਕ ਮੈਂ ਘਰੇ ਬਹਿ ਗਿਆ ਜੋ ਕੀਤਾ ਉਹਨਾਂ ਨੇ ਮੈਨੂੰ ਇਹ ਸੇਰਾ ਮੇਰੇ ਸਿਰ ਤੇ ਬੰਨਿਆ ਸ਼ਾਬਾਸ਼ੇ ਦਾ ਕੋਰਟ ਚੋਂ ਆਏ ਆ ਮੈਂ ਤਾਂ ਗਿਆ ਹੀ ਨਹੀਂ ਕਿਤੇ ਮੈਂ ਤਾਂ ਪੰਚਾਇਤ ਚ ਵੀ ਨਹੀਂ ਗਿਆ ਮੇਰਾ ਫੈਸਲਾ ਕਰਾ ਦਿਓ ਕੰਮ ਮੈਂ ਕਰਨਾ ਉਹਨਾਂ ਨਾਲ ਉਹ ਮੇਰੇ ਪਿੰਡਦਿਆਂ ਨੇ ਨਹੀਂ ਕੰਮ ਕਰਨਾ ਉਹ ਬੰਦਾ ਮੇਰੇ ਕੋਲੇ ਆਉਂਦਾ ਮੈਨੂੰ ਕਹਿੰਦਾ ਵੀ ਚਲ ਕੋਈ ਨਹੀਂ ਯਾਰ ਜੇ ਮੈਂ ਇਥੋਂ ਬੋਲਿਆ ਗਿਆ ਵੀ ਮੈਂ ਤੇਰਾ ਭਰਾ ਉਹ ਬੰਦਾ ਕਹਿੰਦਾ ਮੈਂ ਤੇਰੀ ਧੌਣ ਚ ਕਿਲਾ ਕੱਢਣਾ ਵੀ ਧੌਣ ਚ ਕਿਲਾ ਕਾਦਾ ਜਾਂ ਤਾਂ ਮੈਂ ਤੇਰੇ ਤੇ ਕੇਸ ਕੀਤਾ ਹੋਵੇ ਜਾਂ ਮੈਂ ਤੇਰੇ ਤੇ ਕੋਈ ਆਪਣਾ ਕੋਈ ਰਿਪੋਰਟ ਕਰਾਈ ਹੋਵੇ ਥਾਣੇ 'ਚ ਤਾਂ ਤੂੰ ਮੈਨੂੰ ਕਹਿ ਸਕਦਾ ਹੈ ਨਾ ਸੋ ਇਹ ਚੀਜ਼ਾਂ ਮੇਰੇ ਹੁਣ ਜਿੱਦਾਂ ਜਿਹੜੇ ਆਪਣੇ ਹੈਗੇ ਆ ਵਕੀਲ ਸਾਹਿਬ ਉਹ ਵੀ ਜ਼ਰੂਰ ਗੱਲ ਕਰਨੀ ਚਾਹਾਂਗੇ ਜੀ ਸਸ਼ਕਾਲ ਜੀ ਸਸ਼ਕਾਲ ਮੈਡ ਸੋ ਪਹਿਲੇ ਤੇ ਸਵਾਗਤ ਹੈ ਤੁਹਾਡਾ ਔਰ ਵੀਰੇ ਤੁਹਾਡਾ ਵੀ ਸਸ਼ਕਾਲ ਸੋ ਆ ਕੇਸ ਜਿਹੜਾ ਆਇਆ ਹੈ ਨਾ ਸਾਨੂੰ ਤਾਂ ਆ ਨਾ ਪਿਆ ਕਿਉਂਕਿ ਸਾਡੀ ਇੰਡਸਟਰੀ ਪਰਿਵਾਰ ਦੇ ਜਿਹੜੇ ਨੇ ਹਸਨ ਅੱਜ ਇੱਥੇ ਆਏ ਨੇ ਇੰਦੀ ਬਲਿੰਗ ਵੀਰੇ ਅੱবি ਆਇਆ ਸੀਗਾ ਸੋ ਭਾਜੀ ਕੀ ਕੀ ਓਵਰঅল ਤੁਹਾਨੂੰ ਤੁਹਾਡਾ ਵਿਜ਼ਨ ਕੀ ਕਹਿੰਦਾ ਹੈ ਇਸ ਪੂਰੇ ਮਾਮਲੇ ਰਿਹਾ ਕੰਟਰੋਵਰਸੀ ਨੂੰ ਲੈ ਕੇ ਪਹਿਲਾਂ ਤਾਂ ਮੈਂ ਤੁਹਾਡਾ ਜੀ ਆਇਆਂ ਨੂੰ ਕਹਿੰਦਾ ਜੀ ਜੋ ਵੀ ਹਸਨ ਦੇ ਕੇਸ ਦੇ ਵਿੱਚ ਮੈਂ ਦੇਖਿਆ ਬਰੀਕੀ ਨਾਲ ਵਾਚਿਆ ਜੋ ਮੇਰੇ ਕੋਲ ਹੈ ਜੇ ਸੈਕੰਡ ਡੇਟ ਅੱਜ ਇਹਨਾਂ ਦੇ ਕੇਸ ਦੇ ਵਿੱਚ ਅੱਜ ਮਾਨਜੋਗ ਅਦਾਲਤ ਦੇ ਵਿੱਚ ਹੀアリング ਸੀਗੀ ਉਹਦੇ ਵਿੱਚ ਅੱਜ ਅਸੀਂ ਇੱਕ ਐਪਲੀਕੇਸ਼ਨ ਲਾਈ ਆ ਜਿਹਦੇ ਵਿੱਚੋਂ ਪਤਾ ਲੱਗੂ ਅਸਲੀ ਤੱਥ ਸਾਹਮਣੇ ਆਉਣਗੇ ਜੋ ਇਹਨਾਂ ਨੇ ਮਾਨਜੋਗ ਅਦਾਲਤ ਨੂੰ ਨਹੀਂ ਲੈ ਕੇ ਆਏ ਅੱਗੇ ਸਾਹਮਣੇ ਤੱਥ ਅਸੀਂ ਇੱਕ ਐਪਲੀਕੇਸ਼ਨ ਲਾਈ ਆ ਕਿ ਇਹਨੇ ਛੋਟੇ ਭਾਈ ਨੇ ਕਿੰਨੇ ਪ੍ਰੋਗਰਾਮ ਲਾਏ ਨੇ ਤੁਹਾਡੇ ਲਈ ਉਹਦੇ ਤੁਹਾਨੂੰ ਕਿੰਨੇ ਪੈਸੇ ਆਏ ਨੇ ਤੇ ਇਹਨੂੰ ਉਹਦਾ 40% ਦਿੱਤਾ ਤੁਹਾਡੀ ਇਨਕਮ ਟੈਕਸ ਰਿਟਰਨ ਕੀ ਹੈ ਤੁਹਾਡੇ ਜਿਹੜੀ ਕੰਪਨੀ ਦੇ ਪ੍ਰੋਡਿਊਸਰ ਕੌਣ ਨੇ ਤੁਹਾਡੇ ਨਾਲ 파ਟਨਰ ਕੌਣ ਨੇ ਇਸ ਤਰ੍ਹਾਂ ਦੀਆਂ ਜੋ ਬਰੀਕੀਆਂ ਗੱਲਾਂ ਨੇ ਮੈਂ ਜ਼ਿਆਦਾ ਡਿਫੈਂਸ ਨਹੀਂ ਡਿਸਕਲੋਜ਼ ਕਰੂੰਗਾ ਮੀਡੀਆ 'ਚ ਤਾਂ ਜੋ ਇਹਦੇ ਕੇਸ ਤੇ ਨੂੰ ਕੋਈ ਨੁਕਸਾਨ ਨਾ ਹੋ ਸਕੇ ਤੇ ਮੈਂ ਇਹੀ ਕਹੂੰਗਾ ਵੀ ਇਹਦਾ ਖੁੱਲ ਕੇ ਸਾਥ ਦਿਓ ਇਹ ਬੰਦੇ ਨਾਲ ਜਾਂਤੀ ਹੋਈ ਆ ਧੱਕਾ ਹੋਇਆ ਮੈਂ ਇਸ ਜਿਵੇਂ ਗਰੀਬ ਪਰਿਵਾਰ ਦਾ ਬੱਚਾ ਇਹ ਜੇ ਇਸ ਤਰ੍ਹਾਂ ਦਾ ਟੈਲੈਂਟ ਆ ਜੇ ਕਿਤੇ ਆਪਾਂ ਇਸ ਤਰ੍ਹਾਂ ਹੀ ਦੱਬ ਦਈਏ ਤਾਂ ਇਹ ਕਦੇ ਵੀ ਕੋਈ ਸਮਾਜ ਦੇ ਵਿੱਚ ਕੋਈ ਆਮ ਘਰ ਦਾ ਲੜਕਾ ਅੱਗੇ ਨਹੀਂ ਆ ਸਕਦਾ। ਜੀ। ਥੈਂਕ ਯੂ। ਮੈਨੂੰ ਲੱਗਦਾ ਹੈ ਕਿ ਕਲਾ ਦੇ ਨਾਲ ਨਾਲ ਜਿਹੜੀ ਪੈਸੇ ਔਰ ਸਮੇਂ ਦੀ ਬਰਬਾਦੀ ਆ ਹਸਨ ਉਹ ਵੀ ਹੋ ਰਹੀ ਹੈ। ਰਾਈਟ। ਸੋ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਵਿੱਚੋਂ ਤੁਹਾਡਾ ਸਾਥ ਦੇਣ ਦੇ ਲਈ ਤੁਸੀਂ ਕਿਸੇ ਨਾਲ ਗੱਲ ਕਰਨਾ ਜਾਂ ਕਹਵਾਉਣਾ ਚਾਹੁੰਦੇ ਹੋ? ਨਹੀਂ ਜੀ ਮੈਨੂੰ ਉਹਨਾਂ ਨੇ ਕੋਰਟ ਚ ਬੁਲਾਇਆ। ਮਾਨਯੋਗ ਅਦਾਲਤ ਨੇ ਜੋ ਮੇਰੇ ਘਰੇ ਸੱਮਣ ਭੇਜਿਆ। ਮੈਂ ਉਹ ਫੜਿਆ। ਫਿਰ ਮੈਂ ਆਪਦੇ ਭਰਾਵਾਂ ਨਾਲ ਮੈਂ ਤਤਾਰਲਾ ਕੀਤਾ ਹਨਾ ਜੀ ਤੇ ਇਹ ਮੇਰੇ ਇਹ ਵੀ ਉਹਨਾਂ ਕਰੇ ਉਹਨਾਂ ਕਰਕੇ ਉਹਨਾਂ ਦੇ ਅਧੀਨ ਮੈਨੂੰ ਇਹ ਸਾਰੇ ਮਿਲੇ ਆ ਜਿਹੜੇ ਸਤਕਾਰਯੋਗ ਹੈ ਹੈਨਾ ਜੀ ਸੋ ਇਹਨਾਂ ਨੇ ਮੈਨੂੰ ਇਹ ਚੀਜ਼ ਦਾ ਹੌਸਲਾ ਵੀ ਦਿੱਤਾ ਵੀ ਜੇ ਤੂੰ ਸੱਚਾ ਹੈ ਤਾਂ ਅਸੀਂ ਤੇਰੇ ਨਾਲ ਆ ਤੇ ਬਾਕੀ ਮੈਂ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਵੀ ਜਿਹੜੀ ਮਿਹਨਤ ਆ ਮੇਰੀ ਮੇਰੀ ਮਿਹਨਤ ਲੋਕਾਂ ਚ ਬੋਲੂਗੀ ਇਹ ਨੂੰ ਇਹ ਹੰਕਾਰ ਨਹੀਂ ਹੈ ਇਹ ਮਾਣ ਨਹੀਂ ਹੈ ਮੇਰਾ ਲੋਕੋ ਘਰ ਦੇਖ ਸਕਦੇ ਆ ਤਿੰਨਾਂ ਸਾਲਾਂ ਚ ਹਸਨਵਾਨ ਨੇ ਕੀ ਕਮਾਇਆ ਤੁਸੀਂ ਮੇਰਾ ਬੈਂਕ ਬੈਂਕ ਅਕਾਊਂਟ ਚੈੱਕ ਕਰ ਸਕਦੇ ਹੋ ਵੀ ਉਹ ਬੰਦੇ ਨੇ ਮੈਨੂੰ ਹੁਣ ਤੱਕ ਕੀ ਦਿੱਤਾ ਠੀਕ ਆ ਜਿੱਥੇ ਜਿੱਥੇ ਮੈਂ ਪ੍ਰੋਗਰਾਮ ਲਾਇਆ ਮੈਂ ਸਾਰੇ ਲੋਕਾਂ ਨੂੰ ਕਿਹਾ ਵੀ ਭਾਈ ਮੇਰੇ ਨਾਲ ਰਾਬਤਾ ਸਾਂਝਾ ਕਰੋ ਟੋੜਾ ਮੈਂ ਚਿਹਰਾ ਨਹੀਂ ਲੈ ਕੇ ਆਉਂਦਾ ਮੂਰੇ ਜੇ ਤੁਹਾਨੂੰ ਡਰ ਹੈ ਪਰ ਮੈਨੂੰ ਯਾਰ ਦੱਸ ਤਾਂ ਦਿਓ ਜਾਂ ਜਿਹੜੇ ਭਰਾਵਾਂ ਨੇ ਮੇਰੇ ਨਾਲ ਗੀਤ ਰਿਕਾਰਡ ਕੀਤੇ ਆ ਜੀ ਜਿਨ੍ਹਾਂ ਨੇ ਮੇਰੀ ਕੰਪਨੀ ਨੂੰ ਪੈਸੇ ਦਿੱਤੇ ਆ ਕੋਈ ਬੰਦਾ ਉੱਠ ਕੇ ਇਹ ਗੱਲ ਕਹਿ ਦੇਵੇ ਕੋਈ ਕਲਾਕਾਰ ਕੋਈ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਬੁੱਕ ਕੀਤੇ ਆ ਵੀ ਅਸੀਂ ਹਸਨ ਮਾਨਕ ਦੇ ਅਕਾਊਂਟ 'ਚ 5000 ਜਾਂ 10000 ਰੁਪਇਆ ਐਡਵਾਂਸ ਪ੍ਰੋਗਰਾਮ ਦੀ ਪੇਮੈਂਟ ਜਾਂ ਗੀਤ ਦੀ ਕੋ ਪੇਮੈਂਟ ਪਾਈ ਹੋਵੇ ਤਾਂ ਮੈਂ ਦੇਣਦਾਰ ਹਾਂ ਜੀ ਉਹ ਚੀਜ਼ ਦਾ ਜੀ ਇਸ ਤਰ੍ਹਾਂ ਦੇ ਕੇਸ ਕੀ ਇਹ ਪਹਿਲੀ ਵਾਰ ਤੁਹਾਡੇ ਵੱਲੋਂ ਹੋ ਰਿਹਾ ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਐਦਾਂ ਦੀ ਕੰਟਰੋਵਰਸਿਸ ਨੂੰ ਹੈਂਡ ਅ ਨਹੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸਸ ਹੁੰਦੇ ਨੇ ਤੇ ਜੋ ਅਸੀਂ ਨਾਲ ਕਰਦੇ ਵੀ ਰਹਨੇ ਆ ਪਰ ਇਸ ਤਰ੍ਹਾਂ ਦੇ ਕੰਟਰੈਕਟ ਮੈਂ ਪਹਿਲੀ ਵਾਰ ਦੇਖਿਆ ਜਿਹਦੇ ਵਿੱਚ ਬੰਦੇ ਨੂੰ ਇੱਕ ਤਰ੍ਹਾਂ ਗੁਲਾਮ ਬਣਾ ਲਿਆ ਗਿਆ ਜੇ ਕਿਸੇ ਕਿਸੇ ਪਾਸੇ ਜਾਬ ਨਹੀਂ ਸਕਦਾ ਕੁਝ ਵੀ ਉਹਨਾਂ ਤੋਂ ਬਿਨਾ ਪੁੱਛੇ ਕਰ ਨਹੀਂ ਸਕਦਾ ਇਵਨ ਇਸ ਦਾ ਪਾਸਵਰਡ ਵੀ ਅੱਜ ਦੀ ਡੇਟ ਚ ਉਸ ਬੰਦਿਆਂ ਕੋਲੇ ਪਿਆ ਇੱਕ ਕਾਨੂੰਨੀ ਅਪਰਾਧ ਆ ਤੇ ਅਸੀਂ ਇਹਦੇ ਲਈ ਇਹ ਕਾਰਵਾਈ ਅੱਗੇ ਕਰਾਂਗੇ ਜੀ ਜੇ ਤੁਸੀਂ ਸਹੀ ਸੱਚ ਦਾ ਸਾਥ ਦੇ ਰਹੇ ਹੋ ਇਹਨਾਂ ਦੇ ਨਾਲ ਖੜੇ ਹੋ ਤੇ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ੇਸ ਨੇ ਔਰ ਪਰਮਾਤਮਾ ਤੁਹਾਨੂੰ ਵੀ ਭਾਗ ਲਾਵੇ ਸੋ ਤੁਹਾਡਾ ਪ੍ਰੋਫੈਸ਼ਨ ਹੈ ਸੋ ਥੈਂਕਸ ਟੂ ਯੂ ਕਿ ਤੁਸੀਂ ਹਮੇਸ਼ਾ ਸਾਥ ਬੰਦੇ ਹੋ ਔਰ ਪਰਿਵਾਰ ਵਾਂਗੂ ਨਾਲ ਤੁਰਦੇ ਹੋ ਸੋ ਹਸਨ ਤੁਹਾਡੇ ਨਾਲ ਵਾਪਸ ਗੱਲਬਾਤ ਕਰਨਾ ਚਾਹਾਂਗੇ ਇਸ ਤੋਂ ਇਲਾਵਾ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਹੈ ਜੋ ਤੁਹਾਨੂੰ ਮਹਿਸੂਸ ਹੋ ਰਹੀ ਹੈ ਉਹ ਕੀ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਨੁਕਸਾਨ ਤਾਂ ਦੋਨਾਂ ਤਰ੍ਹਾਂ ਦਾ ਹਰ ਪਾਸਿਓਂ ਹੋ ਰਿਹਾ ਹੈ ਨਹੀਂ ਜੀ ਉਹ ਕਹਿੰਦੇ ਵੀ ਅਸੀਂ ਜੱਦੀ ਪੁਛਤੀ ਸਰਦਾਰ ਹੈ ਵੀ ਅਮਰੀਕਾ ਚ ਵੀ ਅਸੀਂ ਕੰਮ ਕਰਦੇ ਆਂ ਵੀ ਅਸੀਂ ਇਹਨੇ ਡਾਲਰ ਕਮਾਉਨੇ ਆਂ ਵੀ ਮੈਂ ਇੱਕ ਜੂਸ ਦੀ ਰੇੜੀ ਲਾਉਣ ਵਾਲਾ ਬੰਦਾ ਜੀ ਠੀਕ ਹੈ ਜੀ ਉਹਨਾਂ ਨੇ ਇਹ ਚੀਜ਼ ਲੋਕਾਂ ਚ ਕਹੀ ਆ ਵੀ ਉਹ ਜੂਸ ਦੀ ਰੇੜੀ ਲਾਉਣ ਵਾਲਾ ਬੰਦਾ ਉਹਦਾ ਮੇਰੇ ਨਾਲ ਲੈਵਲ ਨਹੀਂ ਹੈ ਮੈਂ ਇਹ ਗੱਲ ਕਹਿੰਦਾ ਵੀ ਉਹਨਾਂ ਨੇ ਆਪ ਵੀ 10 ਸਾਲ ਪਹਿਲਾਂ ਕੈਸਟ ਕੀਤੀ ਸੀ ਗਾਇਆ ਸੀ ਉਹ ਨਹੀਂ ਚੱਲੇ ਹੁਣ ਗਾ ਲੈਣ ਉਹ ਕਹਿੰਦੇ ਵੀ ਅਸੀਂ ਹਸਨਮਾਨਕ ਬਣਾਇਆ ਮੇਰੀ ਮਿਹਨਤ 3 ਸਾਲਾਂ ਦੀ ਮੈਨੂੰ ਦੇ ਦੇਣਾ ਮੇਰੀ 3 ਸਾਲਾਂ ਦੀ ਮਿਹਨਤ ਦੇ ਦੇਣਾ ਮੈਂ ਰੁਪਈਆ ਨਹੀਂ ਲੈਂਦਾ ਮੇਰੀ ਜਾਨ ਛੱਡ ਦੇਣ ਮਾਲਕ ਉਹਨਾਂ ਦਾ ਭਲਾ ਕਰੇ ਪਰ ਤਿੰਨਾਂ ਸਾਲਾਂ ਤੋਂ ਇੰਨਾ ਟੌਰਚਰ ਤੁਸੀਂ ਮਤਲਬ ਕੀ ਸੋਚ ਕੇ ਲੈ ਰਹੇ ਸੀ ਮੇਰੀ ਗੱਲ ਸੁਣੋ ਜੀ ਜਦੋਂ ਆਪਾਂ ਕਿਸੇ ਕਾਗਜ਼ ਤੇ ਲਿਖ ਦਿੰਨੇ ਨਾ ਜੇ ਮੈਂ ਨਾ ਸਿਆਣਾ ਹੁੰਦਾ ਹਨਾ ਤਾਂ ਮੈਨੂੰ ਫੇਰ ਮੈਂ ਇਹ ਚੱਕਰਾਂ 'ਚ ਨਾ ਹੀ ਫਸਦਾ ਉਹਨਾਂ ਨੇ ਮੈਨੂੰ ਕਹਿਣਾ ਵੀ ਆ ਐਗਰੀਮੈਂਟ ਤੇ ਸਹਿਣਾ ਚਾਹੇ ਰੋ ਕੇ ਕੱਟ ਲਾ ਚਾਹੇ ਹੱਸ ਕੇ ਕੱਟ ਲਾ ਇਹ ਤਾਂ ਮਿੱਤਰਾਂ ਤੈਨੂੰ ਕੱਟਣਾ ਹੀ ਪੈਣਾ ਇਹ ਚੀਜ਼ ਦਾ ਪ੍ਰਭਾਵਕ ਦੀ ਉਦੋਂ ਨਹੀਂ ਤੁਸੀਂ ਦਿਮਾਗ ਤੇ ਬੋਝ ਰੱਖਦੇ ਸੀ ਜਦੋਂ ਤੁਸੀਂ ਸ਼ੋਅ ਲਗਾਣ ਜਾਂਦੇ ਸੀ ਕਿਉਂਕਿ ਕਲਾਕਾਰ ਤਾਂ ਬਹੁਤ ਕੋਲੇ ਦਿਲ ਦਾ ਹੁੰਦਾ ਸਾਰੇ ਕਹਿੰਦੇ ਸੀ ਤੂੰ ਖਿਆ ਰਹਿਣਾ ਤੁਸੀਂ ਵੀ ਮੈਨੂੰ ਬਹੁਤ ਵਾਰੀ ਕਿਹਾ ਜੀ ਆਪਾਂ ਆਫ ਕੈਮਰਾ ਵੀ ਮਿਲਿਆ ਨਾ ਜੀ ਤੁਸੀਂ ਬਹੁਤ ਸਾਡੇ ਸਤਿਕਾਰਯੋਗ ਐ ਮੈਂ ਤੁਹਾਡੇ ਸਟੂਡੀਓ ਕਿੰਨੇ ਵਾਰੀ ਆਇਆ ਤੁਸੀਂ ਮੈਨੂੰ ਕਹਿਣਾ ਵੀ ਹਸਨ ਭਾਜੀ ਕੀ ਚੱਕਰ ਆ ਵੀ ਤੁਸੀਂ ਗੁੱਸੇ ਚ ਰਹਿੰਦੇ ਆ ਉਹਦਾ ਕਾਰਨ ਇਹੀ ਸੀ ਵੀ ਮੈਂ ਆਪਣਾ ਦਰਦ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦਾ ਜੇ ਤਾਂ ਹੁਣ ਬਾਈ ਮੇਰੇ ਨਾਲੋਂ ਛੋਟਾ ਹੁੰਦਾ ਤਾਂ ਮੈਂ ਤਾਂ ਉਹਨੂੰ ਝਿੜਕ ਦਿੰਦਾ ਜਾਂ ਉਹ ਨਿਆਣਾ ਹੁੰਦਾ ਉਹ ਇੱਕ ਸਿਆਣਾ ਬੰਦਾ ਇੱਕ ਸੁਲਝਾ ਇੱਕ ਤਾਂ ਕਹਿ ਰਿਹਾ ਵੀ ਅਸੀਂ ਹਸਨ ਮਾਨਕ ਨੂੰ ਬਲੰਦੀਆਂ ਤੇ ਲੈ ਕੇ ਜਾਣਾ ਹੈ ਜੀ ਹੈਨਾ ਜੀ ਇੱਕ ਉਹ ਬੰਦਾ ਕਹਿ ਰਿਹਾ ਵੀ ਇਹਦਾ ਕੋਈ ਲੈਵਲ ਨਹੀਂ ਹੈਨਾ ਜੀ ਇੱਕ ਉਹ ਬੰਦਾ ਕਹਿੰਦਾ ਵੀ ਹੂ ਆਰ ਯੂ ਵੀ ਉਹ ਕੌਣ ਅਸੀਂ ਤਾਂ ਪਹਿਲੇ ਗੱਡੀਆਂ ਵਾਲੇ ਸੀ ਇੱਕ ਉਹ ਕਹਿੰਦਾ ਸਾਡੇ ਕੋਲ ਗ੍ਰੀਨ ਕਾਰਡ ਹੈ ਇੱਕ ਉਹ ਕਹਿੰਦਾ ਅਸੀਂ ਤਾਂ ਡੁੱਬ ਗਏ ਅਸੀਂ ਇਹਦੀ ਖਾਤਰ ਲਿਮਟਾ ਚੱਕ ਲਈਆਂ ਵੀ ਇੱਕ ਵਿਚਾਰ ਤਾਂ ਰੱਖੋ ਇੱਕ ਤਾਂ ਗਈਆਂ ਤੇ 55 ਲੱਖ ਲਾਤਾ ਸਮਝਣਾ ਚਾਹੁੰਦਾ ਨੇ ਲਿਖ ਕੇ ਭੇਜਿਆ ਦੂਜਾ ਉਹ ਕਹਿੰਦੇ ਜੀ ਵੀ ਅਖੇ 55 ਲੱਖ ਰੁਪਈਆ ਮੇਰਾ ਲੱਗਿਆ ਹੁਣ ਤੱਕ ਫੇਰ ਕਹਿੰਦੇ ਮੈਂ ਤਾਂ 25 ਚ ਹੀ ਮੰਨ ਗਿਆ ਸੀ ਜੇ ਮੈਨੂੰ 25 ਦੇ ਦਿੰਦਾ ਇਹਦਾ ਮਤਲਬ ਉਹਨਾਂ ਦਾ ਕੋਹ ਵੀ ਨਹੀਂ ਲੱਗਿਆ ਜੀ ਜਿਹੜੇ ਬੰਦੇ ਦਾ 55 ਲੱਖ ਲੱਗਿਆ ਹੋਵੇ ਉਹ 25 ਚ ਕਿਵੇਂ ਮੰਨ ਜੂਗਾ ਤੁਸੀਂ ਦੱਸੋ ਮੈਨੂੰ ਉਹ ਮੰਨ ਜੂਗਾ ਜੀ ਬਿਲਕੁਲ ਉਹੀ ਗੱਲ ਕਰਨਾ ਚਾਹੁੰਦੀ ਆ ਵੀ ਤੁਸੀਂ ਘਰ ਦਾ ਅਸੀਂ ਦੇਖਿਆ ਮੀਡੀਆ ਤੇ ਵਿੱਚ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਤੁਹਾਡੇ ਘਰ ਦੇ ਕੰਡੀਸ਼ਨ ਵੀ ਦੇਖਣ ਨੂੰ ਆ ਰਹੀ ਹੈ ਹੈਨਾ ਪੈਰੈਂਟਸ ਦਾ ਕੀ ਕਹਿਣਾ ਕਿਉਂਕਿ ਜਦੋਂ ਘਰ ਦਾ ਇੱਕ ਵੀ ਜੀ ਕਹਿੰਦੇ ਵੀ ਕਹਿ ਲੋ ਜ਼ਖਮੀ ਹੁੰਦਾ ਇਹਨੂੰ ਤਾਂ ਤਿਵਾਵਾ ਜੀ ਸਾਰੇ ਇਨਵੋਲਵ ਹੁੰਦੇ ਆ ਸਾਰੇ ਇਫੈਕਟ ਹੁੰਦੇ ਆ ਸਭ ਤੇ ਹੀ ਉਸ ਚੀਜ਼ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਸੋ ਇਸ ਵਕਤ ਜੇ ਮਦਰਸ ਦੀ ਮਦਰ ਦੀ ਗੱਲ ਕਰੀਏ ਫਾਦਰ ਜਾਂ ਘਰ ਦੇ ਘਰ ਦਾ ਮਾਹੌਲ ਕੀ ਹੈ ਹਸਨ ਇਸ ਟਾਈਮ ਘਰ ਦਾ ਮਾਹੌਲ ਤਾਂ ਇਹੀ ਜਿਵੇਂ ਮਰਗ ਹੋ ਜਾਂਦੀ ਕਿਸੇ ਦੇ ਘਰੇ ਹੁਣ ਜੇ ਮੈਂ ਹੂੰ ਕੰਬਲ ਲੈ ਕੇ ਵੀ ਬੈਠ ਤੇ ਪਿਆ ਜਨਾ ਮੇਰੀ ਮਾਤਾ ਉਹਦੀ ਆ ਕੇ ਪੁੱਛਣ ਲੱਗ ਜਾਂਦੀ ਕੋਲੇ ਜੀ ਸੱਚਨ ਵਕਤ ਹੁੰਦਾ ਵਕਤ ਹੁੰਦਾ ਮੇਰੇ ਬਕਤੋਂ ਦਾ ਕੋਈ ਗੱਲ ਨਹੀਂ ਉਹ ਆਗੇ ਸਾਰਾ ਆਗੇ ਪੁੱਛਣ ਲੱਗ ਜਾਂਦੀ ਐ ਵੀ ਇਹ ਪਿਆ ਕਾ ਤੋ ਆ ਮੇਰੇ ਵੱਲੋਂ ਬਾਤ ਦੋਆ ਵਹੀ ਉਹ ਬੰਦੇ ਦਾ ਨਾਂ ਨਿਸ਼ਾਨ ਨਹੀਂ ਰਹਿਣਾ ਦੁਨੀਆ ਤੇ ਮੇਰੀ ਗੱਲ ਯਾਦ ਰੱਖਿਓ ਉਹ ਬੰਦਾ ਇੰਨਾ ਪਛਤਾਊਗਾ ਜੋਦੇ ਕੋਲੇ ਹਸਰਮਾਨਕ ਨਹੀਂ ਹੈਗਾ ਪੈਸਾ ਹੋਊਗਾ ਪਰ ਮੈਂ ਮੇਰੀ ਬਾਤ ਦੋਆ ਆਇਆ ਸੀ ਭਾਈ ਮਰਦਾਨੇ ਦੀ ਲਾਦ ਹੈ ਉਹ ਬੰਦਾ ਇਸ ਤਰੀਕੇ ਨਾਲ ਮੈਂ ਜੇ ਕਹਿਣਾ ਉਹਦਾ ਭਲਾ ਹੋਵੇ ਮੇਰੀ ਮਾਂ ਦਾ ਦਿਲ ਦੁਖੀ ਕੀਤਾ ਮੇਰੇ ਪਿਓ ਦਾ ਕੀਤਾ ਮੇਰੀ ਦਾਦੀ ਦਾ ਕੀਤਾ ਮੇਰੇ ਭਰਾ ਦਾ ਕੀਤਾ ਮੈਨੂੰ ਤੋੜਿਆ ਵੀ ਮੇਰੇ ਨਾਲੋਂ ਪਰ ਹਸਨ ਉਹਦਾ ਦੀ ਸਟੇਟਮੈਂਟ ਹਜੇ ਵੀ ਇਹੀ ਹੈ ਕਿ ਅਸੀਂ ਇਹੀ ਸਮਝਦੇ ਆ ਵੀ ਇਹ ਨਿਆਣ ਮਾਤਾ ਤੇ ਬੱਚਾ ਆ ਤੇ ਬੱਚਾ ਸਮਝ ਕੇ ਬੋਲ ਰਿਹਾ ਆ ਤੇ ਸ਼ਾਇਦ ਸ਼ਾਇਦ ਬਹਿਕਾਵੇ ਚ ਆ ਕੇ ਇਹ ਇੰਨਾ ਜ਼ਿਆਦਾ ਇਸ ਚੀਜ਼ ਨੂੰ ਮਤਲਬ ਹਵਾ ਦੇ ਰਿਹਾ ਆ ਮੈਨੂੰ ਜੀ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਂ ਸੋਚਦਾ ਰਹਿਣਾ ਮੇਰੇ ਮੈਨੂੰ ਟੀਚਰਾਂ ਕਰਦੇ ਲੋਕ ਜਿਹੜੇ ਮੇਰੇ ਤੇ ਲੱਗਦੇ ਸੀ ਨਾ ਉਹ ਟੀਚਰ ਕਰਦੇ ਆ ਵੀ ਹਾਂ ਬਈ ਹੁਣ ਕਿਵੇਂ ਆ ਠੀਕ ਆ ਨਾ ਉਹ ਬੰਦੇ ਨੇ ਮੇਰੇ ਨਾਲ ਮਾੜੀ ਕੀਤੀ ਆ ਮੈਂ ਇਹ ਚੀਜ਼ ਕਹਿਣਾ ਪਰ ਇੱਕ ਇਹ ਸਾਡੀ ਬਦ ਦੁਆ ਹੁੰਦੀ ਹੈ ਇਹ ਠੀਕ ਆ ਉਹ ਮੈਂ ਕਹਣਾ ਵੀ ਜਮਾ ਉਹ ਆਪਣੇ ਆਪ ਚ ਸਹੀ ਆ ਜੇ ਉਹਦੇ ਦਿਲ ਚ ਰਹਿਮ ਹੈਗਾ ਮੈਂ ਅੱਜ ਵੀ ਕਹਣਾ ਜਿਹੜੇ ਦਿਲ ਚ ਕੋਈ ਰਹਿਮ ਆਂਦੀ ਚੀਜ਼ ਹੈਗੇ ਮੈਨੂੰ ਬਖਸ਼ੇ ਮੈਂ ਉਹਦੇ ਨਾਲ ਨਾ ਮੈਂ ਲੜਾਈ ਕਰਨੀ ਚਾਹਣਾ ਨਾ ਮੈਂ ਉਹਦੇ ਨਾਲ ਝਗੜਾ ਕਰਨਾ ਚਾਹਣਾ ਜੀ ਮੇਰੀ ਜਾਨ ਬਹੁਤ ਔਖੀ ਆ ਜੇ ਮੈਂ ਕੱਲੂ ਮਰ ਗਿਆ ਅੰਦਰ ਪਿਆ ਪਿਆ ਉਹਦਾ ਜ਼ਿੰਮੇਵਾਰ ਇੰਦੀ ਬਲਿੰਗ ਹੋਊਗਾ ਫਿਰ ਐਨਾ ਕਿ ਮੇਰੀ ਇਹੋ ਗੱਲ ਬੰਦਾ ਯਾਦ ਰੱਖੇ ਹਾਂ ਪਰ ਉਥੇ ਇੰਦੀ ਦਾ ਵੀ ਇਹੀ ਕਹਿਣਾ ਹੈ ਕਿ ਜਿਸ ਟਰੋਮਾ ਚ ਹੁਣ ਮੈਂ ਗੁਜ਼ਰ ਰਿਆਂ ਲੋਕੀ ਮੈਨੂੰ ਮਾੜਾ ਚੰਗਾ ਬੋਲ ਰਹੇ ਨੇ ਮੈਨੂੰ ਗਾਲਾਂ ਕੱਢ ਰਹੇ ਨੇ ਪਰਸਨਲ ਨੰਬਰ ਤੇ ਤੇ ਉਹ ਮੇਰਾ ਜ਼ਿੰਮੇਵਾਰ ਉਹ ਹੋਏਗਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਮਤਲਬ ਕਿ ਤੀਜੇ ਸਾਰਿਆਂ ਲੋਕਾਂ ਲਈ ਕਿਤੇ ਨਾ ਕਿਤੇ ਤਮਾਸ਼ਾ ਬਣੀ ਹੋਈ ਆ ਪਰ ਤੁਹਾਡੇ ਦੋਨਾਂ ਦੀ ਮਾਨਸਿਕਤਾ ਤੇ ਤੇ ਤੁਹਾਡੀ ਨਿੱਜੀ ਜ਼ਿੰਦਗੀ ਤੇ ਬਹੁਤ ਗੂੜਾ ਪ੍ਰਭਾਵ ਛੱਡ ਰਹੀ ਹੈ ਮਾਨਸਿਕਤਾ ਤਾਂ ਉਹਨਾਂ ਦੀ ਜੀ ਤਾਂ ਖਰਾਬ ਹੋਵੇ ਜੇ ਉਹਨਾਂ ਨੇ ਮੇਰੇ ਨਾਲ ਕਦੇ ਗੱਲ ਕੀਤੀ ਹੋਵੇ ਜੀ ਉਹਨਾਂ ਨੇ ਪੰਚਾਇਤ ਚ ਮੈਨੂੰ ਜਲੀਲ ਕੀਤਾ ਫਿਰ ਮੈਨੂੰ ਇੱਥੇ ਮੈਂ ਹੁਣ ਆਉਣਾ ਹ ਮੈਥੇ ਆਉਣਾ ਨਾ ਜਦੋਂ ਮੈਨੂੰ ਬੁਲਾਇਆ ਜਾਂਦਾ ਮਾਉਣਾ ਪਹਿਲੀ ਗੱਲ ਤਾਂ ਇਹ ਇੰਨੇ ਚੰਗੇ ਚੰਗੇ ਆ ਮੈਨੂੰ ਕਹਿੰਦੇ ਤੈਨੂੰ ਆਉਣ ਦੀ ਲੋੜ ਨਹੀਂ ਕਿ ਅਸੀਂ ਆਪੇ ਗੱਲ ਕਰ ਲਾਂਗੇ ਵੀ ਤੇਰੇ ਕੋਲ ਇੰਨੀ ਹਜੇ ਉਹ ਆਉਣ ਵਾਲੀ ਤੇਰੇ ਕੋਲ ਪੂੰਜੀ ਹੈ ਨਹੀਂ ਇਹਨਾਂ ਨੇ ਮੈਂ ਤਾਂ 1 ਰੁਪਿਆ ਵੀ ਨਹੀਂ ਲਿਆ ਜੀ ਅਜੇ ਤੱਕ ਮੇਰੀ ਆ ਦੂਜੀ ਤਰੀਕਾ ਅੱਜ ਹੈ ਨਾ ਜੀ ਪਰ ਮੈਂ ਇੱਕ ਗੱਲ ਕਹੂੰਗਾ ਉਹ ਬੰਦੇ ਨੂੰ ਵੀ ਤੇਰੇ 'ਚ ਕੋਈ ਰਹਿਮ ਨਾ ਦੀ ਕੋਈ ਚੀਜ਼ ਹੈ ਹੀ ਨਹੀਂ ਤੇਰੇ ਦਿਲ 'ਚ ਕੋਈ ਕਦੇ ਤੈਨੂੰ ਤੇਰੇ ਦਿਲ 'ਚ ਕਦੇ ਕੋਈ ਤਰਸਣਾ ਦੀ ਚੀਜ਼ ਆਉਂਦੀ ਹੀ ਨਹੀਂ ਕਿਸੇ ਲਈ ਠੀਕ ਹੈ ਨਾ ਕੋਈ ਤਰਸ ਕਦੇ ਤਾਂ ਬੰਦਾ ਮੈਂ ਕਹਿੰਦਾ ਜੀ ਬੰਦਾ ਸੱਤ ਬਗਾਨੇ ਤੇ ਵੀ ਤਰਸ ਖਾ ਲੈਂਦਾ ਉਹ ਬੰਦੇ ਤੇ ਤਰਸ ਨਾ ਦੀ ਕੋਈ ਚੀਜ਼ ਹੀ ਨਹੀਂ ਦਿਲ 'ਚ ਉਹਨੂੰ ਕੀ ਮਾੜਾ ਉਹਦਾ ਕੀ ਦੱਸੋ ਕਿੱਥੇ ਉਹ ਕਿੱਥੇ ਐਡਮਿਟ ਹੋਇਆ ਜਾ ਕੇ ਉਹ ਤਾਂ ਐ ਹੁੱਬ ਕੇ ਕਹਿ ਰਿਹਾ ਕਹਿੰਦਾ ਇਹ ਕਿਲਾ ਕੱਢਣਾ ਸੀ ਤੌਣ ਚ ਕਹਿੰਦਾ ਉਹ ਕੱਢ ਦਿਆਂਗੇ ਉਹ ਇਦਾਂ ਦੀਆਂ ਗੱਲਾਂ ਕਰਦਾ ਜੀ ਹੁਣ ਮੈਂ ਜੇ ਦਿੱਲੀ ਆ ਉਹਦੀ ਮਾਂ ਕੋਲੇ ਰਹੂੰਗਾ ਜਾਂ ਭਰਾ ਕੋਲੇ ਰਹੂੰਗਾ ਉਹਨਾਂ ਦਾ ਤਾਂ ਹੌਸਲਾ ਰਹਿਣਾ ਨਹੀਂ ਠੀਕ ਹੈ ਨਾ ਜੀ ਸੋ ਤੁਹਾਡੇ ਨਾਲ ਅੱਜ ਦੇਖ ਰਿਹਾ ਵੀ ਬਹੁਤ ਜਨੇ ਖੜੇ ਨੇਗੇ ਹਨ ਮੋਟਾ ਬਣ ਕੇ ਜੀ ਸਸ਼ਕਲ ਜੀ ਮੈਂ ਲਖੀਸ਼ੇ ਖਪੂਰੀ ਇਹਨਾਂ ਨੇ ਗਾਇਆ ਮੇਰੇ ਮਾਮਾ ਜੀ ਆਏ ਹੋਇਆ ਨਾਲ ਅੱਛਾ ਹਾਂ ਤੁਹਾਡਾ ਇਹ ਵੀ ਸਵਾਲ ਸੀਗਾ ਵੀ ਪਰਿਵਾਰ ਕਿੱਥੇ ਆ ਪਰਿਵਾਰ ਕਿੱਥੇ ਆ ਹਨਾ ਮੇਰੇ ਵੱਡੇ ਮਾਮਾ ਜੀ ਪਰਗਟ ਖਾਨ ਉਹ ਛੋਟੇ ਜਗਦੇਵ ਖਾਨ ਹਨਾ ਜੀ ਉਹ ਇਹਨਾਂ ਨੂੰ ਵੀ ਉਹ ਕਹਿੰਦਾ ਰਿਹਾ ਵੀ ਟਾਰਗੇਟ ਕਰਦਾ ਰਿਹਾ ਵੀ ਤੂੰ ਇਹਨਾਂ ਨੂੰ ਕਹਿ ਵੀ ਇਹਨਾਂ ਨੇ ਮੇਰੇ ਲਈ ਕੀ ਕੀਤਾ ਸੋ ਜੇ ਮੈਂ ਮੈਂ ਆਪਣੇ ਨੂੰ ਕਿਹਾ ਉਹਨੂੰ ਤਾਂ ਇਹ ਚੀਜ਼ ਦਾ ਕੋਈ ਉਹਨੂੰ ਦੁੱਖ ਨਹੀਂ ਜੇ ਮੈਂ ਕਹਾਂ ਮਾ ਆਪਦੇ ਨੂੰ ਕਿਹਾ ਆਪਦੇ ਨੇ ਕਿਹਾ ਜੀ ਮੇਰਾ ਠੇਕਾ ਲਿਆ ਹੋਇਆ ਸੀ ਵੀ ਮੇਰੇ ਲਈ ਕਰ ਦੇ ਇਹਨਾਂ ਦੇ ਆਪਣੇ ਬੱਚੇ ਸੀ ਤੇ ਹਸਨ ਇੱਕ ਇੱਕ ਜਿਹੜਾ ਐਗਰੀਮੈਂਟ ਸੀ ਉਹ ਇੰਨਾ ਭਾਰਾ ਪੈ ਗਿਆ ਉੱਥੇ ਸਾਈਨ ਕਰਨਾ ਤੁਹਾਨੂੰ ਕਿ ਤੁਸੀਂ ਇੰਡਸਟਰੀ ਦੇ ਖਿਲਾਫ ਬੋਲ ਕੇ ਇੰਡਸਟਰੀ ਅਗੇਂਸਟ ਕਰ ਲਈ ਪਰਿਵਾਰ ਖਿਲਾਫ ਬੋਲ ਕੇ ਪਰਿਵਾਰ ਖਿਲਾਫ ਕਰ ਲਿਆ ਅੱਜ ਤੁਹਾਨੂੰ ਇੰਨਾ ਪਛਤਾਵਾ ਹੋ ਰਿਹਾ ਤੁਸੀਂ ਇਹਨਾਂ ਚੀਜ਼ਾਂ ਨੂੰ ਨਾਲ ਦੇ ਨਾਲ ਮਹਿਸੂਸ ਕਰਕੇ ਕਦੀ ਨਹੀਂ ਸੋਚਿਆ ਵੀ ਕਿਸੇ ਨੂੰ ਮੈਂ ਕਵਾਂ ਵੀ ਮੇਰੀ ਮਦਦ ਕਰੋ ਜਾਂ ਮੈਂ ਇੰਦੀ ਨਾਲੀਆਂ ਬਾਕੀ ਦੇ ਘਰ ਜਿਹਦੇ ਜੀਆਂ ਨਾਲ ਗੱਲ ਕਰਾ ਜਿਹੜੇ ਕਹਿੰਦੇ ਵੀ ਅਸੀਂ ਤਾਂ ਬੱਚਾ ਬਣਾ ਕੇ ਅਸਨ ਨੂੰ ਘਰ ਚ ਰੱਖਿਆ ਬੱਚਾ ਬਣਾ ਕੇ ਰੱਖਿਆ ਤਾਂ ਜੀ ਉਹ ਉਹ ਬੰਦੇ ਨੂੰ ਕਹਿੰਦੇ ਸਮਝਾਉਂਦੇ ਜਿਹੜਾ ਬੰਦਾ ਜਿਵੇਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਜੇ ਬਲੋਕ ਮੈਨੂੰ ਟਾਈਮ ਦਿੱਤਾ ਜਾਂਦਾ ਸੀ ਐਨੇ ਟਾਈਮ 'ਚ ਮੁੜਨਾ ਵਾਪਸ ਵੀ ਕਿਸੇ ਨੂੰ ਮਿਲਣ ਨਾਲ ਨਹੀਂ ਕਿਸੇ ਨੂੰ ਆ ਬੰਦੇ ਗਵਾ ਖੜੇ ਆ ਮੈਂ ਉਹਦੇ ਮਾਮੇ ਦੇ ਘਰੇ ਨਹੀਂ ਸੀ ਕਦੇ ਗਿਆ ਦੋ ਗਲੀਆਂ ਛੱਡ ਕੇ ਇਹਨਾਂ ਦਾ ਘਰ ਆ ਮੈਨੂੰ ਇਹਨਾਂ ਦੇ ਘਰੇ ਵੀ ਉਹਨੇ ਕਹਿੰਣਾ ਉਹਨਾਂ ਨੂੰ ਮਿਲਣ ਜਾਂਦਾ ਹੋਏਗਾ ਚੋਰੀਆਂ ਵੀ ਚੋਰੀਆਂ ਨੂੰ ਮੈਂ ਕਹਣਾ ਕੋਈ ਉਹਨਾਂ ਨਾਲ ਵੀ ਕੋਈ ਡੀਲ ਕਰਨ ਚੱਲੇ ਆਂ ਕਾਸੇ ਦੀ ਨੰਬਰ ਮੇਰਾ ਨਹੀਂ ਕਿਤੇ ਚੱਲਦਾ ਤੁਹਾਡੇ ਕੋਲ ਮੇਰਾ ਨੰਬਰ ਸੀਗਾ ਜੀ ਪਹਿਲਾਂ ਹੋਣੀ ਆ ਨਾ ਜੀ ਪੇਜਾਂ ਤੇ ਉਹਨਾਂ ਦਾ ਨੰਬਰ ਚੱਲਦਾ ਪੇਜ ਮੇਰੇ ਉਹ ਵਰਤੀ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ ਹੈਨਾ ਜੀ ਸਾਰੇ ਪ੍ਰੋਗਰਾਮਾਂ ਦੇ ਪੈਸੇ ਉਹਨਾਂ ਦੇ ਅਕਾਊਂਟਾਂ ਚ ਆਉਂਦੇ ਰਹੇ ਆ ਆ ਬੰਦੇ ਕਦੇ ਮੈਨੂੰ ਆਏ ਨਹੀਂ ਸੀ ਮਿਲ ਸਕਦੇ ਵੀ ਮੈਨੂੰ ਸਪੈਸ਼ਲ ਕਹਿ ਦੇਣਗੇ ਵੀ ਚੱਲ ਅਸੀਂ ਤੈਨੂੰ ਕੁਝ ਖਵਾ ਪਿਆ ਲਿਓਨੇ ਆ ਸੋ ਐਨਾ ਮੇਰੇ ਤੇ ਉਹ ਚੀਜ਼ ਜੇ ਮੈਂ ਰੂਮ ਚ ਉੱਤਰਦਾ ਸੀ ਤਾਂ ਜਿਹੜੇ ਉਹ ਮੈਂ ਸੇਠ ਜੀ ਦੇ ਘਰੇ ਰਹਿੰਦਾ ਸੀ ਉਹਨੂੰ ਕਿਹਾ ਹੋਇਆ ਸੀ ਵੀ ਤੂੰ ਸਾਨੂੰ ਦੱਸਣਾ ਵੀ ਅਸਲ ਕਿੰਨੇ ਟਾਈਮ ਚ ਮੁੜਿਆ ਵੀ ਜਾਂ ਕੋਈ ਲਫਾਫਜ਼ ਇਹਦੇ ਹੱਥ ਚ ਜਾਂ ਕੀ ਲੈ ਕੇ ਆਇਆ ਉਹਦੇ ਪਰਿਵਾਰ ਨੇ ਵੀ ਉਹਦਾ ਸਾਥ ਹੀ ਦਿੱਤਾ ਪਰ ਮੇਰੀ ਆਦਤ ਉਦੇ ਘਰ ਕੇ ਉਹਦੇ ਪਰਿਵਾਰ ਨੂੰ ਆ ਭੰਡੂਗਾ ਉਹ ਨਰਦਈ ਬੰਦਾ ਕੋਈ ਨਹੀਂ ਮਾਲਕ ਉਹਦਾ ਭਲਾ ਕਰੇ ਕੋਈ ਚੱਕਰ ਨਹੀਂ ਜੀ ਸੋ ਵੀਰੇ ਤੁਸੀਂ ਅਜ ਇਹਨਾਂ ਦੇ ਨਾਲ ਖੜੇ ਹੋ ਸਭ ਤੋਂ ਖਾਸ ਵਜਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਲੱਗਾ ਕਿ ਜੇ ਇਹ ਗੱਲ ਹੋਈ ਗਈ ਹੈ ਤੇ ਮੈਨੂੰ ਹੁਣ ਖੜਨਾ ਚਾਹੀਦਾ ਹੈ ਦੇਖੋ ਜੀ ਇੱਕ ਇਨਸਾਨੀਅਤ ਤੌਰ ਤੇ ਕੋਈ ਇਨਸਾਨ ਕਲਾ ਨਾਲ ਪਿਆਰ ਕਰਦਾ ਆ ਉਹ ਇੰਨੇ ਸਾਲਾਂ ਤੋਂ ਮਿਹਨਤ ਕਰ ਰਿਹਾ ਸੋ ਅੱਜ ਇੱਕ ਇਨਸਾਨ ਉਹਦੇ ਮਤਲਬ ਜੰਜੀਰਾਂ ਪਾ ਰਿਹਾ ਵੀ ਹਾਂ ਮੈਂ ਇਹਨੂੰ ਬੰਨ ਕੇ ਕੈਦ ਕਰਕੇ ਰੱਖ ਲਾਂ ਤੇ ਇਹ ਮੇਰੀ ਜੰਜੀਰ ਚੋਂ ਬਾਹਰ ਨਹੀਂ ਨਿਕਲ ਸਕਦਾ ਇਹ ਬਿਲਕੁਲ ਹੀ ਗਲਤ ਕਰ ਲਿਆ ਸੋ ਇੱਕ ਇਨਸਾਨੀ ਤੌਰ ਤੇ ਸਾਨੂੰ ਨਾਲ ਖੜਨਾ ਚਾਹੀਦਾ ਬਾਕੀ ਅਸੀਂ ਵੀ ਕਲਾਕਾਰਾਂ ਆ ਆਰਟਿਸਟਾਂ ਅਸੀਂ ਕੋਲਾਬੋਰੇਸ਼ਨ ਕੀਤੀ ਆ ਇਹਨਾਂ ਦੇ ਨਾਲ ਹਸਨ ਸਾਹਿਬ ਦੇ ਨਾਲ ਸੋ ਉਹਨਾਂ ਦੇ ਥਰੂ ਮਿਲੇ ਸੀਗੇ ਉਹਨਾਂ ਨੂੰ ਆਪਾਂ ਸ਼ਗਨ ਵਗੈਰਾ ਜੋ ਵੀ ਦਿੱਤਾ ਸੋ ਅਸੀਂ ਹੁਣ ਜੋ ਸਾਨੂੰ ਸੁਣਨ ਚਾ ਰਿਹਾ ਵੀ ਇਹਨਾਂ ਤੱਕ ਕੁਝ ਵੀ ਨਹੀਂ ਪਹੁੰਚਿਆ 1 ਰੁਪਿਆ ਵੀ ਜੀ ਹਾਂ ਜੀ ਸੋ ਤੁਸੀਂ ਇਨਸਾਨੀਅਤ ਤੌਰ ਤੇ ਤੇ ਕਲਾਕਾਰ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਕਿ ਹਿੱਸਾ ਮੈਨੂੰ ਸਾਥ ਦੇਣਾ ਚਾਹੀਦਾ ਹੈ ਜੀ ਜੀ ਵੀਰੇ ਤੁਸੀਂ ਤੁਸੀਂ ਨਾਲ ਖੜੇ ਹੋ ਤੁਹਾਡੇ ਖੜੇ ਹੋਣ ਦੀ ਕੋਈ ਖਾਸ ਵਜ੍ਹਾ ਹੈ ਹਸਨ ਦੇ ਨਾਲ ਨਹੀਂ ਮੈਡਮ ਅਸੀਂ ਮਾਨਕ ਸਾਬ ਨੂੰ ਸੁਣਦੇ ਹੁੰਦੇ ਸੀ ਪਹਿਲਾਂ ਜੀ ਪਹਿਲਾ ਗੀਤ ਜਦੋਂ ਹਸਨ ਦਾ ਆਇਆ ਤੇ ਮੈਨੂੰ ਬੜਾ ਵਧੀਆ ਲੱਗਿਆ ਤੇ ਉਸ ਤੋਂ ਬਾਅਦ ਮੇਰਾ ਦਿਲ ਕਰਦਾ ਵੀ ਚਲੋ ਮੈਂ ਕਿਤੇ ਮਿਲਾਂ ਤੇ ਨਹੀਂ ਸੁਭਾਅ ਬਣਿਆ ਇਹ ਮੇਰਾ ਭਰਾ ਵਾ ਜੀ ਇਹਨੇ ਗੀਤ ਕੀਤਾ ਤੇ ਚਲੋ ਇਹਨੇ ਮੈਨੂੰ ਬੁਲਾਇਆ ਉੱਥੇ ਜਾ ਕੇ ਮਿਲੇ ਤੇ ਉਹ ਉਸ ਗੀਤ ਦੀਆਂ ਮੈਂ ਰੀਲਾਂ ਇੰਨੀਆਂ ਪਾਈਆਂ ਤੇ ਉਸ ਪੇਜ ਦੇ ਉੱਤੇ ਕੋਈ ਸ਼ੇਅਰ ਨਹੀਂ ਕੀਤੀ ਗਈ ਮੈਂ ਇਹਨੂੰ ਲੰਬਾ ਦਿੱਤਾ ਮੈਂ ਕਿ ਯਾਰ ਅਸੀਂ ਸਪੈਸ਼ਲ ਆਏ ਆ ਤੇਰੇ ਵਾਸਤੇ ਤੇ ਉੱਪਰੋਂ ਮੈਂ ਹਸਨ ਨੂੰ ਮਿਲਣਾ ਚਾਹੁੰਦਾ ਸੀ ਤੇ ਵੀ ਆਹ ਕਿਉਂ ਹੋਇਆ ਇਹ ਕਹਿੰਦਾ ਮੈਨੂੰ ਬਈ ਕਹਿੰਦਾ ਉਹਨਾਂ ਨੇ ਮਿਲਣ ਨਹੀਂ ਦੇਣਾ ਤੈਨੂੰ ਮੈਂ ਚਲੋ ਠੀਕ ਆ ਕੋਈ ਗੱਲ ਨਹੀਂ ਜਦੋਂ ਅੱਜ ਪਤਾ ਲੱਗਿਆ ਵੀ ਆਹ ਗੱਲਬਾਤ ਹੋਈ ਆ ਮੈਂ ਆਪਦੇ ਭਰਾ ਨਾਲ ਖੜਾ ਜੀ ਇਨਸਾਨੀਅਤ ਦੇ ਤੌਰ ਤੇ ਖੜੇ ਆ ਜੀ ਅਸੀਂ ਚਾਹੇ ਪੈਸੇ ਪੱਖੋਂ ਮਾੜੇ ਆ ਪਰ ਅਸੀਂ ਇਨਸਾਨੀਅਤ ਦੇ ਤੌਰ ਤੇ ਨਾਲ ਖੜੇ ਭਰਾ ਸਾਡੇ ਜੀ ਸੋ ਤੁਹਾਡਾ ਨਾਮ ਵੀਰੇ ਮੈਂ ਜਾਣਨਾ ਚਾਹੁੰਦਾ ਸੈਮੀ ਘੋੜਾ ਜੀ ਜੀ ਸੋਤ ਨੂੰ ਜਦੋਂ ਇਹ ਸਾਰੀਆਂ ਚੀਜ਼ਾਂ ਦਾ ਇਲਮ ਹੋ ਰਿਹਾ ਸੀਗਾ ਹੈਨਾ ਤੁਸੀਂ ਕੀ ਉਸ ਟਾਈਮ ਤੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਜਾਂ ਇਸ ਗੱਲ ਨੂੰ ਜਿਠ ਲੈਣੇ ਆ ਬਈ ਕਿਉਂ ਕੋਰਟ ਕਚੈਰੀਆਂ ਚ ਵੀ ਸਾਨੂੰ ਸਭ ਨੂੰ ਹੀ ਪਤਾ ਹੈ ਵੀ ਇੱਕ ਅਲੱਗ ਹੀ ਤਰ੍ਹਾਂ ਦਾ ਹੁੰਦਾ ਹੈ ਨਾ ਹਾਲਾਂਕਿ ਇਨਸਾਫ ਦੀ ਪੂਰੀ ਤਰੱਕੀ ਦੇ ਨਾਲ ਇੱਥੇ ਉਮੀਦ ਵੀ ਕੀਤੀ ਜਾਂਦੀ ਔਰ ਯਕੀਨ ਵੀ ਮਾਣਿਆ ਜਾਂਦਾ ਬਟ ਫਿਰ ਵੀ ਇਹ ਕਦੀ ਆਪਸ ਦੇ ਵਿੱਚ ਤੁਹਾਡੇ ਈ ਸੁਲਾਸਲਾ ਹੋਈ ਹੈ ਐਕਚੁਅਲੀ ਸਾਡਾ ਇੱਕ ਵਾਰੀ ਮੀਟਿੰਗ ਹੋਣੀ ਸੀਗੀ ਬਟ ਉਦੋਂ ਵੀ ਮਤਲਬ ਹਿੰਦੀ ਭਾਈ ਹੁਣੀ ਵਿੱਚ ਹੋਣ ਕਰਕੇ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਤਾਂ ਵੀ ਤੂੰ ਆਈ ਨਾ ਉਦੋਂ ਸਾਡੀ ਹਸਨ ਸਾਹਿਬ ਦੇ ਨਾਲ ਮੀਟਿੰਗ ਆਉਣੀ ਸੀ ਮੈਂ ਗੱਲਬਾਤ ਕਰਨੀ ਸੀ ਕੋਈ ਵੀ ਪ੍ਰੋਬਲਮ ਸੀਗੀ ਅਸੀਂ ਹੱਲ ਕਰਨੀ ਸੀਗੀ ਬਟ ਉਹਨਾਂ ਨੇ ਸਾਨੂੰ ਫੋਨ ਤੇ ਹੀ ਕਹਿ ਦੇਣਾ ਵੀ ਹਾਂ ਤੁਸੀਂ ਆਇਓ ਨਾ ਮੈਂ ਆਪੇ ਸੰਭਾਲ ਲਵਾਂਗਾ ਮਤਲਬ ਸਾਨੂੰ ਮਿਲਣੀ ਸੀ ਦਿੱਤਾ ਜਾਂਦਾ ਐਕਚੁਅਲ ਦੇ ਵਿੱਚ ਹਾਂਜੀ ਤੋ ਵੀਰੇ ਤੁਸੀਂ ਵੀ ਇਹਨਾਂ ਦੇ ਨਾਲ ਲਿਓ ਹੈਨਾ ਮੈਂ ਜ਼ਰੂਰ ਤੁਹਾਡੇ ਕੋਲੋਂ ਵੀ ਜਾਨਣਾ ਚਾਹਾਂਗੀ ਕਿ ਇਸ ਤਰ੍ਹਾਂ ਦੇ ਜਦੋਂ ਕੇਸਿਸ ਹੁੰਦੇ ਨੇ ਜਾਂ ਹਸਨ ਦੀ ਜੇਕਰ ਆਪਾਂ ਖਾਸੀ ਗੱਲ ਕਰ ਲਈਏ ਤੁਸੀਂ ਇਹਨਾਂ ਦੇ ਨਾਲ ਖੜੇ ਹੋ ਵੀ ਤੁਹਾਨੂੰ ਕਿਉਂ ਲੱਗਦਾ ਹੈ ਵੀ ਇਹ ਜਿਹੜੀ ਚੀਜ਼ ਹੈ ਵੀ ਉਹਦਾ ਦੇਖਣ ਦਾ ਤੁਹਾਡਾ ਆਪਣਾ ਵਿਜ਼ਨ ਕੀ ਹੈ ਪਹਿਲਾਂ ਤਾਂ ਮੈਂ ਜਾਨਣਾ ਚਾਹਾਂ। ਇਹ ਨਾ ਸੇਵਲ ਕੇਸ ਹੈ ਜੀ ਜਿਹੜਾ ਉਹਨਾਂ ਨੇ ਸਟੇ ਲਿਆ ਵਾ ਉਹ ਇਹਨਾਂ ਨੇ ਜਿਹੜਾ ਵਾ ਕੋਰਟ ਨੂੰ ਪ੍ਰੋਪਰ ਡਾਕੂਮੈਂਟ ਦੇ ਕੇ ਨਹੀਂ ਲਿਆ ਕੋਰਟ ਨੂੰ ਮਿਸਗਾਈਡ ਕੀਤਾ ਗਿਆ ਹੈ ਜੀ ਅਸੀਂ ਇਹਨਾਂ ਦੇ ਨਾਲ ਬਿਲਕੁਲ ਠੋਕੇ ਖੜੇ ਆ ਇਸ ਕਰਕੇ ਕਿਉਂਕਿ ਜਿਹੜਾ ਪ੍ਰਾਈਮਾ ਫਸਾਈ ਕੇਸ ਆ ਉਹ ਇਹਨਾਂ ਦੇ ਖਿਲਾਫ ਨਹੀਂ ਬਣਦਾ ਉਹ ਇਹਨਾਂ ਦੇ ਹੱਕ ਚ ਹੀ ਬਣਦਾ ਜੀ ਜੀ ਲੇਕਿਨ ਜੇ ਉਹਨਾਂ ਨੇ ਕੋਰਟ ਨੂੰ ਵੀ ਗੁੰਮਰਾਹ ਕੀਤਾ ਸੋ ਸਟੇ ਉਹਨਾਂ ਨੂੰ ਉਹਨਾਂ ਦਾ ਸਟੇ ਅੱਗੇ ਕੰਟੀਨਿਊ ਹੀ ਹੋਇਆ ਇਹਦੀ ਖਾਸ ਵਜ੍ਹਾ ਕੀ ਹੋ ਸਕਦੀ ਹੈ ਨਹੀਂ ਕੰਟੀਨਿਊ ਨਹੀਂ ਹੋਇਆ ਜੀ ਉਹਦੇ ਚ ਅਸੀਂ ਪ੍ਰੋਪਰ ਅਸੀਂ ਕੋਰਟ ਤੋਂ ਡਾਕੂਮੈਂਟ ਜਿਹੜੇ ਆ ਉਹ ਮੰਗੇ ਅਸੀਂ ਐਪਲੀਕੇਸ਼ਨ ਲਾਈ ਆ ਕੀ ਅੱਜ ਹੋਇਆ ਅੱਜ ਦੀ ਤਰੀਕ ਦੇ ਵਿੱਚ ਅੱਜ ਅਸੀਂ ਐਪਲੀਕੇਸ਼ਨ ਮੂਵ ਕੀਤੀ ਆ ਵੀ ਇਹ ਜਿਹੜੇ ਸਾਨੂੰ ਪ੍ਰੋਪਰ ਡਾਕੂਮੈਂਟਸ ਵਗੈਰਾ ਦੇਣ ਠੀਕ ਹੈ ਨਾ ਜੀ ਉਹ ਉਸ ਤੋਂ ਬਾਅਦ ਅਸੀਂ ਕੋਰਡਨੇਟ ਸ਼ਾਰਟ ਡੇਟ ਹੀ ਰੱਖੀ ਆ ਕੋਈ ਅੱਗੇ ਫਰਦਰ ਉਹ ਨੀਚੇ ਕੀਤਾ ਉਸ ਤੋਂ ਬਾਅਦ ਅਸੀਂ ਇਹਦੇ ਚ ਜਿਹੜੀ ਆ ਪ੍ਰੋਪਰ ਆਰਗੂਮੈਂਟਸ ਕਰਾਂਗੇ ਰਾਈਟ ਸੋ ਤੁਹਾਡੇ ਕੋਲੋਂ ਵੀ ਜਾਨਣਾ ਚਾਹਾਂਗੇ ਹੈਨਾ ਦੋਨੋਂ ਤਰ੍ਹਾਂ ਦੀ ਗੱਲਾਂ ਬਾਤਾਂ ਜੜੀਆਂ ਨੇ ਤੁਹਾਡੇ ਸਾਹਮਣੇ ਆ ਚੁੱਕੀਆਂ ਨੇ ਸੋ ਤੁਹਾਡਾ ਵਿਜ਼ਨ ਕੀ ਕਹਿੰਦਾ ਹੈ ਔਰ ਤੁਹਾਨੂੰ ਕੀ ਲੱਗਦਾ ਹੈ ਕਿ ਐਕਚੁਅਲ ਸਚਾਈ ਕਿੱਥੇ ਖੜਦੀ ਪਈ ਹੈ ਮੈਡਮ ਐਕਚੁਅਲੀ ਇਹਦੇ ਵਿੱਚ ਇਹ ਕੀ ਆ ਵੀ ਜਿਹੜਾ ਉਹਨਾਂ ਨੇ ਕੇਸ ਲਾਇਆ ਉਹ ਕੇਸ ਲਾ ਕੇ ਜਿਹੜਾ ਉਹ ਸਟੇ ਜਿਹੜਾ ਕਹਿ ਰਿਹਾ ਸਟੇ ਲੈ ਲਿਆ ਉਹ ਇੱਕ ਤਰਫਾ ਹੋ ਗਿਆ ਸਾਡਾ ਪੱਖ ਲੈ ਨਹੀਂ ਰੱਖਿਆ ਔਰ ਨੂੰ ਕੋਈ ਤਸਕੀਲਮੈਂਟ ਕਰਕੇ ਕੋਈ ਕਨਸੀਲਮੈਂਟ ਡਾਕੂਮੈਂਟ ਹੁੰਦੇ ਆ ਕਈ ਗੱਲਾਂ ਏਦਾਂ ਦੀਆਂ ਦੱਸ ਕੇ ਸਟੇਜ ਲੈ ਲਿਆ ਹੁਣ ਅਸੀਂ ਆਪੀਅਰ ਹੋਏ ਆ ਆਪਣੀ ਐਪਲੀਕੇਸ਼ਨ ਲੈ ਆ ਡਾਕੂਮੈਂਟ ਪ੍ਰੂਵ ਕਰਨ ਦੀ ਲੈ ਆ ਜਿਹੜੇ ਅਸੀਂ ਫਾਈਲ ਕੀਤੇ ਵੀ ਸਾਨੂੰ ਆ ਦੇਵਨ ਉਸ ਤੋਂ ਬਾਅਦ ਅਸੀਂ ਆਰਗੂਮੈਂਟ ਕਰਾਂਗੇ ਆਪਣੀ ਵਫਾ ਤੇ ਪੂਰੀ ਕਿਉਂ ਹੁਣ ਜੋ ਇੱਕ ਬੰਦੇ ਨੂੰ ਉਹਦੀ ਗੈਰ ਹਾਜ਼ਰੀ ਵਿੱਚ ਕੋਈ ਗੱਲਾਂ ਦੱਸ ਕੇ ਕੋਈ ਗੁਮਨਾਹ ਕਰਕੇ ਕੋਈ ਲੈ ਲਿਆ ਸਟੇਜ ਥੈਟ ਇਹ ਨਹੀਂ ਹੁਣ ਅਸੀਂ ਆਪੀਅਰ ਹੋ ਕੇ ਪ੍ਰੋਪਰਲੀ ਜਿਹੜਾ ਹੈਗਾ ਡਾਕੂਮੈਂਟ ਲਾ ਕੇ ਇਹਦੇ ਜਿਹੜੇ ਹੈਗਾ ਉਹਦੀ ਪੈਰਵਾਹੀ ਕਰ ਰਹੇ ਆ ਤੇ ਇਹ ਆ ਵੀ ਇਹ ਜਿਹੜਾ ਇਹਨਾਂ ਨੇ ਕੇਸ ਲਾਇ ਜਿਹੜਾ ਕੋਈ ਅੱਗੇ ਕੋਈ ਕਾਰਵਾਈ ਬਣਦਾ ਨਹੀਂ ਸੀਗਾ ਤਾਂ ਇੱਕ ਜਸਲੀ ਕਹਿਦੀ ਹੈ ਵੀ ਇੱਕ ਇੱਕ ਗੁਲਾਮ ਕਰਨ ਦੇ ਲਈ ਉਹ ਜਿਹੜਾ ਵੀ ਲੋਕਾਂ ਦੀ ਨਜ਼ਰਾਂ ਚ ਸੱਟਣ ਦੇ ਲਈ ਬੰਦੇ ਨੂੰ ਉਹ ਉਹਦੇ ਪਾਸੇ ਤੋਰ ਦੇ। ਸੋ ਕੀ ਉਮੀਦ ਕਰ ਸਕਦੇ ਆ ਕਲਾਕਾਰ ਦੇ ਲਈ ਇੱਕ ਇੱਕ ਦਿਨ ਬਹੁਤ ਭਾਰੀ ਹੁੰਦਾ ਕਿਉਂਕਿ ਉਸ ਦਾ ਕੰਮ ਸਫਰ ਕਰਦਾ ਹੈ ਔਰ ਜੇ ਕਲਾਕਾਰ ਦਿਖੂਗਾ ਨਹੀਂ ਤੇ ਉਹ बिकੂਗਾ ਨਹੀਂ। ਸੋ ਕੀ ਲੱਗਦਾ ਕਿ ਕਿੰਨਾ ਕੁ ਇਹਦਾ ਟਾਈਮ ਪ੍ਰੋਸੈਸ ਜਿਹੜਾ ਹੈ ਉਹ ਤੁਹਾਡੇ ਅਕੋਰਡਿੰਗ ਚੱਲ ਸਕਦਾ ਹੈ। ਦੇਖੋ ਜਿਹੜੇ ਸਿਵਲ ਸੂਟਸ ਹੁੰਦੇ ਆ ਕਾਫੀ ਲੰਬੇ ਟਾਈਮ ਚਲੇ ਜਾਂਦੇ ਨੇ। ਪਰ ਸਾਨੂੰ ਇਹ ਜਿਹੜੀ ਸਟੇ ਦੀ ਸੁਣਵਾਈ ਆ ਉਹ ਅਸੀਂ ਜਲਦੀ ਜੱਜ ਸਾਹਿਬ ਸਾਹਮਣੇ ਆਪਣੀ ਦਲੀਲ ਪੇਸ਼ ਕਰਾਂਗੇ ਤੇ ਸਾਨੂੰ ਉਮੀਦ ਆ ਕਿ ਜੱਜ ਸਾਹਿਬ ਤੋਂ ਸਾਨੂੰ ਆਨਰੇਬਲ ਕੋਰਟ ਤੋਂ ਤੇ ਪੂਰੀ ਉਮੀਦ ਆ ਸਾਨੂੰ ਇਨਸਾਫ ਮਿਲੂਗਾ ਸੋ ਜਿੱਦਾਂ ਕਿ ਮਿਲਨ ਨਹੀਂ ਦਿੱਤਾ ਗਿਆ ਜਾਂ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਹੈਨਾ ਸੋ ਘਰ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਹੁੰਦੀ ਹੁੰਦੀ ਸੀ ਕਿ ਹਸਨ ਨੂੰ ਲੈ ਕੇ ਉਹਨਾਂ ਦੇ ਨਾਂ ਮਿਲਨ ਨੂੰ ਲੈ ਕੇ ਗੱਲ ਇਹ ਆ ਜੀ ਪਹਿਲੀ ਗੱਲ ਤਾਂ ਇਹ ਬੱਚੇ ਸੀ ਚੱਕ ਵੱਡਾ ਬੱਚਾ ਇਹਨਾਂ ਦਾ ਫਰਜ਼ ਸੀ ਪਹਿਲਾਂ ਕੋਈ ਐਗਰੀਮੈਂਟ ਲਿਖਿਆ ਗਿਆ ਜਾਂ ਲਿਖਾਇਆ ਗਿਆ ਇਹ ਕਿਸੇ ਵੱਡੇ ਨੂੰ ਪੜਾਉਣ ਦਾ ਹੱਕ ਸੀ ਹਾਂਜੀ ਜਾਂ ਕਿਸ ਵਕੀਲ ਸਾਹਿਬ ਨੂੰ ਪੜਾਉਂਦੇ ਠੀਕ ਹੈ ਫਿਰ ਸਾਈਨ ਕਰਨੇ ਚਾਹੀਦੇ ਦੂਜੀ ਗੱਲ ਜਿਹੜੇ ਰਿਸ਼ਤੇ ਹੁੰਦੇ ਆ ਜਿਵੇਂ ਉਹ ਕਹਿੰਦਾ ਵੀ ਸਾਡਾ ਇਹਨਾਂ ਦੇ ਮਗਰ ਨਹੀਂ ਕੋਈ ਹੈਗਾ ਕਿਉਂਕਿ ਅਸੀਂ ਇਹਦੇ ਸਕੇ ਮਾਮੇ ਆ ਇਸਕੇ ਜਿਹੜਾ ਰਿਸ਼ਤਾ ਕਦੇ ਟੁੱਟਦਾ ਨਹੀਂ ਹੁੰਦਾ ਜੋ ਮਰਜ਼ੀ ਹੋ ਜੇ ਕਦੇ ਨੌ ਨੌ ਮਾਸ ਵੱਖ ਹੋਇਆ ਨਹੀਂ ਹੋਇਆ ਨਾ ਦੂਜੀ ਗੱਲ ਜਿਹੜਾ ਸਾਡਾ ਮਾਨਕ ਪਰਿਵਾਰ ਹੈ ਕਲਿੰਦ ਬਾਦਸ਼ਾਹ ਮਾਨਕ ਸਾਹਿਬ ਸਾਡਾ ਪਰਿਵਾਰ ਐਦਾਂ ਦਾ ਹੈ ਅਸੀਂ ਲੜੇ ਜਿੰਨਾ ਮਰਜੀ ਹੋਏ ਕੁਝ ਸਾਡੇ ਚ ਡਾਂਗਾਂ ਘੜਾਸੇ ਗੋਲੀਆਂ ਤਾਂ ਚਲਾਈਆਂ ਨਹੀਂ ਕਦੇ ਚੱਲਿਆ ਹੁਣ ਪਰ ਜੇ ਸਾਡੇ ਕਿਸੇ ਪ੍ਰੋਬਲਮ ਆ ਜੇ ਨਾ ਅਸੀਂ ਫਿਰ ਵਾ ਇਕੱਠੇ ਹੋ ਜਾਂਦੇ ਆ ਪੂਰੀ ਪਤਾ ਲੱਗਦਾ ਆ ਕੀ ਹੋ ਗਿਆ ਜੀ ਦੂਜੀ ਗੱਲ ਅੱਜ ਵੀ ਹਿੰਦੀ ਮੈਨੂੰ ਚਾਚਾ ਕਹਿੰਦਾ ਉਹ ਨਹੀਂ ਗੱਲ ਉਹ ਮੇਰੇ ਕੋਲੇ ਆਇਆ ਕਹਿੰਦਾ ਯਾਰ ਆਪਾਂ ਚਾਚਾ ਜੀ ਉਹਨੇ ਆਹ ਕੀਤਾ ਉਹਦਾ ਪਹਿਲਾ ਫਰਜ ਜੇ ਉਹਨੇ ਫੈਸਲਾ ਕਰ ਲਈ ਤਾਂ ਕੋਰਟ 'ਚ ਨਹੀਂ ਆਉਣਾ ਸੀ ਜੇ ਮੈਨੂੰ ਚਾਚਾ ਕਹਿੰਦਾ ਸੀ ਫਿਰ ਮੇਰੇ ਕੋਲੇ ਆਉਂਦਾ ਬਹਿ ਕੇ ਸੀ ਫੈਸਲਾ ਵੀ ਹੋ ਸਕਦਾ ਸੀ ਏਡੀ ਕੁ ਵਾਰ ਇੰਨੇ ਫਰੈਂਡ ਸਰਕਲ ਉਹਦੀ ਖੜਿਆ ਸਾਰੇ ਨਾਲ ਹਿੰਦੀ ਦੇ ਨਾਲ ਦੀ ਮੰਡੇ ਜਿਹੜੇ ਅੱਜ ਹਸਨ ਨਾਲ ਸਰ ਉਹਦੇ ਨਾਲ ਦੀ ਅਸੀਂ ਤੇ ਪਹਿਲੇ ਦਿਨ ਮਿਲਿਆ ਹੁੰਦਾ ਹੈ ਜਿ ਉਹ ਵਧੀਆ ਅਕਰ ਵਾਲੀ ਗੱਲ ਕਰਦਾ ਨਾ ਸਾਡੇ ਕੋਲੇ ਆਉਂਦਾ ਕੋਈ ਨਹੀਂ ਕੋਰਟ ਤਾਂ ਬਹੁਤ ਬਾਤ ਪੈ ਕੋਰਟ ਚ ਆ ਸਾ ਤੇ ਜੇ ਕੋਈ ਉਹਦੀ ਗੱਲ ਸੁਣੀ ਨਾ ਜਾਂਦੀ ਉਹਨੂੰ ਕੋਰਟ 'ਚ ਆ ਗਿਆ ਹੁਣ ਮੇਰੇ ਕੋਲੇ ਆਉਂਦਾ ਨਿੱਤ ਫੋਨ ਕਰਦਾ ਚਾਚਾ ਕਰ ਲਾਂਗੇ ਤੇ ਜਿਹੜਾ ਆਪਾਂ ਬਹਿ ਬਾਣੀ ਗੱਲਾਂ ਸੀ ਕੀ ਕਰਨੀ ਕੋ ਬਾਣਕ ਪਰਿਵਾਰ ਨੂੰ ਸਾਰੇ ਹੀ ਜਾਣਦੇ ਆ ਠੀਕ ਹੈ ਉਹਨੇ ਸਾਡੇ ਬੱਚੇ ਇਹਨੂੰ ਬਹਿ ਪਤਾ ਕਰਨੀ ਮਾਮੇ ਅਸੀਂ ਤਾਂ ਹੁਣ ਦੇਖੋ ਸਾਡੀ ਏਜ ਲੰਘ ਚੁੱਕੀ ਬੱਚੇ ਨੇ ਅਸੀਂ ਗਾਇਆ ਠੋਕ ਕੇ ਗਾਇਆ ਹੀ ਨਹੀਂ ਗੱਲ ਠੀਕ ਹੈ ਜੀ ਪਰਗੜ ਖਾਨ ਇੱਕ ਵੱਖਰਾ ਨੌਆ ਇਹ ਨਹੀਂ ਗੱਲ ਪਰ ਇਹਨੂੰ ਬਹਿ ਪਾ ਗਿਆ ਨਾ ਨਾ ਤੇਰੇ ਮਾਮੇ ਗੋਹਦੇ ਉਹਨਾਂ ਦਾ ਨਾਜ ਨਾ ਲਈ ਸ਼ਾਇਦ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਮਿਲ ਜੂਗਾ ਤੂੰ ਨਾ ਲੈ ਦੇਗਾ ਇਸ ਗੱਲ 'ਚ ਇਹਨੂੰ ਦੂਜੀ ਗੱਲ ਜਿਹੜੀ ਦੋਧਿਆਂ ਦੀ ਗੱਲ ਚੱਲੀ ਐ ਜਿਵੇਂ ਕਲੀਅਰ ਕਰ ਹੀ ਦੇਵਾਂ ਤਿੰਨ ਭਰਾ ਮਾਨਕ ਸਾਹਿਬ ਸਦੀਕ ਰਫੀਕ ਲਤੀਫ ਚਾਚਾ ਜੀ ਦਾ ਲਤੀਫ ਸੀ ਉਹਦਾ ਲੱਦਾ ਸੀ ਮਾਨਕ ਸਾਹਿਬ ਉਹਨਾਂ ਦਾ ਨਾਂ ਰੱਖਿਆ ਸੀ ਪ੍ਰਤਾਪ ਸਿੰਘ ਕੈਰੋ ਨੇ ਠੀਕ ਹੈ ਜੀ ਕੁੱਲ ਦਾ ਦੀਪ ਬਲਦੀਪ ਮਾਨਕ ਜਿਹੜੇ ਦੋਧੇ ਦੀ ਗੱਲ ਐ ਕੋਈ ਨਕਲੀ ਤਾਂ ਹੈ ਨਹੀਂ ਜਿਵੇਂ ਲੋਕ ਕਹਿੰਦੇ ਵੀ ਉਹ ਦੋ ਤਾਂ ਲੱਗਦਾ ਜੀ ਫਲਾਨਾ ਹੈ ਹੀ ਦੋ ਤਾਂ ਲੱਗੂ ਗਈ ਤਿੰਨ ਭਰਾਵਾਂ ਦੀ ਲਾਅ ਦੇ ਹੁਣ ਕਿਸੇ ਦਾ ਵੀ ਬੱਚਾ ਉੱਠ ਕੇ ਬਨਾਨਾ ਹੀ ਕਹੂਗਾ ਉਹਨੂੰ ਉਹਨਾਂ ਚਾਚਿਆਂ ਤਾਂ ਕਹਿ ਨਹੀਂ ਲੱਗੇ ਜੋ ਲੱਗਦਾ ਹੀ ਨਾਨਾ ਹੋ ਤੇ ਦੋਤਾ ਤਾਂ ਵੱਜੂਗਾ ਹੀ ਉਹ ਗੱਲ ਤੇ ਵੀ ਇਹ ਹਿੰਦੀ ਨੇ ਰੌਂਗ ਚਲਾਇਆ ਨਹੀਂ ਤੂੰ ਮਾਨਕ ਦਾ ਨਾਲ ਹੈ ਮੈਨੂੰ ਪਹਿਲੇ ਦਿਨ ਜਦ ਆਏ ਮੈਂ ਤੁਸੀਂ ਇਦਾਂ ਕਿਹਾ ਵੀ ਮੇਰੇ ਨਾਨਾ ਇਰਫੀਕ ਖਾਨ ਜਾਂ ਸਲੀਕ ਖਾਨ ਕੁਲਦੀਪ ਮਾਨਕ ਜੀ ਤਿੰਨੇ ਭਰਾ ਨੇ ਮੈਂ ਉਹਨਾਂ ਦੀ ਭਤੀਜੀ ਦਾ ਬੇਟਾ ਫੇਰ ਵੀ ਦੋਸਤ ਹੀ ਹੈ ਤੈਨੂੰ ਵਕਤ ਤਾਂ ਕਰ ਨਹੀਂ ਸਕਦਾ ਕੋ ਖੂਨ ਕਦੇ ਤੁੱਟੇ ਨਹੀਂ ਜਾਂਦੇ ਦੂਜੀ ਗੱਲ ਵਾਲੀ ਗੱਲਾਂ ਪਕਾ ਨਹੀਂ ਕੋ ਬਹੁਤ سارے ਬੋਲਣ ਵਾਲੇ ਬਾਈ ਹੈਗੇ ਸਾਡੇ ਨਾਲ ਜੇ ਕਿਸੇ ਨੂੰ ਬਹਿਮ ਹਸਨ ਦੇ ਨਾਲ ਕੋਈ ਫੈਮਿਲੀ ਚੋਂ ਹੈ ਨਹੀਂਗਾ ਸਾਡੀਆਂ ਫੈਮਿਲੀ ਮਾਨਕ ਸਾਹਿਬ ਕੀ ਜਿੰਨੇ ਵੀ ਸਾਡੇ ਅੰਗ ਸੰਗ ਜਿੰਨੇ ਵੀ ਰਿਸ਼ਤੇ ਸਾਰੇ ਨਾਲ ਐ ਇਹ ਕੋਈ ਬਹਿਮਣਾ ਰੱਖੋ ਵੀ ਹਸਨ ਕੱਲਾ ਕੱਲਾ ਨਹੀਂ ਹੈਗਾ ਮਾਮੇ ਵੀ ਨਾਲ ਆ ਨਾਨੀ ਹੈਗੀ ਆ ਉਹ ਨਾਨੇ ਸਾਡੇ ਦੇ ਹਨ ਜਣੀ ਕਿ ਹੁਣ ਤਿੰਨੇ ਹੀ ਹੈ ਨਹੀਂ ਕਿਸੇ ਦੀ ਗੱਲ ਔਰ ਜਿੰਨੀ ਸਾਡੀ ਫੁੱਲਵਾਰੀ ਫੈਮਿਲੀ ਦੀ ਸਾਰੀ ਇਹਦੇ ਨਾਲ ਐ ਤੇ ਜਿਹੜੀ ਭਾਈ ਜੈਜੀ ਦੀ ਗੱਲ ਕਰਦੇ ਆ ਉਹ ਵੀ ਸਾਡਾ ਵੱਡਾ ਗੁਰਪਾਈ ਆ ਕੋਈ ਐਡੀ ਗੱਲ ਨਹੀਂ ਸਾਡੇ ਚ ਨਾ ਕੋਈ ਵਿਗਾੜ ਪੈਂਦਾ ਨਾ ਲੋਕ ਬਥੇਰਾ ਪਾਉਂਦੇ ਆ ਹੁਣ ਅਸੀਂ ਵਰਸ਼ੀਬ ਨੇ ਆਏ ਚਾਚਾ ਜੀ ਇਕੱਠੇ ਸੀ ਸਾਰੇ ਕੋਈ ਐਡੀ ਗੱਲ ਨਹੀਂ ਇਹਨੂੰ ਪ੍ਰੋਬਲਮ ਸੀ ਥੋੜਾ ਸੇਤ ਕਰਕੇ ਕੋ ਬੰਦੇ ਨੇ ਕਮੇਂਡਿੰਗ ਸਹੀ ਜੀ ਨਹੀਂ ਕਰਦਾ ਜਾਣ ਨੂੰ ਕਿਤੇ ਠੀਕ ਹੈ ਨਾ ਤੇ ਬਾੜੀ ਮੈਂ ਗੱਲਾਂ ਕਰਦਾਂ ਨਹੀਂ ਆਪਾਂ ਹਸਨ ਦੇ ਨਾਲ ਆ ਸਦਾ ਲਈ ਖੜੇ ਆ ਤੇ ਆ ਮੇਥੋਂ ਛੋਟਾ ਜਿਗਦੇ ਜੀ ਮੰਗੋ ਹਾਂ ਦੱਸ ਗੱਲ ਸਭ ਤੋਂ ਪਹਿਲੀ ਗੱਲ ਤਾਂ ਜੀ 4 ਮਹੀਨੇ ਮੇਰੇ ਕੋ ਰਹਿ ਆ ਹਸਨਮਾਨਕ ਤੇ ਮੇਰਾ ਛੋਟਾ ਭਾਨ ਜਦੋਂ ਐਗਰੀਮੈਂਟ ਹੋਇਆ ਮੈਂ ਨਾਲ ਗਿਆ ਮੈਂ ਉਹਨੂੰ ਪੁੱਛਿਆ ਵੀ ਦੇਖ ਵੀ ਜਿਹੜਾ ਤੁਹਾਡਾ 60 40 ਦਾ ਹੈਗਾ ਉਹ ਤੁਸੀਂ ਚੱਲੀ ਜਾਓਗੇ ਤਾਂ ਵਧੀਆ ਹੈ ਨਾ ਕਿ ਨਹੀਂ ਫਿਰ ਮੇਰੇ ਕੋਲ ਰਹਿੰਦੇ ਮੈਂ ਛੱਡ ਕੇ ਆਣਾ ਮੈਂ ਉਹਨੂੰ ਕਿਹਾ ਵੀ ਮੇਰੀ ਗੱਲ ਤੁਹਾਡੀ ਰਿਸਪੌਂਸਿਬਿਲਟੀ ਤੇਰੀ ਆ ਤੂੰ ਇਹਨੂੰ ਗੱਡੀ ਲੈ ਕੇ ਦੇ ਮੈਂ ਮੈਂ ਥੋੜਾ ਮੇਰੀ ਮੇਰੀ ਜ਼ਿੰਮੇਵਾਰੀ ਥੋੜਾ ਬਣਦੀ ਹੈ ਕਮਾਈ ਤੂੰ ਕਰਨੀ ਹੈ ਤੂੰ ਤੇ ਤੂੰ ਇਹਨੂੰ ਗੱਡੀ ਲੈ ਕੇ ਦੇ ਜਿੱਥੇ ਜਾਣਾ ਇਹਨੇ ਕੋਈ ਕੰਮ ਹੈ ਕੋਈ ਹਨਾ ਉੱਥੇ ਜਾਵੇ ਇਹ ਉਹ ਕਹਿੰਦਾ ਠੀਕ ਹੈ ਜੀ ਮੈਂ ਕਿਹਾ 10% ਜਿਹੜਾ ਤੂੰ ਮਾਨਕ ਸਾਹਿਬ ਦੇ ਪਰਿਵਾਰ ਨੂੰ ਕਿਹਾ ਹੈ ਉਹਨਾਂ ਨੂੰ ਵੀ ਦੇ ਕਹਿੰਦਾ ਉਹਦਾ ਫੇਰ ਦੇਖਾਂਗੇ ਤੇ ਜਿੱਦਣ ਐਗਰੀਮੈਂਟ ਹੋਇਆ ਪਹਿਲਾਂ ਮੈਂ ਨਾਲ ਗਿਆ ਗੱਲ ਜਦੋਂ ਹੋਈ ਹੈ ਮਾ ਸੰਜੀਤ ਨੂੰ ਠੀਕ ਲੱਗਦਾ ਦੋਨਾਂ ਨੂੰ ਤੁਹਾਨੂੰ ਠੀਕ ਲੱਗਦਾ ਤਾਂ ਕਰ ਲਓ ਜੇ ਤੁਹਾਨੂੰ ਠੀਕ ਲੱਗਦਾ ਹਨ ਪਰ ਜਿੱਦਣੋ ਐਗਰੀਮੈਂਟ ਹੁੰਦਾ ਉਸ ਦਿਨ ਸਾਨੂੰ ਨਾਲ ਨਹੀਂ ਲੱਗੇ ਜਾਂਦਾ ਉਹ ਗਵਾਹ ਵੀ ਉਹਦੇ ਆਪਦੇ ਹੀ ਐਗਰੀਮੈਂਟ ਸਾਨੂੰ ਦੱਸਿਆ ਵੀ ਐਗਰੀਮੈਂਟ ਕਰਨ ਲੱਗੇ ਸਾਡਾ ਪੁੱਤ ਹੈ ਸਾਨੂੰ ਦੱਸਿਓ ਪੜਾਵੇ ਵੀ ਅਸੀਂ ਤੁਹਾਡੇ ਮੁੰਡੇ ਨਾਲ ਐਗਰੀਮੈਂਟ ਕਰਨ ਲੱਗੇ ਆਂ ਸਾਨੂੰ ਪੜਾਇਆ ਨਹੀਂ ਗਿਆ ਇਹਨੂੰ ਕੱਲੇ ਨੂੰ ਪਤਾ ਨਹੀਂ ਰੱਬ ਜਾਣੇ ਉਹਨੂੰ ਡਰਾ ਕੇ ਲਿਗਿਆ ਉਹ ਉਹ ਉਹਨੂੰ ਜਾਣ ਪੜਦਾ ਜੇ ਇਹਨੂੰ ਪਤਾ ਹੋਵੇ ਤੁਸੀਂ ਗੱਲ ਜਿਹੜੀ ਐਗਰੀਮੈਂਟ ਦੀ ਇੰਗਲਿਸ਼ ਐ ਐਗਰੀਮੈਂਟ ਲਿਖੀ ਇਹ ਕਿਹੜੇ ਇੱਥੇ ਸੀਐਫਸੀ ਸਕੂਲ ਚ ਪੜਿਆ ਹੋਇਆ ਪਿੰਡਾਂ ਇਹਨੂੰ ਇੰਗਲਿਸ਼ ਦਾ ਪਤਾ ਹੀ ਨਹੀਂ ਪਹਿਲਾਂ ਤਾਂ ਪੰਜਾਬੀ ਚ ਐਗਰੀਮੈਂਟ ਲਿਖਦਾ ਉਹ ਵੀ ਲਿਖਿਆ ਉਹ ਵੀ ਨਹੀਂ ਪੜਾਇਆ ਨੇ ਕੋਈ ਜਿਹੜਾ ਐਗਰੀਮੈਂਟ ਹੁੰਦਾ ਨਾ ਵਕੀਲ ਸਾਹਿਬ ਬਹੁਤ ਸੋਹਣੀ ਗੱਲ ਕਰਕੇ ਗਏ ਆ ਅਸੀਂ ਵੀ ਕਿਸੇ ਜੋਗਰ ਚ ਮੈਂ ਅਸੀਂ ਵੀ ਐਗਰੀਮੈਂਟ ਕੀਤੇ ਆ ਪਰ ਸਾਨੂੰ ਪੜਾਇਆ ਗਏ ਸੀ ਵੀ ਆਹ ਤੇਰੇ ਹੱਕ ਚ ਆ ਦਿੱਤਾ ਤੇਰੇ ਚਾਹ ਦਿੱਤਾ ਹੁਣ ਇਹਨੂੰ ਮੈਂ ਕੋਈ ਸਵਾਲ ਪੁੱਛਾਂ ਇਹਨੂੰ ਵੀਰੇ ਮੈਂ ਕੋਈ ਗੱਲ ਨਹੀਂ ਸਾਡਾ ਤੂੰ ਬੱਚਾ ਆ ਉਹ ਵੀ ਬੱਚਾ ਅਸੀਂ ਇਹ ਨਹੀਂ ਕਹਿੰਦੇ ਕਹਿੰਦਾ ਮੈਂ ਮਾਨਕ ਬਣਾਤਾ ਮਾਨਕ ਤੂੰ ਬਣਾਦਾ ਮਾਨਕ ਤਾਂ ਸਾਡੇ ਪਹਿਲਾਂ ਹੀ ਹੈਗਾ ਮਾਨਕ ਤਾਂ ਸਾਡੇ ਖਾਨਦਾਨੀ ਮਾਨਕ ਵਜਦਾ ਤੂੰ ਮਾਣਕ ਨਹੀਂ ਬਣਾਇਆ ਠੀਕ ਆ ਨੌਨ ਲਾਇਆ ਮਾਣਕਾ ਗਾਉਂਦਾ ਸੀ ਲੋਕਾਂ ਨੇ ਉਹਨੂੰ ਕਬੂਲ ਕੀਤਾ ਤੂੰ ਉਹ ਮਾਣਕ ਨਹੀਂ ਬਣਾਇਆ ਅੱਜ ਵੀ ਕਹਿੰਦਾ ਮਾਣਕ ਤਾਂ ਸਾਡਾ ਪਹਿਲਾਂ ਹੀ ਆ ਮਾਣਕ ਨੂੰ ਇਹਨੇ ਉਹਨਾਂ ਕੰਮ ਕੀਤਾ ਲੋਕਾਂ ਨੇ ਕਬੂਲਿਆ ਵੀ ਵਾਕਿਆ ਯਾਰ ਮਾਣਕ ਗਾਉਂਦਾ ਇਹ ਨਹੀਂ ਤਾਂ ਆਪਨਾ ਘਟਿਆ ਤੇਰੇ ਨੌਨ ਲਾਉਣਾ ਥੋੜਾ ਐ ਤਾਂ ਬਹੁਤ ਲਈ ਬੈਠੇ ਦੁਨੀਆ ਮਾਣਕ ਸਾਡੇ ਸ਼ਹਿਰ ਦਾ ਬਹੁਤ ਆ ਬੜੇ ਮਾਣਕ ਲਈ ਬੈਠੇ ਇਹ ਚੀਜ਼ਾਂ ਪਏ ਨਹੀਂ ਕਹਿੰਦੇ ਮਿਹਨਤ ਕੀਤੀ ਐ ਮੈਂ ਹਾਂ ਵਧੀਆ ਗੱਲ ਐ ਪਰ ਦੂਜੀ ਗੱਲ ਜਿਹੜੇ ਪੈਸੇ ਦੀ ਗੱਲ 65 ਲੱਖ ਲਾਇਆ ਜੀ ਮੈਂ ਇਹਨੇ ਲਾਇਆ ਇਦਾਂ ਲੱਗਿਆ ਤਾਂ ਵੈਸੇ ਹੀ ਦਿਸ ਜਾਂਦਾ ਕੋਈ ਅਸੀਂ ਵੀ ਇਹੀ ਕੰਮ ਕੀਤਾ ਹੁਣ ਤੱਕ ਵੀਡੀਓ ਦਾ ਵੀ ਪਤਾ ਸਾਨੂੰ ਕਿੰਨੇ ਲੱਗਦੇ ਆ ਰਿਕਾਰਡਿੰਗ ਦੇ ਸਾਨੂੰ ਪਤਾ ਅੱਜ ਜਿਹੜੀ ਇਹਨਾਂ ਗੱਲਾਂ ਤੇ ਪਹੁੰਚੇ ਨਾ ਪਹੁੰਚੇ ਸਾਡੀ ਤਾਂ ਇਹੀ ਗੱਲ ਸੀ ਜਿਹੜੀ ਕੋਈ ਗੱਲ ਸਾਨੂੰ ਐਂ ਕਹਿੰਦਾ ਵੀ ਜੀ ਇਹ ਛੋਟਾ ਭਾਂਡਾ ਉਹ ਹੋ ਗਿਆ ਭਲੇਖਿਆ ਇਹ ਸਾਡੇ ਨਾਲ ਹੀ ਕੰਮ ਕੀਤਾ ਇਹਨਾਂ ਨੇ ਇਹਨਾਂ ਦੇ ਵੱਡਿਆਂ ਨੇ ਸਾਡੇ ਨਾਲ ਜਾਂ ਇਹਨਾਂ ਦੀ ਮਾਤਾ ਜੀ ਸਾਰੇ ਸਾਡੇ ਨਾਲ ਹੀ ਗਾਉਂਦੇ ਰਿਹਾ ਮਾਨਕ ਸਿੰਘ ਸਾਹਿਬ ਨਾਲ ਗਾਉਂਦੇ ਸਾਡੇ ਨਾਲ ਵੀ ਗਾਉਂਦੇ ਰਿਹਾ ਏਡੀ ਨਹੀਂ ਗੱਲ ਤੇ ਅੱਜ ਜੋ ਕੋਈ ਛੋਟੇ ਵੱਡੇ ਭਾਂਡਿਆਂ ਦੀ ਪਰਖਣ ਦੀ ਗੱਲਾਂ ਨੇ ਇੱਕ ਇਹਦੇ ਇੱਕ ਬਹਿ ਕੇ ਬਾਂ ਕਰ ਸਕਦੇ ਕਿ ਲੋਕਾਂ ਚ ਗੱਲਾਂ ਨਹੀਂ ਕਰਦੇ ਜਿਹੜੀ ਜਾਤੀਵਾਦ ਬੋਲਣਾ ਉਹ ਰਹੋਗੇ ਤੁਹਾਡੀ ਕਾਤ ਵਰਖਣੀ ਮੇ ਤੁਹਾਡੀ ਜਾਤ ਆ ਤੁਹਾਡੀ ਆ ਜਾਤ ਆ ਉਹ ਗਲਤ ਹੈ ਠੀਕ ਹੈ ਜੀ ਬਹੁਤ ਮੰਦਾ ਚੰਗਾ ਬੋਲਿਆ ਜੇ ਇੱਕ ਬੰਦਾ ਗਾਲ ਕੱਢਦਾ ਹੁਣ ਤੁਸੀਂ ਕੋਈ ਵਰਕਰ ਰੱਖਿਆ ਉਹਨੂੰ ਤੁਸੀਂ ਗਾਲ ਨਹੀਂ ਕੱਢ ਸਕਦੇ ਗਾਲਣਾ ਆਪਾਂ ਲੈਣੀ ਹੈ ਗਾਲਾ ਕੱਢਣ ਦਾ ਤਾਂ ਮਤਲਬ ਹੀ ਨਹੀਂ ਕੰਮ ਹੈ ਜਿਹੜਾ ਤੁਸੀਂ ਉਹਦਾ ਪੋਚਾ ਮਾਰਦੀ ਹੈ ਨਾ ਘਰੇ ਉਹ ਦੂਜੇ ਦਿਨ ਕਹਿੰਦੀ ਆਰੇ ਭੈਣ ਜੀ ਮੈਂ ਆਉਂਗੀ ਨਹੀਂ ਬਾਕੀ ਕੋਈ ਰੀਜਨ ਤਾਂ ਜ਼ਰੂਰ ਹੁੰਦਾ ਜਦੋਂ ਕਿਸੇ ਦੀ ਵਿਗਾੜ ਪੈਂਦਾ ਮੰਨ ਲਓ ਅੱਜ ਇਹ ਇੱਥੇ ਖੜੇ ਆ ਕੋਈ ਰੀਜਨ ਤਾਂ ਹੋਊਗਾ ਹੀ ਨੇ ਇੱਦਾਂ ਤੇ ਇਹਦੇ ਨਾਲ ਸਹੀ ਚੱਲਦਾ ਇਹ ਇਹਨੇ ਜ਼ਰੂਰੀ ਹੋਣਾ ਸੀਗਾ ਕੋਟ ਕਚਹਿਰਿਆਂ ਚ ਇਹਨੇ ਜਾਂ ਐਗਰੀਮੈਂਟ ਵਿੱਚ ਕਿਉਂ ਪੰਗਾ ਪਾਉਣਾ ਜੇ ਇਹਦਾ ਇਹਦਾ ਪੈਸਾ ਇਹਨੂੰ ਦੇਈ ਜਾਂਦਾ ਇਹਦੇ ਨਾਲ ਸਹੀ ਤਰੀਕੇ ਨਾਲ ਕੰਮ ਕਰਦਾ ਇਹਨੇ ਕਹਿਣੇ ਨਹੀਂ ਕੋਈ ਦੂਜੀ ਗੱਲ ਮੈਂ ਇੱਕੋ ਗੱਲ ਕਹੂੰ ਲਾਸਟੇ ਉਹ ਤੋਂ ਬਾਅਦ ਬਾਈ ਜੀ ਗੱਲ ਕਰੀ ਇਹਨੇ ਬੰਦੇ ਨੇ ਕੀਤਾ ਬਾਹ ਹੱਥ ਵੀ ਥਾਂ ਬਾਹ ਫੜੀ ਵੀ ਵਾਂਹ ਖਾ ਜੀਏ ਹੱਥ ਖਾਈ ਜਾਂਦਾ ਇਹਨਾਂ ਦੀ ਨਿਭਣੀ ਸੀ ਮੈਂ ਅੱਜ ਵੀ ਕਹਣਾ ਉਹਨੂੰ ਵੀ ਕਿਹਾ ਸੀਿੰਦੀ ਨੂੰ ਮੈਂ ਇਦਾਂ ਨਹੀਂ ਹੁੰਦਾ ਪੁੱਤ ਜੇ ਤੁਹਾਡਾ ਰੱਬ ਨੇ ਦੁੱਲ ਇੱਕ ਇੱਕ ਜੋੜੀ ਵਧੀਆ ਮੈਂ ਇੱਕ ਗੱਲ ਕਹੂੰਗਾ ਇਹ ਸਟਾਰ ਹੁੰਦੇ ਮੈਂ ਕੋਈ ਮੈਂ ਦੁਨੀਆ ਚ ਬਹੁਤ ਨਿਕਲੇ ਚੀਜ਼ਾਂ ਚ ਇਸ ਸਟਾਰ ਰਬ ਨੇ ਦੇ ਵਧੀਆ ਉਹਨੂੰ ਮਲਾ ਕੇ ਸਮਝਾਇਆ ਬਹੁਤ ਸੋਹਣੇ ਤੁਹਾਡੇ ਸਟਾਰ ਮਲਾਏ ਥੋੜਾ ਕੰਮ ਸੀ ਵਧੀਆ ਪਿਆਰ ਨਾਲ ਉਹਦੇ ਇਹ ਮਹੀਨੇ ਬਾਅਦ ਇਹ ਕਿਹੜੇ ਕੋਈ ਸੈਲਰੀ ਰੰਦਾ ਜਿੱਦ ਦੇ ਤੇਰਾ ਸ਼ੋਅ ਹੁੰਦਾ ਸੀ ਗੱਡੀ ਚ ਬਹਿੰਦਾ ਵੀ ਆ ਆਸਨ ਤੇਰੇ ਆ ਮੇਰੇ ਵੀ ਆ ਚੱਕ ਦੂਜੀ ਜਿਹੜਾ 60% ਦੀ ਗੱਲ ਕਰਦੇ ਹੋਂ ਜਿਹੜਾ ਇਹ ਪ੍ਰੋਡੂਸਰ ਕੋਈ ਵੀ ਕਰਦਾ 60% ਚੋਂ ਖਰਚਾ ਹੁੰਦਾ ਸਾਰਾ ਮਿਊਜ਼ੀਸ਼ਨਾਂ ਦਾ ਗੱਡੀਆਂ ਦਾ ਖਾਣ ਦਾ ਕੋਈ ਨਾ 40% ਆਪਦਾ ਲੈ ਲੈਣਾ ਉਹ ਪ੍ਰੋਡੂਸਰ ਦਾ ਖਰਚਾ ਹੁੰਦਾ ਹੈ ਉਹ ਖਰਚੇ ਵੀ ਤੇ ਪਾਏਵੇਂ ਮੈਂ ਤਾਂ ਸੁਣ ਕੇ ਹੈਰਾਨ ਆ ਵੀ ਤੈਨੂੰ ਖੋ ਲੈਤਾ ਤੈਨੂੰ ਆ ਲੈਤਾ ਰੋਟੀ ਖਵਾ ਤੀ ਦੱਸ ਇਹ ਕਿਹੜੀਆਂ ਚੀਜ਼ਾਂ 'ਚ ਰੋਟੀ ਖਾਣ ਦੇ ਵੀ ਖਰਚ ਹੁੰਦੇ ਥੋੜਾ ਫਕਸ਼ਨ ਦਾ ਮਤਲਬ ਹੈ ਥੋੜਾ ਉਹ ਦਿਓ ਜਿਹੜਾ 60% ਤੈਨੂੰ ਤਾਂ ਹੀ ਦਿੱਤਾ ਦੱਸ 10% ਵੱਧ ਵੀ ਤੇਰੇ ਖਾਤੇ ਭਾਈ ਮਿਊਜ਼ੀਸ਼ੀਅਨਾਂ ਨੂੰ ਵੀ ਦੇਣਾ ਗੱਡੀਆਂ 'ਚ ਵੀ ਦੇਣਾ 10% ਤਾਂ ਹੀ ਤਾਂ ਅੱਧਾ ਤਾਂ ਮਾਲਕ ਤੇ ਵੀ ਹੈਗਾ ਉਹਦੇ 'ਚ ਤਾਂ ਐਗਰੀਮੈਂਟ ਤੇ ਹੁਣ ਵਕੀਲ ਸਾਹਿਬ ਨੇ ਤਾਂ ਲਿਖਿਆ ਹੀ ਕੁਝ ਨਹੀਂ ਤੇ ਹੱਕ ਤੇ ਵੀ ਸਾਡੇ ਕੋਲ ਔਨ ਹੀ ਨਹੀਂ ਦਿੱਤਾ ਇਹਨੂੰ ਦੂਜੀ ਗੱਲ ਇਹ ਤਾਂ ਅਸੀਂ ਕੁਝ ਸਮਝਾਉਂਦੇ ਇਹਨੂੰ ਵੀ ਸਮਝਾਉਂਦੇ ਕੋਈ ਗੱਲ ਸਾਨੂੰ ਦੱਸ ਜੇ ਕੋਈ ਗੱਲ ਸੀਗੀ ਦੋਨਾਂ ਵਿੱਚ ਇਹਨੂੰ ਸਾਡੇ ਕੋਲ ਆਉਣ ਹੀ ਨਹੀਂ ਦਿੱਤਾ ਜੇ ਮੈਂ ਹੀ ਦੱਸਦੇ ਕੋਸੇ ਤਿੰਨ ਸਾਲਾਂ ਦੀ ਗੱਲ ਕਰਦੇ ਆ ਵੀ ਢਾਈ ਲੱਖ ਇੱਕ 2 ਲੱਖ 10 ਹਜ਼ਾਰ ਰੁਪਏ ਇਹਨਾਂ ਨੂੰ ਭੇਜਿਆ ਹਾਂ ਜੇ ਇਹਨਾਂ ਨੂੰ ਆਉਣ ਦਿੰਦਾ ਨਹੀਂ ਤੀਜੇ ਦੂਜੇ ਤੌਹਤੇ ਚੌਥੇ ਤੇ ਮੈਨੂੰ ਦੱਸਦੇ ਮਾਮਾ ਵੀ ਸਾਨੂੰ ਐ ਕਰ ਰਿਹਾ ਮੈਂ ਆਪੇ ਬੁਲਾਉਂਦਾ ਕਾਕਾ ਜੀ ਐਗਰੀਮੈਂਟ ਐ ਥੋੜਾ ਦੋਨੋਂ ਬੰਨ ਲਿਆ ਦੋ ਇਹਦਾ ਬੰਨ ਦਦੇ ਤੇ ਨਾ ਇਹਨਾਂ ਦੀ ਟੁੱਟਣੀ ਸੀ ਗੱਲਬਾਤ ਵਧੀਆ ਰਹਿੰਦੇ ਜੇ ਬੰਦੇਾਂ ਨੂੰ ਚੱਲਦੇ ਪਰ ਉਹਨੇ ਸੋਚਿਆ ਵੀ ਦੂਜੀ ਗੱਲ ਹੋਰ ਮੈਂ ਕਹਿਣੀ ਸੀ ਇਹ ਜਿਹੜੇ ਰੈਸਟੋਰੈਂਟ ਮੇਰੀ ਭੈਣ ਆ ਸ਼ਕਤੀ ਮਾਨਕ ਮਾਨਕ ਸਾਹਿਬ ਦੀ ਬੇਟੀ ਅਸੀਂ ਕੈਨੇਡਾ ਮੈਨਾਂ ਘੰਟਾ ਸੀ ਗੱਲਾਂ ਮਾਰਦੇ ਉਹ ਕਹਿੰਦੀ ਵੀਰੇ ਇੱਕ ਗੱਲ ਠੀਕ ਆ ਆਪਣਾ ਜਵਾਕ ਆ ਕੋਈ ਮਾੜਾ ਨਹੀਂ ਉਹਨੂੰ ਮਗਰ ਲਾ ਕੇ ਬੁਲਾ ਹੀ ਜਾਂਦਾ ਪਰ ਇੱਕ ਦਿਨ ਇਹ ਆਉਣਿਆ ਵੀ ਉਹਨੂੰ ਇਹਨੇ ਕੱਲਾ ਕੱਢਣਾ ਆਪਣੇ ਚੋਂ ਵੀ ਆਪਾਂ ਸਾਰੇ ਐਂਟੀ ਹੋਵਾਂਗੇ ਉਹਦੇ ਆਪਾਂ ਨੂੰ ਐਂਟੀ ਕਰ ਰਿਹਾ ਬਲਾ ਬਲਾ ਕੇ ਤੂੰ ਬੋਲ ਜਿਵੇਂ ਜੈਜੀ ਪਾਈ ਨੂੰ ਘੋਤਾ ਉਹਨਾਂ ਨੇ ਕੀ ਲੋੜ ਐ 1.5 ਸਟਾਰ ਬੰਦੇ ਇਹਨਾਂ ਲਈ ਤਾਂ ਜਵਾਕ ਹੀ ਆ ਉਹ ਕਿਨੂੰ ਲਈ ਗਲਤ ਬੋਲਣੇ ਕਿਹੜੀ ਗੱਲ ਨੂੰ ਬੋਲਣਗੇ ਉਹ ਇਹਨੇ ਉਂਗਲਾਂ ਲਾ ਲ ਕੇ ਜਿੱਦਾਂ ਵੀ ਪੰਜਾਬੀ ਚ ਕਹਿ ਦੋ ਆਵਾਜ਼ ਇਹ ਤੂੰ ਐ ਬੋਲੋ ਬੋਲ ਇਕੱਲਾ ਕਰਨਾ ਸੀ ਇਕੱਲੇ ਦਾ ਫਾਇਦਾ ਸਾਰੀ ਦੁਨੀਆ ਚੱਕਦੀ ਤੁਹਾਨੂੰ ਪਤਾ ਹੀ ਹੈ ਪਰ ਇਹ ਅੱਜ ਇਕੱਲਾ ਨਹੀਂ ਸਾਰੀ ਫੈਮਿਲੀ ਸਾਡੀ ਜਿੰਨਾ ਖਾਨ ਦਾ ਨਾਲ ਹੈ ਠੀਕ ਹੈ ਜੀ ਬਿਲਕੁਲ ਥੈਂਕ ਯੂ ਤੁਹਾਡਾ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਇਸ ਗੱਲ ਤੇ ਹੋਰ ਜ਼ਿਆਦਾ ਜਿਹੜਾ ਡੁੰਗਾਈ ਦੇ ਨਾਲ ਸਾਨੂੰ ਦੱਸਿਆ ਸੋ ਭਸਨ ਹੁਣ ਜਦੋਂ ਇਹ ਇੰਨਾ ਵੱਡਾ ਮਸਲਾ ਬਣ ਚੁੱਕਿਆ ਹੈ ਹੈਨਾ ਕੋਟ ਤੱਕ ਪਹੁੰਚ ਹੀ ਗਿਆ ਹੈ ਤੇ ਹੁਣ ਹਸਨ ਕੀ ਸੋਚਦੇ ਨੇ ਕਿਉਂਕਿ ਗੱਲਾਂ ਇਹ ਵੀ ਚੱਈਆਂ ਜਾ ਰਹੀ ਜਦੋਂ 60% ਦੀ ਗੱਲ ਹੋਈ ਹੈ ਹੈਨਾ ਕਿ 40 ਦੇ 60% ਦੀ ਮੰਗ ਸੀ ਜਦਕਿ ਇੱਥੋਂ ਇਹ ਪਤਾ ਲੱਗ ਰਿਹਾ ਕਿ 40% ਦਾ ਵੀ ਜਿਹੜਾ ਖਰਚਾ ਬਾਕੀ ਦਾ ਸੀਗਾ ਉਹ ਵੀ ਉਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਜਿਹੜੀ ਸੀਗੀ ਉਹ ਲਗਾਤਾਰ ਚੱਲਦੀ ਜਾ ਰਹੀ ਸੀ ਸੋ ਘਰ ਦੇ ਵਿੱਚ ਵੀ ਕਦੀ ਮਦਰ ਨਾਲ ਫਾਦਰ ਨਾਲ ਬ੍ਰਦਰ ਨਾਲ ਤੁਸੀਂ ਨਹੀਂ ਡਿਸਕਸ ਕੀਤਾ ਕਿਉਂਕਿ ਬਾਕਿਆ ਕੋਲ ਜਾਣ ਦੀ anumati ਤਾਂ ਤੁਹਾਡੇ ਕੋਲ ਸੀਗੀ ਨਹੀਂ ਐਗਰੀਮੈਂਟ ਅਕੋਰਡਿੰਗ ਉਹ ਕਹਿੰਦਾ ਸੀ ਵੀ ਤੇਰੇ ਭਰਾ ਨੂੰ ਨਹੀਂ ਪ੍ਰੋਗਰਾਮ 'ਤੇ ਲੈ ਕੇ ਜਾਣਾ ਨਹੀਂ ਲੈ ਕੇ ਜਾਣਾ ਹਾਂਜੀ ਇਹਨੇ ਪੁੱਛਿਆ ਸੀ ਇੱਕ ਵਾਰੀ ਉਸ ਨਾ ਪ੍ਰੋਗਰਾਮ ਤੋਂ ਆਏ ਤੇ ਉਹ حساب ਕਰਨ ਲੱਗ ਗਿਆ ਕਿ ਕਿਉਂਕਿ ਮਹੀਨੇ ਬਾਅਦ ਮੈਨੂੰ ਪੈਸੇ ਪਾਉਂਦੇ ਸੀ 2021 ਚ ਤਾਂ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨਹੀਂ ਜੀ ਪੂਰੇ 2021 ਚ ਤੁਹਾਨੂੰ ਪੈਸੇ ਨਹੀਂ ਮਿਲੇ ਸਿਰਫ ਮੈਨੂੰ ਜਦ ਮੈਂ ਰੀਚਾਰਜ ਕਰਤਾ ਮੇਰੇ ਬਾਦਾਮ ਲਿਆ ਤੇ ਮੇਰਾ ਘਿਓ ਲਿਆਤਾ ਜਾਂ ਮੈਨੂੰ ਕੱਪੜੇ ਲਿਆਤੇ ਜੇ ਮੈਂ ਪਿੰਡ ਜਾਣਾ ਮੈਨੂੰ ਤੇਲ ਪਵਾ ਦੇਣਾ ਇਹਨੇ ਸਮਰਾਨ ਨੇ ਗੱਡੀ ਲੈ ਕੇ ਆਉਣਾ ਪਿੰਡੋਂ ਉੱਚ ਤੇਲ ਪਵਾ ਦੇਣਾ ਮੈਨੂੰ ਕਹਿ ਦੇਣਾ ਵੀ ਤੂੰ ਜਾ ਵੀ ਤੜਕੇ ਨੂੰ ਤੂੰ ਮੁੜੇਂ ਵੀ ਆਪਾਂ ਮਹਾਲੀ ਜਾਣਾ ਹੈ ਨਾ ਜੀ ਵੀ ਆਪਾਂ ਮੁੜ ਕੇ ਆਉਣਾ ਤੇ ਮੈਂ ਉਹ ਉਹ ਚੀਜ਼ਾਂ ਮੇਰੇ ਮੈਂ ਨਾ ਇੱਕ ਵਾਰੀ ਬੈਠਾ ਇਸ ਸਮਰਾਨਵੀ ਕੋਲੇ ਬੈਠਾ ਸੀ ਪੈਸੇ ਗਣਨ ਲੱਗ ਕੇ ਮੈਂ ਪਹਿਲੀ ਗੱਲ ਤਾਂ ਬੈਗ ਨੂੰ ਹੱਥ ਨਹੀਂ ਸਲੋਂਦਾ ਮੈਨੂੰ ਮੇਰੀ ਆਦਤ ਨਹੀਂ ਜਦੋਂ ਮੈਂ ਗਾਉਣਾ ਨਾ ਮੇਰੇ ਇਹ ਨਹੀਂ ਲਿਗਾ ਹੁੰਦੇ ਵੀ ਕਿਹੜਾ ਕਿੰਨੇ ਪੈਸੇ ਦੇਈ ਜਾਂਦਾ ਤੁਸੀਂ ਕੋਈ ਮੇਰੀ ਸਟੇਜ ਦੇਖ ਲਿਓ ਮੈਂ ਪਹਿਲੀ ਕਈ ਵਾਰੀ ਤਾਂ ਮੈਂ ਕਿਹਾ ਤਾਂ ਪੈਸੇ ਵੀ ਨਹੀਂ ਫੜਦਾ ਕਿਉਂਕਿ ਮੇਰਾ ਧਿਆਨ ਐ ਹੁੰਦਾ ਵੀ ਇੱਕ ਮੇਰਾ ਨਾ ਇੱਕ ਰਿਦਮ ਵੱਜ ਰਹੀ ਹੁੰਦੀ ਆ ਮੇਰਾ ਦਿਮਾਗ ਆਪਣੇ ਗਾਣੇ 'ਚ ਹੁੰਦਾ ਇੱਕ ਮੇਰੀ ਮੇਰੀ ਵੱਖਰੀ ਲਹਿਰ ਹੁੰਦੀ ਆ ਸਟੇਜ ਤੇ ਹਰ ਕਲਾਕਾਰ ਦੀ ਵੱਖਰੀ ਹੁੰਦੀ ਆ ਕਈ ਭਰਾ ਗੁੱਸੇ ਵੀ ਹੋ ਜਾਂਦੇ ਸੀ ਵੀ ਮੈਂ ਕਹਣਾ ਵੀ ਯਾਰ ਮੇਰਾ ਫਿਰ ਉਧਰੋਂ ਟੁੱਕ ਟੁੱਟ ਜਾਂਦੀ ਆ ਜਦੋਂ ਮੈਂ ਇੱਕ ਆਪ ਦੇ ਦਿਮਾਗ ਦੇ ਹਿਸਾਬ ਨਾਲ ਇੱਕ ਮੈਪ ਦੀ એનર્ਜੀ 'ਚ ਲੱਗਿਆ ਹੋਣਾ ਨਾ ਤੇ ਮੈਂ ਨਾ ਉਹ ਨਾ ਪੈਸੇ ਗਣਨ ਲੱਗਾ ਜੀ ਐਨੇ ਆ ਹੋਗੇ ਉਹ ਹੋਗੇ ਉਹ ਨਾ ਜੀ 1200 ਰੁਪਏ ਰੋਟੀ ਦਾ ਕੱਢਦਾ ਸਾਈਡ ਤੇ ਮੈਨੂੰ ਕਹਿੰਦਾ ਵੀ 1200 ਰੁਪਏ ਰੋਟੀ ਦਾ ਮੈਂ ਕਿਹਾ ਭਾਈ ਵੀ ਇਹ 1200 ਕਹਿੰਦਾ ਹਾਂ 1200 ਰੁਪਏ ਰੋਟੀ ਤੇ ਲੱਗਿਆ ਸਮਰਾਨ ਕਹਿੰਦਾ ਵੀ ਅਸੀਂ ਕੱਲ੍ਹੇ ਨਹੀਂ ਖਾ ਲਈ ਦੋਨਾਂ ਨੇ ਸਾਰਿਆਂ ਨੇ ਖਾਧੀ ਆ ਕਹਿੰਦਾ ਯਾਰ ਦੁਇਤਾ ਨਾ ਇਹਦੇ ਚੋਂ ਤਾਂ ਨਾ ਕੱਟ। ਕਹਿੰਦਾ ਵੀਰੇ ਚਾਹੇ ਚਾਹ ਦਾ ਕੱਪ ਆ ਚਾਹੇ ਬਸਲੇਰੀ ਦੀ ਪਾਣੀ ਦੀ ਬੋਤਲ ਕਹਿੰਦਾ ਵੀਰੇ ਪੈਸੇ ਤਾਂ ਕੱਟ ਹੀ ਜਾਣਗੇ। ਇਹਨੂੰ ਕਹਿੰਦਾ ਤੂੰ ਤਾਂ ਬਿੱਤੇ ਬੋਲਿਆ ਨਾ ਕਰ ਤੂੰ ਆਪਦੇ ਕੋਰਸ ਬੋਲਦਾ ਤੂੰ ਆਪਦੇ ਪੈਸੇ ਫੜ। ਤੂੰ ਘਰ ਆਪਦਾ ਰੂਮ ਚ ਜਾ। ਸੋ ਐਦਾਂ ਦੀਆਂ ਥੋੜੀ ਨੀ ਉਹਨਾਂ ਵੱਲੋਂ ਸ਼ਾਬਾਸ਼ ਵਾਲੀਆਂ ਗੱਲਾਂ ਸਾਡੇ ਨਾਲ ਕੀਤੀਆਂ ਗਈਆਂ। ਠੀਕ ਹੈ ਨਾ? ਸੋ ਹਾਂ ਜੀ ਵੀਰੇ ਤੁਸੀਂ ਇਹਨਾਂ ਦੇ ਨਾਲ ਹੋ ਹਾਂਜੀ ਹਾਂਜੀ ਮੈਂ ਇਹਨਾਂ ਦੀ ਕਈ ਵੀਡੀਓ ਸ਼ੂਟ ਕੀਤੀ ਨੇ ਜੀ ਤੇ ਆਪਣੇ ਜਾਨੀ ਕਿ ਪੈਸੇ ਵੀ ਅਸੀਂ ਆਪਦੇ ਕੋਲੋਂ ਲਾਏ ਇਹਨਾਂ ਦੀ ਵੀਡੀਓ ਤੇ ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰੀ ਗਰੇਵਾਲ ਹੈ ਜੀ ਹਾਂਜੀ ਯਾਰੀਆਂ ਫਿਲਮ ਤੋਂ ਤੇ ਕਾਫੀ ਵੀਡੀਓ ਕੀਤੀਆਂ ਨੇ ਸਾਨੂੰ ਕ੍ਰੈਡਿਟ ਨਹੀਂ ਮਿਲਿਆ ਨਾਮ ਵੀਡੀਓ ਦਾ ਡਾਇਰੈਕਸ਼ਨ ਮੈਂ ਦੇਣੀ ਤੇ ਉਹਦੇ ਵਿੱਚ ਇਹਨਾਂ ਨੂੰ ਕਹਿ ਦੇਣਾ ਇਹਨਾਂ ਨੂੰ ਕੰਪਨੀ ਤੋਂ ਗਾਣਾ ਦਿੱਤਾ ਸੂਚਾ ਸੂਰਮਾ ਉਹਦਾ ਵੀਡੀਓ ਸਾਰੀ ਦਾੜੀ ਕੀਤਾ ਸੀ ਸਾਡੀ ਟੀਮ ਨੇ ਤੇ ਉਹਦਾ ਕ੍ਰੈਡਿਟ ਹੀ ਨਹੀਂ ਮਿਲਿਆ ਨਾ ਡੀਓਪੀ ਨੂੰ ਨਾ ਡਾਇਰੈਕਟਰ ਨੂੰ ਜੀ ਤੁਸੀਂ ਕਦੀ ਇਸ ਗੱਲ ਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਬਹੁਤ ਕੀਤੀ ਜੀ ਤੇ ਪਰ ਉਹਨਾਂ ਜਿਆਦਾ ਹੈਪਰ ਹੋ ਜਾਂਦੇ ਸੀਗੇ ਸਾਡੇ ਤੇ ਹਾਂਜੀ ਹਾਂਜੀ ਤੇ ਮੈਂ ਨਾ ਸ਼ੂਟ ਕਰਕੇ ਨਾ ਕਿਸੇ ਵਜ੍ਹਾ ਨਾਲ ਮੈਨੂੰ ਬਾਹਰ ਜਾਣਾ ਪੈ ਗਿਆ ਤੇ ਮੈਨੂੰ ਕਹਿੰਦੇ ਵੀ ਮੇਰਾ ਗਾਣਾ ਜਲਦੀ ਤੋਂ ਜਲਦੀ ਦੇ ਮੈਨੂੰ ਮੈਂ ਕਿਹਾ ਜੀ ਦੇਖੋ ਮੈਂ ਬਾਹਰ ਹਾਂ ਤੇ ਤੁਹਾਡੇ ਗਾਣੇ ਚ ਮੈਂ ਕੁਝ ਕਮਾਈ ਵੀ ਨਹੀਂ ਕੀਤੀ ਵੀ ਮੈਨੂੰ ਜਿੱਥੇ ਕਮਾਈ ਹੋਊਗੀ ਤੇ ਮੈਂ ਜਾਊਂਗਾ ਹੀ ਕਹਿੰਦੇ ਇਦਾਂ ਕਿਦਾਂ ਹੋ ਜਾਂਦਾ ਤੁਹਾਡਾ ਕੰਮ ਹਨਾ ਸਾਡਾ ਕੰਮ ਕਰਕੇ ਜਾਓ ਤੁਸੀਂ ਤੇ ਇੰਨੇ ਬੋਲਣ ਦੇ ਨਾਲ ਮੈਨੂੰ ਉਹਨਾਂ ਨੇ ਮੇਰਾ ਨਾਮ ਕੱਢਤਾ ਡਾਇਰੈਕਟਰ ਚੋਂ ਹਾਂਜੀ ਤੇ ਆਪਦਾ ਇੰਦੀ ਬਲਿੰਗ ਜੀ ਤੇ ਫਿਰ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਾਰੇ ਵੀ ਮੇਰੀ ਮਿਹਨਤ ਆ ਵੀ ਸਾਰੀ ਦਿਹਾੜੀ ਅਸੀਂ ਫਰਦੇ ਰਹੇ ਆ ਤੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਨਾਮ ਨਹੀਂ ਪਾਉਣਾ ਜੋ ਮਰਜ਼ੀ ਹੋ ਜੇ ਮੇਰੀ ਪ੍ਰੋਡਕਸ਼ਨ ਦਾ ਪ੍ਰੋਜੈਕਟ ਆ ਤੇ ਅਸੀਂ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੰਨੇ ਘੱਟ ਬਜਟ ਦੇ ਵਿੱਚ ਇਹਨਾਂ ਦੀ ਵੀਡੀਓ ਕੀਤੀ ਆ ਇਹ ਕਹਿੰਦੇ ਵੀ 65 ਲੱਖ ਰੁਪਈਆ ਲੱਗਿਆ ਕਿਸੇ ਵੀਡੀਓ ਤੇ ਤੁਸੀਂ ਵੀ ਹੁਣ ਜਾਣਦੇ ਹੋ ਵੀਡੀਓ ਤੇ ਇੰਨੇ ਤਾਂ ਪੈਸੇ ਲੱਗਦੇ ਨਹੀਂਗੇ ਕਿਸੇ ਵੀਡੀਓ ਤੇ ਲੱਗਿਆ ਵੀ ਨਹੀਂ ਦਿਖਾ ਸਕਦੇ ਤੁਸੀਂ ਇੰਨਾ ਪੈਸਾ ਤੇ ਹੁਣ ਪ੍ਰੋਡੂਸਰ ਨੇ ਜਿਹੜੇ ਪ੍ਰੋਡੂਸਰ ਜਦੋਂ ਸਿੰਗਰ ਨੂੰ ਬੌਂਡ ਕਰਦੇ ਆ ਉਹਨਾਂ ਦਾ ਜਰਾਬਾਂ ਤੋਂ ਲੈ ਕੇ ਬੂਟਾਂ ਤੋਂ ਲੈ ਕੇ ਖਰਚਾ ਪ੍ਰੋਡੂਸਰਾਂ ਦਾ ਹੁੰਦਾ ਇਹ ਤਾਂ ਫਿਰ ਰੋਟੀ ਵੀ ਖੀਣੀ ਜਾਂਦੇ ਐਮ ਆੜੀ ਗੱਲ ਆ ਸਿੰਗਰ ਕੀ ਕਰੂਗਾ ਬਿਲਕੁਲ ਹਾਂਜੀ ਹਾਂਜੀ ਸੋ ਜਿੱਦਾਂ ਕਿ ਕਹਿ ਰਹੇ ਵੀ ਇਹਨਾਂ ਨੇ ਤੁਹਾਡੇ ਨਾਲ ਵੀ ਗੱਲ ਆਪਣਾ ਦੁੱਖ ਸਾਂਝਾ ਕੀਤਾ ਵੀ ਨਾਮ ਹਟਾਇਆ ਜਾ ਰਿਹਾ ਹੈ ਨਾ ਸੋ ਤੁਹਾਡੇ ਤੇ ਕਿਸ ਤਰ੍ਹਾਂ ਦਾ ਦਬਾਅ ਸੀ ਜਿਹੜਾ ਤੁਸੀਂ ਚਾਹ ਕੇ ਵੀ ਸਟੈਂਡ ਨਹੀਂ ਲੈ ਪਾਰੇ ਸੀ ਤੇ ਅੱਜ ਕੋਰਟ ਦੇ ਵਿੱਚ ਆ ਕੇ ਤੁਹਾਨੂੰ ਉਹਨਾਂ ਦਾ ਸਾਥ ਦੇਣਾ ਪੈ ਰਿਹਾ ਹੈ ਹਾਂਜੀ ਅਸੀਂ ਨਾ ਜੀ ਦੋ ਕਲੈਬੋਰੇਸ਼ਨਸ ਕਰੀਆਂ ਸੀ ਇਹਨਾਂ ਨਾਲ ਤੇ ਉਹ ਜਿਹੜੇ ਦੋ ਗਾਣੇ ਸੀ ਤੇ ਇੱਕ ਸੁੱਚਾ ਸੂਰਮਾ ਸੀਗਾ ਉਹ ਤੁਸੀਂ ਪਹਿਲਾਂ ਗੱਲ ਕੀਤੀ ਐ ਸੈਮੀ ਉਹਨਾਂ ਨੇ ਗਾਇਆ ਸੀਗਾ ਉਹ ਰਿਲੀਜ਼ ਆਪਣੀ ਕੰਪਨੀ L P ਰੈਕੋਰਡਸ ਤੋਂ ਰਿਲੀਜ਼ ਹੋਇਆ ਸੀਗਾ ਨਾ ਤੇ ਇੱਕ ਫੋਕ ਫਿਊਜ਼ਨ ਗਾਣਾ ਸੀਗਾ ਉਹ ਕੈਨੇਡਾ ਤੋਂ ਮੁੰਡਾ ਗੁਰਜਾਨ ਤੇ ਉਹਨਾਂ ਨੇ ਗਾਇਆ ਸੀਗਾ ਤੇ ਜਿਹੜੀ ਉਹਨਾਂ ਦੀ ਜਿੰਨੀ ਪੇਮੈਂਟ ਸੀਗੀ ਇਹਨਾਂ ਦੇ ਵੋਕਲ ਦੇ ਜਿਹੜੇ ਪੈਸੇ ਸੀਗੇ ਉਹ ਵੀਡੀਓ ਦੇ ਵੋਕਲ ਦੇ ਉਹ ਸਾਰਾ ਕੁਝ ਉਹ ਮੇਰੇ ਕੋਲ ਆਈ ਸੀ ਪੇਮੈਂਟ ਤੇ ਉਹ ਤਾਂ ਅੱਜ ਪਤਾ ਲੱਗਦਾ ਪਿਆ ਵੀ ਇਹਨਾਂ ਨੂੰ ਕੁਝ ਨਹੀਂ ਮਿਲਿਆ ਹੈਗਾ ਜਦੋਂ ਅਸੀਂ ਬਿਵਾਦ ਸੁਣਿਆ ਨਾ ਸਾਨੂੰ ਉਦੋਂ ਪਤਾ ਲੱਗਿਆ ਫਿਰ ਅਸੀਂ ਅੱਜ ਬਾਈ ਉਹਨਾਂ ਦੀ ਸਪੋਰਟ 'ਚ ਆਏ ਆ ਸਾਰੇ ਜਾਣੇ ਜੀ ਤੁਹਾਨੂੰ ਪਤਾ ਲੱਗਿਆ ਜਿੱਦਾਂ ਕਿ ਹੈਨਾ ਇਸ ਟਾਈਮ ਮਤਲਬ ਬਹੁਤ ਸਾਰੇ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ ਹੱਕ ਚ ਖੜੇ ਨੇ ਪਰ ਫਿਰ ਵੀ ਹਰ ਇੱਕ ਦੇ ਦਿਲ 'ਚ ਸਵਾਲ ਲੱਖਾਂ ਨੇ ਕੋਈ ਉਹਨਾਂ ਨੂੰ ਸਪੋਰਟ ਕਰ ਰਿਹਾ ਕੋਈ ਇਹਨਾਂ ਨੂੰ ਸਪੋਰਟ ਕਰ ਰਿਹਾ ਤੁਹਾਡੇ ਤੁਸੀਂ ਇਦਾਂ ਦਾ ਕੀ ਦੇਖ ਰਹੇ ਸੀਗੇ ਜਿਹੜਾ ਤੁਹਾਨੂੰ ਲੱਗਿਆ ਕਿ ਇੱਧਰ ਪੂਰੀ ਸੱਚਾਈ ਹੈ ਤੇ ਇੱਧਰ ਹੀ ਆ ਕੇ ਖੜਨਾ ਹੈ ਕਿਉਂਕਿ ਜਿੱਦਾਂ ਇਹਨਾਂ ਨੇ ਕਿਹਾ ਵੀ ਅੱਗੋਂ ਹਾਈਪਰ ਹੁੰਦੇ ਸੀ ਉਹ ਸੁਭਾਤਾ ਫਿਰ ਅੱਗੇ ਵੀ ਵੇਖਣ ਨੂੰ ਮਿਲ ਸਕਦਾ ਹੈ ਜੇਕਰ ਇਹ ਸਿਲਸਿਲਾ ਲੰਬਾ ਤੁਰਦਾ ਹੈ ਤੇ ਐਕਚੁਅਲ ਜੀ ਕੀ ਹੈ ਜੀ ਸਾਡੀ ਨਾ ਜ਼ਿਆਦਾਤਰ ਉਹਨਾਂ ਨਾਲ ਹੀ ਗੱਲਬਾਤ ਹੁੰਦੀ ਸੀਗੀ ਹਾਂਜੀ ਉਹਨਾਂ ਨਾਲ ਹੀ ਅਸੀਂ ਜਿਹੜੇ ਇਹਨਾਂ ਦੇ ਵੋਕਲ ਦੇ ਪੈਸੇ ਸੀਗੇ ਅਸੀਂ ਉਹ ਪੇ ਕੀਤੇ ਆ ਬਟ ਸਾਨੂੰ ਇਹ ਪਤਾ ਵੀ ਅੱਜ ਪਤਾ ਲੱਗਦਾ ਪਿਆ ਵੀ ਇਹਨਾਂ ਨੂੰ ਪੈਸੇ ਮਿਲੇ ਨਹੀਂ ਅਸੀਂ ਦੈਟਸ ਵਾਈ ਜਿਹਨਾਂ ਦੇ ਨਾਲ ਆਏ ਆ ਜੀ ਤੁਸੀਂ ਇਸ ਮਾਮਲੇ ਬਾਰੇ ਹਿੰਦੀ ਨਾਲ ਇਕੱਲੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਨਹੀਂ ਸਾਡੀ ਇਹਨਾਂ ਬਾਰੇ ਕੋਈ ਗੱਲ ਨਹੀਂ ਹੋਈ ਹੈਗੀ ਤੇ ਉਹ ਤਾਂ ਹੁਣ ਪਤਾ ਲੱਗਿਆ ਜਦੋਂ ਸੋਸ਼ਲ ਮੀਡੀਆ ਤੇ ਆਏ ਨੇ ਨਾ ਵੀ ਇਹਨਾਂ ਕੋਲੇ ਕੋਈ ਪੇਮੈਂਟ ਨਹੀਂ ਪਹੁੰਚੀ ਸੀ ਹੁਣ ਪਤਾ ਲੱਗਿਆ ਫਿਰ ਅੱਜ ਪਤਾ ਵੀ ਇਹ ਸਹੀ ਨਹੀਂ ਨੇ ਤਾਂ ਕਰਕੇ ਠੋਕ ਪਿਆ ਕੇ ਅੱਜ ਨਾਲ ਆਪਾਂ ਕਿਸੇ ਨੂੰ ਗਲਤੀ ਨਹੀਂ ਬੋਲਦੇ ਮੈਡਮ ਇੰਨਾ ਜ਼ਿਆਦਾ ਸੁਭਾਅ ਇਹਨਾਂ ਦਾ ਨਾਈਸ ਹੈ ਮੇਰੇ ਘਰ ਦੇ ਵਿੱਚ ਵੀ ਸ਼ੂਟ ਹੋਏ ਆ ਇਹਨਾਂ ਦੇ ਤੇ ਜਿਵੇਂ ਮਾਤਾ ਪਿਤਾ ਦੇ ਨਾਲ ਇਦਾਂ ਦਾ ਰਿਲੇਸ਼ਨ ਬਣ ਜਾਂਦਾ ਸੀ ਵੀ ਮੰਮੀ ਨੂੰ ਮੰਮੀ ਕਹਿਣਾ ਤੇ ਪਾਪਾ ਨੂੰ ਮੇਰੇ ਪਾਪਾ ਕਹਿ ਕੇ ਬੋਲਣਾ ਕਿ ਬਹੁਤ ਜ਼ਿਆਦਾ ਨਿਮਰਤਾ ਤੇ ਪਹੁੰਚ ਨੇ ਵਧੀਆ ਸੁਭਾਅ ਵੀ ਬਹੁਤ ਨਾਈਸ ਹੈ ਨਾ ਤੇ ਸਾਨੂੰ ਤਾਂ ਇਹੀ ਅਸੀਂ ਉਹਨਾਂ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਦਾ ਖਹਿੜਾ ਛੱਡੋ ਹਨਾ ਅੱਗੇ ਵਧਣ ਦਿਓ ਕਿਸੇ ਗਰੀਬ ਦੀ ਆਪਾਂ ਜ਼ਿੰਦਗੀ ਖਰਾਬ ਕਰ ਰਹੇ ਆਂ ਬਈ ਆਪਾਂ ਤੇ ਇਹੀ ਕਰ ਸਕਦੇ ਆ ਵੀ ਇਹਦਾ ਖੇਡਾ ਛੱਡਿਆ ਜਾਵੇ ਤੇ ਇਹਨੂੰ ਅੱਗੇ ਮੌਕਾ ਦਿੱਤਾ ਜਾਵੇ ਗੋਰਾਂ ਦਾ ਸੋ ਅਖੀਰ ਦੇ ਵਿੱਚ ਅਸਨ ਤੁਹਾਨੂੰ ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗੀ ਕਿ ਸਭ ਕੁਝ ਹੋ ਗਿਆ ਐਗਰੀਮੈਂਟ ਵਿੱਚ ਲੋ ਸਾਈਨ ਕਰਤਾ ਨਹੀਂ ਦੇਖਿਆ ਜਾਂ ਜੋ ਵੀ ਹੈ ਹੈਨਾ ਇਸ ਟਾਈਮ ਉਹਨਾਂ ਦੇ ਕਿਸੇ ਪਰਿਵਾਰ ਵੱਲੋਂ ਤੁਹਾਡੇ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਦਾਂ ਕਿ ਉਹ ਵੀ ਇੰਨਾ ਵਾਂਗੂ ਹੀ ਕਹਿੰਦੇ ਸੀ ਕਿ ਸਾਨੂੰ ਮਾਂ ਕਹਿੰਦਾ ਸੀਗਾ ਘਰ 'ਚ ਨਾਲ ਰਸੋਈ 'ਚ ਖੜ ਕੇ ਰੋਟੀ ਬਣਾਉਂਦਾ ਸੀਗਾ ਜਾਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਹੈਨਾ ਸੋ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਪਰੋਚ ਤੁਹਾਡੇ ਤੱਕ ਆਈ ਹੈ ਮੈਂ ਇੱਕ ਗੱਲ ਕਹਿਣਾ ਜੀ ਜੇ ਉਹ ਕੋਰਟ 'ਚ ਆ ਸਕਦੇ ਆ ਮੇਰੇ ਪਿੰਡ ਆ ਸਕਦੇ ਆ ਮੇਰੇ ਪਿੰਡ ਵਾਲੀ ਕਚਹਿਰੀ ਚ ਬਹਿ ਕੇ ਮੇਰੇ ਸ਼ਹਿਰ ਵਾਲੀ ਸੌਰੀ ਮੇਰੇ ਹਲਕੇ ਚ ਬਹਿ ਕੇ ਉਹ ਜੱਜ ਸਾਹਿਬ ਦਾ ਬੰਦਾ ਘਰੇ ਭੇਜ ਸਕਦੇ ਸੰਮਣ ਦੇ ਕੇ ਤਾਂ ਮੇਰੇ ਘਰੇ ਆ ਕੇ ਮੈਨੂੰ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਕੁਝ ਹੋ ਗਿਆ ਹੋ ਗਿਆ ਵੀ ਤੂੰ ਸਾਡਾ ਨਾ ਕੰਮ ਕਰ ਲੈ ਹਾਂ ਸਨ ਉਹਨਾਂ ਦੇ ਆਉਣ ਤੋਂ ਪਹਿਲਾਂ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਲਮ ਕੋਈ ਫੋਨ ਤੇ ਗੱਲਬਾਤ ਕੋਈ ਵੀ ਫੋਨ ਉਹਨਾਂ ਨੇ ਜੀ 10 ਤਰੀਕ ਨੂੰ ਲਾਇਆ ਕਿਸੇ ਚੈਨਲ ਦੀ ਸ਼ੂਟਿੰਗ ਸੀਗੀ ਲਾਈਵ ਪਰਫਾਰਮੈਂਸ ਸੀਗੀ ਮੈਂ ਨਾ ਨਹੀਂ ਲੈਣਾ ਜੀ ਉਹ ਮੈਨੂੰ ਕਹਿੰਦੇ ਵੀ ਉੱਥੇ ਤੂੰ ਆਉਣਾ ਮੈਂ ਕਿਹਾ ਵੀ ਮੇਰਾ ਜਿੱਤ ਨਹੀਂ ਠੀਕ ਆ ਕਉਂਗ ਰਾਤ ਨੂੰ ਅਸੀਂ ਸਾਨੂੰ 12:30 1 ਵਜੇ ਘਰੇ ਆਉਂਦੇ ਨੂੰ ਜਦੋਂ 9 ਤਰੀਕ ਨੂੰ ਜਦ ਬਹਿਸ ਹੋਈ ਜਦੋਂ ਬਾਈ ਜੀ ਨੇ ਗਾਲਾਂ ਕੱਢੀਆਂ ਤੇ ਅਸੀਂ ਜੀ ਘਰੇ ਆ ਗਏ ਇੰਨਾ ਬੰਦਾ ਰਾਤ ਨੂੰ ਟੌਰਚਰ ਹੋਇਆ ਹੋਵੇ ਤੁਹਾਨੂੰ ਕੋਈ ਬੰਦਾ ਕਹਵੇ ਵੀ ਤੂੰ ਇੱਥੋਂ ਨਿਕਲ ਜਾ ਆਪਦਾ ਸਮਾਨ ਚੱਕ ਕੇ ਤੂੰ ਜਾ ਇੱਥੋਂ ਆਪਾਂ ਦੂਜੇ ਦਿਨ ਕੰਮ ਤੇ ਕਿਵੇਂ ਜਾਵੜਾਂਗੇ ਜੀ ਬੰਦਾ ਵੈਸੇ ਟੈਨਸ਼ਨ ਚ ਆ ਜਾਂਦਾ ਹੈ ਨਾ ਜੀ ਤੇ ਮੈਨੂੰ ਦੂਜੇ ਦਿਨ ਮੈਨੂੰ ਨਾ ਬੁਖਾਰ ਹੋ ਗਿਆ ਮੇਰੇ ਮਾਤਾ ਜੀ ਨੇ ਫੋਨ ਚੱਕਿਆ ਉਹ ਇਹਨਾਂ ਦੇ ਬ੍ਰਦਰ ਨੂੰ ਕਹਿੰਦੇ ਵੀ ਉਹ ਆ ਨਹੀਂ ਸਕਦਾ ਵੀ ਤਾਂ ਚਿੱਤ ਨਹੀਂ ਠੀਕ ਵੀ ਅਸੀਂ ਕੰਮ ਤੇ ਨਹੀਂ ਭੇਜਣਾ ਉਹ ਕਹਿੰਦਾ ਵੀ ਬਾਈ ਜੀ ਬਿਤੇਰੇ ਤੇ ਲੀਗਲ ਐਕਸ਼ਨ ਲਵਾਂਗੇ ਮੇਰੇ ਕੋਲ ਚੈਟ ਪਈ ਉਹਨਾਂ ਦੀ ਉਹਨਾਂ ਨੇ ਫਿਰ ਚੈਟ ਮੈਨੂੰ ਭੇਜੀ ਵੀ ਮੈਂ ਆਪਣਾ ਬ੍ਰਦਰ ਵੀ ਅਖੇ ਤੇਰੇ ਤੇ ਲੀਗਲ ਐਕਸ਼ਨ ਲਵਾਂਗੇ ਨਾਲੇ ਤਰਾ ਕਰੀਅਰ ਖਰਾਬ ਹੋਊਗਾ ਨਾਲੇ ਤੇਰੀ ਮਨੀ ਖਰਾਬ ਹੋਊਗੀ ਨਹੀਂ ਬੰਦੇ ਆਂਕੂ 10 ਵਜੇ ਦੇ ਨੂੰ ਆ ਸੌਰੀ 2 ਵਜੇ ਦੇ ਨੂੰ ਤੂੰ ਮਹਾਲੀ ਪਹੁੰਚ ਜੀ ਸੋ ਇਹ ਚੀਜ਼ ਕਹੀ ਸੋ ਮੇਰੇ ਮਾਤਾ ਜੀ ਕਹਿੰਦੇ ਭਾਈ ਕੇਸ ਕਰ ਲਓ ਕੁਛ ਕਰ ਲਓ ਵੀ ਚਾਹੇ ਪੋਚੇ ਲਾਵੇ ਚਾਹੇ ਗੱਡੀਆਂ ਚਲਾਵੇ ਪਹਿਲਾਂ ਤੁਹਾਡੇ ਘਰੇ ਵੀ ਲਾਉਂਦਾ ਹੀ ਰਿਹਾ ਗੱਡੀਆਂ ਚਲਾਉਂਦਾ ਰਿਹਾ ਕਹਿੰਦੀ ਮੈਂ ਆਪਦੇ ਮੁੰਡੇ ਨੂੰ ਹੁਣੇ ਭੇਜ ਦੇਣਾ। ਉਦੋਂ ਬਾਅਦ ਚ ਉਹ ਕਹਿੰਦੇ ਵੀ ਮੈਂ ਨੰਬਰ ਬਲੌਗ ਚ ਪਾਏ ਆ। ਜੇ ਮੈਂ ਨੰਬਰ ਬਲੌਗ ਚ ਪਾਇ ਸੀ ਘਰ ਤਾਂ ਨਹੀਂ ਬਲੌਗ ਚ ਪਾਇਆ ਮੈਂ। ਪਿੰਡ ਤਾਂ ਨਹੀਂ ਪਾਇਆ। ਪਰ ਕੀ ਤੁਸੀਂ ਨੰਬਰ ਬਲੌਗ ਚ ਪਾਏ ਸੀ? ਮੈਂ ਕਾਦੋਂ ਪਾਉਂਗਾ ਜੀ। ਪਿਆਰ ਨੂੰ ਲੈ ਕੇ ਵੀ ਬਹੁਤ ਮਤਭੇਦ ਆਪਸ ਦੇ ਵਿੱਚ। ਜਾਂ ਤਾਂ ਉਹ ਕਹਿੰਦੇ ਸੀ ਵੀ ਤੇਰਾ ਬਾਹਰ ਕਿਤੇ ਵਿਆਹ ਕਰਾਂਗੇ। ਉਦੋਂ ਪੈਸੇ-ਪੂਸੇ ਲੈ ਲਾਂਗੇ। ਵੀ ਉਦੋਂ ਆਏ 60-40 ਆ ਪੋਤੋ ਜੋ ਕਰ ਲਾਂਗੇ ਵੀ ਆਪਾਂ ਕੋਈ ਵਧੀਆ ਗੇਮ ਖੇਡਾਂਗੇ ਵੀ ਤੂੰ ਕੀ ਲੈਣਾ। ਗਰੀਬ ਘਰੇ ਵਿਆਹ ਕਰਾਏਗਾ ਉਹ ਆਪਦੇ ਪੇਕਾਂ ਦਾ ਸੋਚੀ ਜਾ ਉਹ ਬੰਦੇ ਦੀ ਸੋਚ ਤੇ ਮੈਂ ਹੈਰਾਨ ਪਰੇਸ਼ਾਨ ਹੈ ਜੀ ਉਹਦੀ ਸੋਚ ਵੱਖਰੀ ਆ ਉਹਨੇ ਇੱਕ ਗੱਲ ਕਹੀ ਕਹਿੰਦਾ ਕਿ ਜਿਹੜੀ ਕੁੜੀ ਤੂੰ ਪਸੰਦ ਕਰਕੇ ਆਇਆ ਜਾਂ ਤੇਰੀ ਮਾਤਾ ਨੇ ਪਸੰਦ ਕੀਤੀ ਆ ਉਹਦਾ ਉਹਦੇ ਭਰਾ ਨਾਲ ਵਿਆਹ ਕਰ ਦੇ ਸਮਰਾਨ ਨਾਲ ਜੀ ਮੈਂ ਕਿਹਾ ਵੀ ਸਾਡੇ ਰਵਾਜ ਨਹੀਂ ਹੈਗਾ ਵੀ ਆਪਦੀ ਮੰਗ ਨੂੰ ਅਸੀਂ ਆਪਦੇ ਭਰਾ ਨਾਲ ਵਿਆਹ ਦਾਂਗੇ ਹਾਂ ਮੈਂ ਕਿਹਾ ਜੇ ਉਹ ਗੱਲ ਵੱਖਰੀ ਆ ਵੀ ਆਪਾਂ ਜਿਹੜਾ ਜਵਾਬ ਦੇਣਾ ਜਾਂ ਕੋਈ ਹੋਰ ਨਿੱਜੀ ਗੱਲਾਂ ਉਹ ਵੱਖਰੀ ਆ ਪਰ ਮੈਂ ਸਾਡੇ ਇਹ ਨਹੀਂ ਵੀ ਇੱਕ ਪਾਸੇ ਰਿਸ਼ਤਾ ਜੋੜ ਕੇ ਤੇ ਉਹ ਦੂਜੇ ਪਾਸੇ ਸੀ ਜੋੜ ਦਾਂਗੇ ਮਗਾ ਜੀ ਪਰ ਉਹ ਇਸ ਗੱਲ ਦੀ ਸਫਾਈ ਨੂੰ ਇਸ ਤਰੀਕੇ ਦੇ ਨਾਲ ਰੱਖਦੇ ਨੇ ਵੀ ਅਸੀਂ ਸਟੇਟਮੈਂਟ ਦੇ ਵਿੱਚ ਵੀ ਤਾਂ ਹੀ ਲਿਖਿਆ ਫਿਰ ਉਹਨਾਂ ਨੂੰ ਗੱਲ ਸੁਣੋ ਜੀ ਫਿਰ ਉਹਨਾਂ ਨੇ ਐਗਰੀਮੈਂਟ ਚ 3 ਸਾਲ ਕਿਉਂ ਲਿਖਾਇਆ ਜੀ ਜੋ ਸੱਚੇ ਆ ਮੈਂ ਉਹੀ ਤਾਂ ਉਹਨਾਂ ਨੇ ਇਸੇ ਗੱਲ ਦੀ ਸਫਾਈ ਦੇ ਵਿੱਚ ਇਹ ਸਵਾਲ ਉਹਨਾਂ ਦੇ ਅੱਗੇ ਰੱਖਿਆ ਗਿਆ ਸੀ ਉਹਨਾਂ ਨੇ ਕਿਹਾ ਵੀ ਅਸੀਂ ਚਾਹੁੰਦੇ ਸੀ ਵੀ ਪਹਿਲੇ 3-4 ਸਾਲਾਂ ਦੇ ਵਿੱਚ ਇਹ ਚੰਗੀ ਤਰ੍ਹਾਂ ਸੈੱਟ ਹੋ ਜੇ ਉਸ ਤੋਂ ਬਾਅਦ ਅਸੀਂ ਗੱਜ-ਵੱਜ ਕੇ ਵਿਆਹ ਕਰੀਓ ਜੀ ਜਿਹੜੇ ਲੋਕ ਵਿਆਹ ਕਰਾ ਲੈਂਦੇ ਆ ਕੀ ਗੱਲ ਉਹ ਨੌਕਰੀ ਛੱਡ ਦਿੰਦੇ ਆ ਜੀ ਕੋਈ ਸਾਡਾ ਭਰਾ ਆਰਮੀਜ਼ ਕੰਮ ਕਰਦਾ ਹੋਵੇ ਸਰਹੱਦ ਤੇ ਰਾਖੀ ਕਰਦਾ ਉਹ ਵਿਆ ਕੋਈ ਪੁਲਿਸ ਕਰਮਚਾਰੀ ਆ ਉਹ ਕੀ ਗੱਲ ਕਿਸੇ ਨੂੰ ਗ੍ਰਿਫਤਾਰ ਕਰਨ ਨਹੀਂ ਜਾਂਦਾ ਜਾਂ ਕੋਈ ਮੰਤਰੀ ਆ ਕੋਈ ਰੈਲੀ ਕਰਨ ਨਹੀਂ ਜਾਂਦਾ ਹੈ ਜੀ ਕੋਈ ਬੰਦਾ ਬੂਟ ਪਾਲਿਸ਼ ਕਰਨ ਵਾਲਾ ਵੀ ਹੋਵੇ ਨਾ ਉਹ ਵੀ ਆਪ ਦਾ ਕੰਮ ਤੇ ਆਉਂਦਾ ਉਹਨੂੰ ਇਹ ਹੁੰਦਾ ਵੀ ਇੱਕ ਜੀ ਮੇਰੇ ਘਰੇ ਨਮਾ ਆ ਗਿਆ ਇਹ ਵਿਆਹ ਦਾ ਤਾਂ ਮੇਰੇ ਫਾਦਰ ਸਾਹਿਬ ਨੇ ਵਿਆਹ ਕਰਾਇਆ ਸੀ ਕੀ ਗੱਲ ਉਹਨਾਂ ਨੇ ਸਾਨੂੰ ਭੁੱਖੇ ਮਾਰਤਾ ਜੀ ਉਹ ਦੁੱਗਣਾ ਕੰਮ ਕਰਨ ਲੱਗ ਗਏ ਮਿਹਨਤ ਕੀਤੀ ਉਹਨਾਂ ਨੇ ਵਿਆਹ ਦਾ ਤਾਂ ਕੋਈ ਰੌਲਾ ਨਹੀਂ ਰੌਲਾ ਤੇ ਸੀ ਮੇਰੇ ਘਰੇ ਨਾ ਰਵੇ ਮਾਂ ਪਿਓ ਕੋਲੇ ਵੀ ਸਾਡਾ ਗੋਲਾ ਧੰਦਾ ਕਰੀ ਜਾਵੇ ਸਾਡਾ ਕੰਮ ਕਰੀ ਜਾਵੇ। ਸੋ ਇਹ ਜੋ ਕੁਝ ਵੀ ਚੱਲ ਰਿਹਾ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਪਤਾ ਹੀ ਹੈ ਕਿ ਇਹ ਵਾਹ ਬਹੁਤ ਇਸ ਟਾਈਮ ਤੇ ਨੈਗੇਟਿਵ ਹੋਈ ਪਈ ਹੈ ਨਾ ਹਮਸਫਰ ਦਾ ਤੁਹਾਡੇ ਦਾ ਕੀ ਕਹਿਣਾ ਕਿ ਉਹ ਇਸ ਪੂਰੀ ਗੱਲ ਤੋਂ ਵਾਕਿਫ ਨਹੀਂ? ਪਤਾ ਤਾਂ ਹੁੰਦਾ ਹੀ ਹੈ ਜੀ ਅਗਲੇ ਦੀ ਧੀ ਦੀ ਵੇਚਤੀ ਹੈ ਗੱਲੋਂ ਪਰ ਇਹ ਇੰਨੀ ਸੋਹਣੀ ਗੱਲ ਮੈਂ ਕਹੂੰਗਾ ਵੀ ਉਹ ਬਾਈ ਜੀ ਨੇ ਬਲੰਗ ਸਾਹਿਬ ਨੇ ਉਹਨਾਂ ਨੂੰ ਵੀ ਫੋਨ ਲਾ ਕੇ ਕਿਹਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਲਾ ਕੇ ਕਿਹਾ ਵੀ ਤੁਸੀਂ ਪੈਸੇ ਦੇ ਦਿਓ 25 ਲੱਖ ਤੇ ਫਿਰ ਤੁਸੀਂ ਵਿਆਹ ਕਰ ਦਿਓ। ਵੀ ਨਹੀਂ ਮੱਕ ਰਣੀ ਰਹਿਣ ਦੇਣਾ ਇਹਨੂੰ। ਠੀਕ ਹੈ ਨਾ ਜੀ ਮੇਰਾ ਪਿੰਡ ਗਵਾ ਹੈ ਮੈਂ ਚਾਰਾ ਚਾਰਾ ਮਹੀਨਾ ਬਾਅਦ ਕਿਤੇ ਪਿੰਡ ਜਾਂਦਾ ਸੀ ਤਾਂ ਮੇਰੇ ਨਾਲ ਕਿਸੇ ਨੂੰ ਭੇਜਿਆ ਜਾਂਦਾ ਸੀ ਜਾਂ ਮੇਰਾ ਭਰਾ ਲੈਣਾ ਆਉਂਦਾ ਸੀ ਮੈਨੂੰ ਕਿਹਾ ਜਾਂਦਾ ਸੀ ਵੀ ਤੂੰ ਸਵੇਰ ਨੂੰ 9 ਵਜੇ ਨੂੰ ਇੱਥੇ ਚਾਹੀਦਾ ਆਪਾਂ ਮਾਹਲ ਹੀ ਜਾਣਾ ਘਰੇ ਜਾ ਕੇ ਅਗੇ ਤੇਰਾ ਮਾਹੌਲ ਬਦਲ ਜਾਂਦਾ ਘਰੇ ਜਾ ਕੇ ਤੇਰੀਆਂ ਗੱਲਾਂ ਬਦਲ ਜਾਂਦੀਆਂ ਤੂੰ ਇੱਥੇ ਰਹਿ ਪਿੰਡ ਜੋਗਾ ਹੀ ਰਹਿ ਜਾਏਗਾ ਵੀ ਤੂੰ ਪਿੰਡ ਨਾ ਰਿਹਾ ਕਰ ਤੂੰ ਇੱਥੇ ਰਹਿ ਹਾਂਜੀ ਸੋ ਹੁਣ ਕੀ ਉਮੀਦ ਹੈ ਕੋਰਟ ਦੀ ਵੀ ਜੇਕਰ ਗੱਲ ਕਰੀਏ ਸੋ ਹੁਣ ਜ਼ਹਿਨ ਚ ਹੈ ਕੀ ਹੈ ਹੁਣ ਕੀ ਸੋਚਦੇ ਹੋ ਹੁਣ ਕਿਸ ਤਰ੍ਹਾਂ ਚੀਜ਼ਾਂ ਨੂੰ ਤੁਸੀਂ ਹਸਨ ਦੇਖੋਗੇ ਮੈਂ ਇੱਕ ਵਾਦੋਆ ਦਿੱਤੀ ਹੈ ਉਹਨਾਂ ਨੂੰ ਵੀ ਵਿਲਾਦ ਮਰਾਦ ਨੂੰ ਤਰਸਣਗੇ ਹਨ ਚਲੋ ਮਾਲਕ ਨਾਲ ਇਦਾਂ ਕਰੇ ਉਹਦੇ ਨਾਲ ਮਾਲਕ ਉਹਨੂੰ ਜੋ ਦੀ ਕਿਸਮ ਚ ਲਿਖਿਆ ਉਹਨੂੰ ਦਵੇ ਪਰ ਮੈਂ ਇੱਕ ਚੀਜ਼ ਕਹਿਣਾ ਮੇਰੇ ਸੋਚਣ ਨਾਲ ਕੁਝ ਨਹੀਂ ਹੋਣਾ ਉਹਦੇ ਮਨ ਮੇਰ ਪੈਣੀ ਚਾਹੀਦੀ ਆ ਉਹ ਤਾਂ ਬੰਦਾ ਇਹ ਵੀ ਕਹਿ ਰਿਹਾ ਕਹਿੰਦਾ ਮੈਂ ਇਥੋਂ ਹਾਈ ਕੋਰਟ ਚਲਾ ਜਾਊਂਗਾ ਹਾਈ ਕੋਰਟ ਤੋਂ ਮੈਂ ਕਹਿੰਦਾ ਸੁਪਰੀਮ ਕੋਰਟ ਚਲੇ ਜਾਊਂਗਾ ਕਹਿੰਦਾ ਮੈਂ ਇਹਦੀ ਤੌਣ ਚੋਂ ਕਿੱਲਾ ਕੱਢਣਾ ਮੇਰੇ ਤੌਣ ਚ ਕਿਹੜਾ ਕਿੱਲਾ ਮੈਂ ਤਾਂ ਆਪਦੀ ਮਿਹਨਤ ਕਰਦਾ ਸੀ ਮੈਂ 3 ਘੰਟੇ ਜੇ ਮੈਂ ਗਾਉਂਦਾ ਸੀ ਮੈਨੂੰ ਤਾਂ ਪੈਸੇ ਦਿੰਦੇ ਸੀ ਜੇ ਮੈਨੂੰ ਉਹ ਉਦਾਂ ਬਿਨਾਂ ਕੰਮ ਤੋਂ ਪੈਸੇ ਦਿੰਦੇ ਰਹੇ ਆ ਜਾਂ ਮੈਨੂੰ ਕੋਈ ਤਨਖਾਹ ਦਿੰਦੇ ਰਹੇ ਆ ਜੀ ਫਿਰ ਮੈਨੂੰ ਕਹਿ ਦੇਣਾ ਤੌਣ ਚ ਕਿੱਲਾ ਤਾਂ ਮੇਰੇ ਜੀ ਤਾਂ ਹੋਵੇ ਨਾ ਵੀ ਜੇ ਮੈਨੂੰ ਉਹਨਾਂ ਨੇ ਕੋਈ ਵਧੀਆ ਘਰ ਬਣਾ ਕੇ ਦਿੱਤਾ ਹੋਵੇ ਜਾਂ ਮੈਨੂੰ ਚੰਗੀ ਗੱਡੀ ਲੈ ਕੇ ਦਿੱਤੀ ਹੋਵੇ ਜਾਂ ਮੇਰਾ ਚੰਗਾ ਬੈਂਕ ਬੈਲੈਂਸ ਬਣਾਇਆ ਹੋਵੇ ਹੁਣ ਕੰਮ ਮੈਂ ਥੋੜਾ ਨਾ ਕਰਦਾ ਜੀ ਤੇ ਮੈਂ ਰੋਟੀ ਤਾਂ ਤੁਹਾਡੇ ਕੋਲੇ ਖਾਣੀ ਹੈ ਜੀ ਹੁਣ ਮੈਂ ਉਹ ਗੁਰਦੁਆਰਾ ਸਾਹਿਬ ਤੇ ਜਾ ਕੇ ਤਾਂ ਖਾ ਨਹੀਂ ਸਕਦਾ ਜਾਂ ਮੈਂ ਕਿਸੇ ਮੰਗ ਮੰਗ ਤਾਂ ਸਕਦੇ ਨਹੀਂ ਕਿਸੇ ਤੇ ਗੇਟ ਮੂਰੇ ਜਾ ਕੇ ਕੰਮ ਮੈਂ ਥੋੜਾ ਕਰਦਾ ਤੁਹਾਡੇ ਘਰੇ ਮੈਂ ਗੱਡੀ ਚਲਾਉਣਾ ਜੀ ਤੁਹਾਡੇ ਕਮਾਕਾਰਾਂ ਚ ਵੀ ਮੈਂ ਨਾਲ ਜਾਣਾ ਤੇ ਫਿਰ ਮੈਂ ਇਹ ਤੁਹਾਡੇ ਤੋਂ ਰੋਟੀ ਖਾਊਗਾ ਜੀ ਹਨਾ ਜੀ ਸੋ ਹਸਨ ਜੀ ਉਮੀਦ ਕਰਦੇ ਆ ਕਿ ਇਸ ਬੁਰੇ ਵਕਤ ਦੇ ਵਿੱਚ ਪਰਮਾਤਮਾ ਤੁਹਾਨੂੰ ਹੋਰ ਜ਼ਿਆਦਾ ਸਟਰੈਂਥ ਦੇਵੇ ਐਂਡ ਸਬਰ ਦੇਵੇ ਕਿ ਤੁਸੀਂ ਇਸ ਚੀਜ਼ ਨੂੰ ਜਿਹੜਾ ਹੈ ਉਹ ਇਸ ਦੌਰ ਚੋਂ ਮੁਸ਼ਕਿਲ ਦੌਰ ਚੋਂ ਨਿਕਲ ਪਾਓ ਬਾਕੀ ਤੁਹਾਡਾ ਪਰਿਵਾਰ ਤੁਹਾਨੂੰ ਚਾਹਣ ਵਾਲੇ ਤੁਹਾਡੇ ਨਾਲ ਨੇ ਤੁਸੀਂ ਇਸ ਗੱਲ ਨਾਲ ਵਾਕਿਫ ਹੋ ਚੰਗੀ ਤਰ੍ਹਾਂ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੋਟ ਦੇ ਇਸ ਵਕਤ ਚ ਵੀ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਜੀ ਸੋ ਬਿਲਕੁਲ ਸਾਡੇ ਨਾਲ ਸੀਗੇ ਹਸਨ ਮਾਨਤ ਅਸੀਂ ਸਾਰੇ ਜਾਣਦੇ ਆ ਕਿ ਉਹਨਾਂ ਨੇ ਮਿਹਨਤ ਤਾਂ ਬਹੁਤ ਹੀ ਜ਼ਿਆਦਾ ਕੀਤੀ ਔਰ ਉਸੇ ਮਿਹਨਤ ਦੇ ਨਾਲ ਉਹਨਾਂ ਨੇ ਇਹ ਮੁਕਾਮ ਵੀ ਹਾਸਿਲ ਕੀਤਾ ਹੈ ਹਾਲਾਂਕਿ ਕੱਲ ਤੱਕ ਦਿਖਦਾ ਇਹ ਸੀਗਾ ਕਿ ਉਹਨਾਂ ਦੀ ਮਿਹਨਤ ਤੇ ਕਾਮਯਾਬੀ ਪਿੱਛੇ ਇੰਦੀ ਬਲਿੰਗ ਉਹਨਾਂ ਦੀ ਬਾਹ ਫੜਨ ਉਹਦਾ ਹੱਥ ਫੜ ਕੇ ਖੜੇ ਨੇ ਮੋਢੇ ਤੇ ਹੱਥ ਰੱਖ ਕੇ ਲੇਕਿਨ ਇੱਕੋ ਦਮ ਕੁਝ ਜਿਹੀਆਂ ਗੱਲਾਂ ਹੁੰਦੀਆਂ ਨੇ ਕਿ ਦੋਨੋਂ ਹੀ ਇੱਕ ਦੂਜੇ ਦੇ ਖਿਲਾਫ ਬੋਲਣ ਲੱਗ ਜਾਂਦੇ ਨੇ ਮਤ ਪੇਦ ਐਨੇ ਵੱਧ ਜਾਂਦੇ ਨੇ ਕਿ ਕੋਰਟ ਤੱਕ ਆਉਣਾ ਪੈਂਦਾ ਖੈਰ ਹੁਣ ਵਕੀਲ ਦੋਨੋਂ ਧਿਰਾਂ ਦੇ ਜਿਹੜੇ ਨੇ ਉਹ ਕਾਰਵਾਈ ਕਰ ਰਹੇ ਨੇ ਕਿੱਧਰ ਸੱਚ ਹੈ ਕਿਦਾਂ ਪਲੜਾ ਕਿਸ ਤਰ੍ਹਾਂ ਭਾਰੀ ਹੁੰਦਾ ਸਚਾਈ ਦਾ ਸਾਹਮਣੇ ਆਈ ਜਾਏਗੀ ਫਿਲਹਾਲ ਜ਼ਰੂਰਤ ਹੈ ਤੁਹਾਡੇ ਪਿਆਰ ਤੇ ਸਾਥ ਦੀ ਸੋ ਆਪਣਾ ਪਿਆਰ ਸਾਥ ਇਸੇ ਤਰ੍ਹਾਂ ਬਣਾ ਕੇ ਰੱਖੋ ਕਿਉਂਕਿ ਸੱਚੇ ਇਨਸਾਨ ਨੂੰ ਹਮੇਸ਼ਾ ਸੱਚੀ ਕਲਾ ਨੂੰ ਹਮੇਸ਼ਾ ਤੁਹਾਡਾ ਸਾਥ ਹੀ ਜਿਹੜਾ ਉਹ ਬਚਾ ਸਕਦਾ ਹੈ ਸੋ ਫਿਲਹਾਲ ਦੇ ਲਈ ਵੇਖਦੇ ਰਹੋ ਸਨੇ ਪੰਜਾਬੀ ਦੀਓ ਇਜਾਜ਼ਤ ਸਸ਼ਕ